ਜਿਹੜਾ ਕੋਈ ਮਸੀਹ ਦੀ ਸਿੱਖਿਆ ਦੇ ਵਿੱਚ ਕੀ ਹੁੰਦਾ ਜੀ? ਹਾਂਜੀ, ਨਹੀਂ ਪਹਿਲਾਂ ਪਹਿਲਾਂ ਪੜ੍ਹੋ, ਪਹਿਲੀ ਲਾਈਨ ਕੀ ਹੈ ਬੱਚਿਓ? ਵੱਧ ਜਾਂਦਾ ਹੈ ਨਾ, ਕੀ ਲਿਖਿਆ ਭਲਾ? ਜਿਹੜਾ ਕੋਈ ਉਹਦੀ ਸਿੱਖਿਆ ਦੇ ਵਿੱਚ। ਸੋ ਹੁਣ ਅਸੀਂ ਦੇਖਣਾ ਹੈ ਸਾਡੇ ਵਿੱਚ ਦੋ ਤਰ੍ਹਾਂ ਦੇ ਲੋਕ ਆ, ਇੱਕ ਤਾਂ ਸਿੱਖਿਆ ਦੇ ਵਿੱਚ ਅੱਗੇ ਵਧੇ ਹੈ ਅਤੇ ਇੱਕ ਨਹੀਂ ਵਧੇ। ਸੋ ਜਿਹੜੇ ਨਹੀਂ ਵਧੇ ਉਹਨਾਂ ਦੇ ਕੋਲ ਪਰਮੇਸ਼ੁਰ ਦੇ ਹਜ਼ੂਰ ਬੜੀ ਕਿਸਮ ਦਾ ਬਚਾਓ ਹੈਗਾ, ਕਿਉਂਕਿ ਉਹ ਪਰਮੇਸ਼ੁਰ ਦੀ ਵਿਵਸਥਾ ਦੀਆਂ ਗਹਿਰਾਈਆਂ ਨੂੰ ਉਸ ਤਰੀਕੇ ਦੇ ਨਾਲ ਨਹੀਂ ਜਾਣਦੇ ਜਿਸ ਤਰੀਕੇ ਦੇ ਨਾਲ ਜਾਣਨਾ ਚਾਹੀਦਾ ਹੈ। ਲੇਕਿਨ ਜਿਹੜਾ ਸਿੱਖਿਆ ਦੇ ਵਿੱਚ ਵੱਧ ਗਿਆ, ਜੇ ਉਹ ਸਿੱਖਿਆ ਦੇ ਵਿੱਚ ਬਣਿਆ ਨਹੀਂ ਰਹਿੰਦਾ। ਸੋ ਫੈਸਲਾ ਤਾਂ ਅਸੀਂ ਇਹ ਕਰਨਾ ਹੈ, ਪਹਿਲਾਂ ਤਾਂ ਇਹ ਵੇਖੀਏ ਵੀ ਅਸੀਂ ਸਿੱਖਿਆ ਦੇ ਵਿੱਚ ਅੱਗੇ ਵਧੇ ਹਾਂ ਜਾਂ ਅਸੀਂ ਸਿੱਖਿਆ ਦੇ ਵਿੱਚ ਅੱਗੇ ਨਹੀਂ ਵਧੇ। ਵੈਸੇ ਤਾਂ ਸੰਤ ਪੁਰਸ਼ ਕਹਿੰਦਾ ਵੀ ਹੁਣ ਤੱਕ ਤਾਂ ਤੁਹਾਨੂੰ ਉਪਦੇਸ਼ਕ ਹੋ ਜਾਣਾ ਚਾਹੀਦਾ ਸੀ, ਪਰ ਕਹਿੰਦਾ ਮੈਂ ਤੁਹਾਡੀ ਹਾਲਤ ਦੇਖਦਾ ਹਾਂ ਅਜੇ ਵੀ ਇੱਦਾਂ ਦੀ ਹੈ ਵੀ ਤੁਹਾਨੂੰ ਜਿਵੇਂ ਬਾਲਕ ਨੂੰ ਦੁੱਧ ਪਿਲਾਈਦਾ ਹੈ ਤਿਵੇਂ ਤੁਹਾਨੂੰ ਵੀ ਪਿਲਾਇਆ ਜਾਵੇ। ਪਰ ਐਸੀ ਹਾਲਤ ਕਿਹਨਾਂ ਦੀ ਹੁੰਦੀ ਹੈ? ਜਿਹਨਾਂ ਨੂੰ ਖਾਲਸ ਦੁੱਧ ਮਿਲਿਆ ਨਾ ਹੋਵੇ, ਉਹ ਬੱਚਾ ਤਾਂ ਲਾਚਾਰ ਹੋਵੇ, ਉਹ ਬੱਚਾ ਤਾਂ ਕਮਜ਼ੋਰ ਹੋਵੇ ਜਿਹੜਾ ਸਪਰੇਟੇ ਦੇ ਨਾਲ ਪਲਿਆ ਹੋਵੇ, ਤਾਂ ਗੱਲ ਬਣਦੀ ਹੈ। ਪਰ ਜਿਹਨੂੰ ਖਾਲਸ ਮਿਲਿਆ ਹੋਵੇ, ਜੇ ਉਹਦੀ ਹਾਲਤ ਉੱਦਾਂ ਦੀ ਹੋਵੇ ਜਿੱਦਾਂ ਦੀ ਸਪਰੇਟੇ ਨਾਲ ਪਲੇ ਹੋਏ ਦੀ ਹੈ, ਤਾਂ ਫਿਰ ਵਿਚਾਰ ਤਾਂ ਕਰਨਾ ਪੈਣਾ, ਫਿਰ ਤਾਂ ਗੱਲ ਵਿਚਾਰਨ ਵਾਲੀ ਹੈਗੀ ਹੈ। ਸੋ ਪ੍ਰਭੂ ਦੇ ਭੈ ਦੇ ਵਿੱਚ ਰਹਿੰਦਿਆਂ ਹੋਇਆਂ ਜੋ ਕੁਛ ਵੀ ਪ੍ਰਭੂ ਨੇ ਆਪਣੀ ਤਲੀਮ ਦੀ ਸੱਚਾਈ ਦੱਸੀ ਹੈ, ਉਹਨੂੰ ਦੱਸਣ ਦੇ ਵਿੱਚ ਮੈਂ ਇਹਨਾਂ 12 ਸਾਲਾਂ ਦੇ ਵਿੱਚ ਕੋਈ ਗੁਰੇਜ ਨਹੀਂ ਕੀਤਾ ਔਰ ਨਾ ਹੀ ਕੋਈ ਕਲੀਸੀਆ ਤੋਂ ਲਾਹਾ ਲਿਆ। ਪੂਰੇ ਵਰਲਡ ਦੇ ਲੋਕ ਇਸ ਚੀਜ਼ ਦੇ ਗਵਾਹ ਆ, ਜਿੰਨੇ ਵੀ ਲੋਕ ਮੈਨੂੰ ਦੁਨੀਆ ਭਰ ਦੇ ਵਿੱਚ ਜਾਣਦੇ ਆ ਉਹ ਇਸ ਚੀਜ਼ ਦੇ ਗਵਾਹ ਆ ਵੀ ਜਿਵੇਂ ਇੱਥੇ ਲਿਖਿਆ ਵੀ ਖੁਸ਼ਖਬਰੀ ਨੂੰ ਮੁਫ਼ਤ ਰੱਖਿਓ। ਕੀ ਰੱਖਿਓ ਭਲਾ? ਖੁਸ਼ਖਬਰੀ ਨੂੰ ਮੁਫ਼ਤ ਰੱਖਿਓ। ਅਤੇ ਅੱਜ ਦੀ ਡੇਟ ਤੱਕ ਮੈਂ ਦਾਅਵੇ ਦੇ ਨਾਲ ਔਨਲਾਈਨ ਦੁਨੀਆ ਵੀ ਸੁਣਦੀ ਹੈ, ਮੈਂ ਕਹਿ ਸਕਦਾ ਵੀ ਇੱਕ ਵੀ ਸ਼ਖਸ ਐਸਾ ਉੱਠ ਕੇ ਮੇਰੀ ਅੱਖਾਂ 'ਚ ਅੱਖਾਂ ਪਾ ਕੇ ਨਹੀਂ ਕਹਿ ਸਕਦਾ ਵੀ ਤੁਸੀਂ ਸੇਵਕਾਈ ਨੂੰ ਖੱਟੀ ਦਾ ਵਸੀਲਾ ਬਣਾਇਆ ਹੋਵੇ, ਸੇਵਕਾਈ ਦੇ ਨਾਮ ਦੇ ਉੱਤੇ ਤੁਸੀਂ ਕੋਈ ਚੰਦਾ ਕੋਈ ਫੰਡ ਇਕੱਠਾ ਕੀਤਾ ਹੋਵੇ, ਸੇਵਕਾਈ ਦੇ ਨਾਮ ਦੇ ਉੱਤੇ ਤੁਸੀਂ ਚੰਦਿਆਂ ਦੇ ਉੱਤੇ ਜਾਂ ਦਸ਼ਮਾਂਸ਼ ਦੇ ਨਾਮ ਦੇ ਉੱਤੇ ਖੁਦਾ ਦੀ ਕਲੀਸੀਆ ਨੂੰ ਲੁੱਟਿਆ ਹੋਵੇ, ਜਾਂ ਕਦੀ ਆਪਣੇ ਸਵਾਰਥ ਦੇ ਲਈ ਕਲੀਸੀਆ ਨੂੰ ਬੇਮਤਲਬ ਇਸਤੇਮਾਲ ਕੀਤਾ ਹੋਵੇ। ਸੋ ਐਸੀ ਗੱਲ ਉਹੀ ਕਹਿ ਸਕਦਾ ਆ ਜਿਹਦਾ ਵਿਵੇਕ ਉਹਦੇ ਉੱਤੇ ਸਾਖੀ ਦਿੰਦਾ ਹੋਵੇ, ਅਤੇ ਜਿਹਨੂੰ ਇਹ ਪੂਰਨ ਰੂਪ ਦੇ ਵਿੱਚ ਆਪਣੀ ਕੀਤੀ ਹੋਈ ਸੇਵਕਾਈ ਦੇ ਉੱਤੇ ਭਰੋਸਾ ਹੋਵੇ ਕਿ ਮੈਂ
ਇਸ ਸੇਵਕਾਈ ਨੂੰ ਖੱਟੀ ਦਾ ਵਸੀਲਾ ਨਹੀਂ ਬਣਾਇਆ। ਬੜੀ ਵਾਰੀ ਬਹੁਤਿਆਂ ਦੇ ਨਾਲ ਦਸ਼ਮਾਸ਼ ਨੂੰ ਲੈ ਕੇ ਬਹਿਸ ਬਸਈਆ ਹੋਇਆ ਅਤੇ ਮੇਰਾ ਉਹਨਾਂ ਦਾ ਇੱਕੋ ਹੀ ਜਵਾਬ ਹੁੰਦਾ ਆ, ਇਸ ਵਚਨ ਦੇ ਵਿੱਚੋਂ ਗੱਲ ਕਰਿਓ, ਆਪਣੀ ਅਕਲ ਅਤੇ ਆਪਣੀ ਸਮਝ ਦੀ ਨਹੀਂ। ਕਿਉਂਕਿ ਅਸੀਂ ਕਿਸੇ ਇਨਸਾਨ ਦੀ ਅਕਲ ਸਮਝ ਨੂੰ ਲੈ ਕੇ ਨਹੀਂ ਚੱਲਦੇ ਜਾਂ ਉਹਦੇ ਮਗਰ ਨਹੀਂ ਚੱਲਦੇ, ਅਸੀਂ ਇਸ ਵਚਨ ਦੇ ਵਿੱਚ ਜੋ ਲਿਖਿਆ ਆ ਉਹਦੇ ਮੁਤਾਬਕ ਚੱਲਦੇ ਹਾਂ ਅਤੇ ਉਹਨੂੰ ਹੀ ਮੰਨਦੇ ਹਾਂ ਅਤੇ ਉਹਨੂੰ ਹੀ ਕਬੂਲ ਕਰਦੇ ਹਾਂ। ਇਸ ਤੋਂ ਪਰੇ ਕੋਈ ਫਰਿਸ਼ਤਾ ਵੀ ਆ ਕੇ ਭਾਵੇਂ ਪ੍ਰਭੂ ਯਿਸੂ ਮਸੀਹ ਦਾ ਰੂਪ ਧਾਰ ਕੇ ਵੀ ਕੋਈ ਆ ਜਾਵੇ ਅਤੇ ਉਹ ਤੋਂ ਪਰੇ ਹੋ ਕੇ ਕੋਈ ਗੱਲ ਕਰੇ ਅਤੇ ਉਹਨੂੰ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਮੰਨਣ ਦੇ ਵਾਸਤੇ ਤਿਆਰ ਨਹੀਂ ਹਾਂ। ਅਤੇ ਮੇਰਾ ਇੱਕੋ ਹੀ ਦਾਅਵਾ ਹੁੰਦਾ, ਇਸ ਵਚਨ ਦੇ ਵਿੱਚੋਂ ਸਿੱਧ ਕਰ ਦਿਓ ਕਿ ਨਵਾਂ ਜਨਮ ਪਾਏ ਹੋਏ ਬੰਦੇ ਦੇ ਉੱਤੇ ਦਸਵੇਂ ਹਿੱਸੇ ਦਾ ਕੋਈ ਹੁਕਮ ਹੈ। ਇਹਦੇ ਵਿੱਚੋਂ ਸਾਬਤ ਕਰ ਦਿਓ ਅਤੇ ਅਸੀਂ ਸਵੇਰੇ ਹੀ ਦਸਵੇਂ ਹਿੱਸੇ ਦਾ ਪ੍ਰਚਾਰ ਕਰਨਾ ਸ਼ੁਰੂ ਕਰਾਂਗੇ। ਉਹਦੇ ਵਿੱਚ ਤਾਂ ਸਾਨੂੰ ਫਾਇਦਾ, ਔਰ ਖਾਸ ਕਰਕੇ ਮੇਰੇ ਵਰਗੇ ਬੰਦੇ ਨੂੰ ਤਾਂ ਬਹੁਤ ਜ਼ਿਆਦਾ ਫਾਇਦਾ, ਕਿਉਂਕਿ ਜਿੱਦਾਂ ਮੈਂ ਸੇਵਕਾਈ ਨੂੰ ਫੈਲਾਉਣਾ ਚਾਹੁੰਦਾ ਉੱਦਾਂ ਮੈਂ ਫੈਲਾ ਰਿਹਾ ਨਹੀਂ ਹੈ। ਜਿੱਦਾਂ ਮੈਨੂੰ ਪ੍ਰਭੂ ਦੇ ਵਿੱਚ ਦਿਨ ਰਾਤ ਸ਼ਦਾਈ ਹੋ ਜਾਣਾ ਚਾਹੀਦਾ ਉੱਦਾਂ ਮੇਰੇ ਕੋਲ ਅਜੇ ਹੋ ਪਾ ਰਿਹਾ ਨਹੀਂ ਹੈ। ਅਤੇ ਜੇ ਮੈਨੂੰ ਦਸ਼ਮਾਂਸ਼ ਦੀ ਸਪੋਰਟ ਮਿਲੇ ਤਾਂ ਮੈਂ ਤਾਂ ਅੱਗ ਲਾ ਦਿਆਂ। ਜਿੰਨੇ ਲੋਕ ਮੇਰੇ ਕੋਲ ਹੈਗੇ ਨਾ, ਅਗਰ ਇਹ ਦਸ਼ਮਾਂਸ਼ ਦੇ, ਮੇਰਾ ਤਾਂ $15,000-20,000 ਇਕੱਠਾ ਹੋਵੇ ਅਤੇ ਮੈਨੂੰ ਤਾਂ ਕੋਈ ਪਰਵਾਹ ਹੀ ਨਾ ਹੋਵੇ। ਮੈਂ ਤਾਂ ਹਨੇਰੀਆਂ ਲਿਆ ਦਿਆਂ, ਪੰਜਾਬੀ ਵਿੱਚ ਕਹਿੰਦੇ ਹੁੰਦੇ, ਅਤੇ ਮੈਂ ਤਾਂ ਉਹ ਬੰਦਾ ਜਿਹੜਾ ਸੌਂਦਾ ਹੀ ਨਹੀਂ, ਮੇਰੇ ਨਾਲ ਕੋਈ ਰਹਿ ਕੇ ਦੇਖ ਲਵੇ 24 ਘੰਟੇ ਬਾਅਦ ਤੌਬਾ ਕਰ ਜੂਗਾ, ਅਤੇ ਮੈਂ ਤਾਂ ਉਹ ਬੰਦਾ ਜਿਹੜਾ ਹਫ਼ਤਾ ਵੀ ਨਾ ਸੌਵਾਂ ਤਾਂ ਮੈਨੂੰ ਕੋਈ ਪ੍ਰੋਬਲਮ ਹੀ ਨਹੀਂ। ਮੇਰੇ ਨਾਲ ਕੋਈ ਸਫ਼ਰ ਨਹੀਂ ਕਰ ਸਕਦਾ ਜਲਦੀ ਕਿਤੇ, ਮੇਰੇ ਨਾਲ ਕੋਈ ਮਿਹਨਤ ਨਹੀਂ ਕਰ ਸਕਦਾ ਜਲਦੀ ਕਿਤੇ, ਤੌਬਾ ਕਰ ਜੂ, ਕਿਉਂਕਿ ਮੈਂ ਐਸੇ ਉਸਤਾਦਾਂ ਦੀ ਮਾਰ ਖਾ ਕੇ ਸੇਵਕਾਈ ਵਿੱਚ ਆਇਆ ਹੋਇਆ ਹਾਂ ਜਿਹੜੇ ਇੱਦਾਂ ਦੇ ਸੀਗੇ, ਨਾ ਉਹ ਸੌਂਦੇ ਹੁੰਦੇ ਸੀ ਅਤੇ ਨਾ ਸੌਣ ਦਿੰਦੇ ਸੀ। ਅਤੇ ਪਰ ਮੈਂ ਕੀ ਕਹਿੰਦਾ ਵੀ ਦੱਸੋ ਨਾ, ਸਾਨੂੰ ਦੱਸੋ, ਵਚਨ ਨੂੰ ਅਸੀਂ ਮੰਨਣ ਲਈ ਆਏ ਹਾਂ, ਅਸੀਂ ਕੋਈ ਤਮਾਸ਼ਬੀਨ ਜਾਂ ਤਮਾਸ਼ਾ ਕਰਨ ਦੇ ਲਈ ਨਹੀਂ ਯਿਸੂ ਮਸੀਹ ਨੂੰ ਮੰਨਿਆ। ਜੇ ਤਮਾਸ਼ੇ ਕਰਨੇ ਫਿਰ ਤਾਂ ਅਸੀਂ ਜਿੱਥੇ ਸੀ ਉੱਥੇ ਬੜੇ ਵਧੀਆ ਤਮਾਸ਼ੇ ਹੁੰਦੇ ਸੀ। ਅਸੀਂ ਤਮਾਸ਼ਬੀਨ ਬਣਨ ਦੇ ਲਈ ਯਿਸੂ ਮਸੀਹ ਨੂੰ ਕਬੂਲ ਨਹੀਂ ਕੀਤਾ, ਜਾਂ ਚਰਚ 'ਚ ਆ ਕੇ ਐਂਟਰਟੇਨਮੈਂਟ ਕਰੀਏ, ਸੰਡੇ ਨੂੰ ਨੱਚੀਏ ਗਾਈਏ ਵਜਾਈਏ ਅਤੇ ਘਰ ਨੂੰ ਚਲ ਜਾਈਏ, ਅਸੀਂ ਇਸ ਦਿਨ ਯਿਸੂ ਮਸੀਹ ਨੂੰ ਕਬੂਲ ਕੀਤਾ। ਔਰ ਮੈਂ ਬੜੀ ਵਾਰੀ ਦੱਸਿਆ ਕਿ ਤੁਹਾਡੇ ਨਾਲ ਉਹ ਚੰਗੇ ਆ ਜਿਹੜੇ ਨੱਚਦੇ ਗਾਉਂਦੇ ਆ, ਪਤਾ ਲੱਗਦਾ ਆ ਵੀ ਚਾਅ ਹੈਗਾ, ਭਾਵੇਂ ਗਿਆਨ ਹੈ ਨਹੀਂ, ਭਾਵੇਂ ਗਿਆਨ ਹੈ ਨਹੀਂਗਾ, ਪਰ ਚਾਹ ਮਸੀਹ ਦੇ ਲਈ ਬੜਾ, ਤੁਹਾਡੇ ਕੋਲ ਗਿਆਨ ਹੈਗਾ ਚਾਹ ਹੈ ਨਹੀਂ, ਉਹਨਾਂ ਕੋਲ ਚਾਹ ਹੈਗਾ ਅਤੇ ਗਿਆਨ ਹੈ ਨਹੀਂ। ਅਤੇ ਮੈਂ ਤਾਂ ਦੋਨਾਂ ਨੂੰ ਇੱਕੋ ਜਿਹਾ ਸਮਝੂ, ਅਤੇ ਮੈਂ ਕੱਲ੍ਹ ਸੋਚਦਾ ਮੈਂ ਕਿਹਾ ਥੋੜ੍ਹਾ ਥੋੜ੍ਹਾ ਮਿਕਸ ਜਿਹਾ ਨਾ ਕਰ ਲਈਏ, ਥੋੜ੍ਹਾ ਜਿਹਾ ਚਾਹ ਉਹਨਾਂ ਦਾ ਲੈ ਲਈਏ ਅਤੇ ਥੋੜ੍ਹਾ ਜਿਹਾ ਗਿਆਨ ਆਪਣਾ ਦੇ ਦਈਏ ਅਤੇ ਦੋਨੇ ਇਕੱਠੀਆਂ ਕਰ ਦਈਏ, ਥੋੜ੍ਹਾ ਕੁਛ ਤਾਂ ਜਾਗਰਤੀ ਆਵੇ। ਪਰ ਫਿਰ ਬਚਨ ਰੋਕ ਦਿੰਦਾ, ਪਲੂਸ ਕਹਿੰਦਾ ਅਸੀਂ ਰਲਾ ਕਰਕੇ ਪੇਸ਼ ਕਰਦੇ ਨੇ। ਕੀ ਨਹੀਂ ਕਰਦੇ ਭਲਾ, ਅਸੀਂ ਰਲਾ ਕੇ ਪੇਸ਼ ਕਰਦੇ ਨਹੀਂ, ਜਿੱਦਾਂ ਆਉਂਦਾ ਆ ਉੱਦਾਂ ਹੀ। ਇਸੇ ਵਚਨ 'ਚ ਲਿਖਿਆ
ਕੌਣ ਆ ਜਿਹੜਾ ਫੌਜ ਦੀ ਨੌਕਰੀ ਕਰੇ ਅਤੇ ਤਨਖਾਹ ਨਾ ਲਵੇ? ਕਿਹੜਾ ਜਿਹੜਾ ਘਰੋਂ ਖਾ ਕੇ ਫੌਜ ਦੀ ਨੌਕਰੀ ਕਰੇ? ਕਹਿੰਦਾ ਗਾਉਂਦੇ ਬਲਦ ਦੇ ਮੂੰਹ ਨੂੰ ਸ਼ਿਕਲੀ ਨਹੀਂ ਲਾਈਦੀ, ਕੰਮ ਆਪਣੀ ਮਜ਼ਦੂਰੀ ਦਾ ਹੱਕਦਾਰ ਆ। ਅਸੀਂ ਤਾਂ ਉਹ ਵੀ ਨਹੀਂ ਲਏ ਜਿਹੜੇ ਸਾਡੇ ਹੱਕ ਸੀ, ਅਸੀਂ ਉਹ ਵੀ ਨਹੀਂ ਲਏ ਜਿਹੜੇ ਸਾਡੇ ਹੱਕ ਸੀ, ਜਿਹੜੇ ਸਾਡੇ ਬਣਦੇ ਸੀ, ਬਣਦੇ ਨੇ ਅੱਜ ਵੀ ਬਣਦੇ ਆ, ਪਰ ਅਸੀਂ ਉਹ ਲਏ ਨਹੀਂ। ਕਾਹਦੇ ਲਈ? ਜਦੋਂ ਬਾਕੀ ਸਾਰੇ ਲੈਂਦੇ, ਜਦੋਂ ਵਚਨ ਵੀ ਕਹਿੰਦਾ ਲੈ ਸਕਦੇ ਹਾਂ, ਅਤੇ ਜੇ ਲਓ ਤਾਂ ਕੋਈ ਪਾਪ ਵੀ ਨਹੀਂ। ਜੇ ਮੈਂ ਅੱਜ ਕਹਾਂ ਨਾ ਦਓ, ਅਤੇ ਜੇ ਤੁਸੀਂ ਦਿਓ ਤਾਂ ਕੋਈ ਪਾਪ ਵੀ ਨਹੀਂ। ਅਤੇ ਜੇ ਤੁਸੀਂ ਕਹੋਗੇ ਪਹਿਲਾਂ ਨਹੀਂ ਸੀ ਦੱਸਿਆ ਤਾਂ ਹੁਣ ਕਿਉਂ ਦੱਸ ਦਿਓ, ਇਹ ਮੇਰੀ ਮਰਜ਼ੀ ਸੀ। ਕਿਉਂਕਿ ਵਚਨ ਦੱਸਦਾ ਹਰੇਕ ਚੀਜ਼ ਦਾ ਇੱਕ ਵੇਲਾ ਆ। ਕੀ ਹੈ ਭਲਾ? ਹਰੇਕ ਚੀਜ਼ ਦਾ ਇੱਕ ਵੇਲਾ ਆ, ਅਤੇ ਮੈਂ ਹੁਣ ਵੇਲਾ ਲੈ ਆਉਂਦਾ ਵੀ ਹੁਣ ਦਿਓ। ਅਤੇ ਹੁਣ ਕਹਿੰਦੇ ਪਹਿਲਾਂ ਦੱਸਿਆ? ਪਹਿਲਾਂ ਨਹੀਂ ਸੀ ਦੱਸਿਆ, ਅਤੇ ਅਜੇ ਤਾਂ ਬੜਾ ਕੁਛ ਹੈ ਜਿਹੜਾ ਮੈਂ 10 ਸਾਲਾਂ ਬਾਅਦ ਜਾ ਕੇ ਦੱਸਣਾ, ਜਿਹੜਾ ਅੱਜ ਦੱਸਣਾ ਨਹੀਂ। ਸੋ ਹਰ ਚੀਜ਼ ਨੂੰ ਪੇਸ਼ ਕਰਨ ਦਾ ਕੀ ਹੈ ਭਲਾ? ਇੱਕ ਵੇਲਾ। ਕਹਿੰਦੇ ਇੱਕ ਬਾਪ ਨੇ ਨਾ ਪਹਿਲਾਂ ਹੀ ਧਾਰ ਲਿਆ ਸੀ ਕਿ ਜਦੋਂ ਮੇਰਾ ਬੇਟਾ ਪੈਦਾ ਹੋਣਾ ਨਾ, ਅਤੇ ਉਦੋਂ ਮੈਂ ਉਹਦੇ ਲਈ ਦੁਨੀਆ ਦੀ ਬੇਸ਼ਕੀਮਤ ਕਾਰ ਖਰੀਦ ਕੇ ਘਰ ਲੈ ਕੇ ਆਉਣੀ ਆ ਉਹਦੇ ਲਈ। ਅਤੇ ਬੱਚਾ 5 ਕੁ ਸਾਲ ਦਾ ਹੋਇਆ ਅਤੇ ਸੂਰਤ ਜੀ ਸੰਭਾਲੀ ਤਾਂ ਪਤਾ ਲੱਗਾ ਵੀ ਮੇਰੇ ਬਾਪ ਨੇ ਮੇਰੇ ਜਨਮ ਦੇ ਉੱਤੇ ਮੇਰੇ ਲਈ ਕਾਰ ਖਰੀਦੀ ਸੀ, ਅਤੇ ਬੱਚਾ ਜੇਦੀ ਪੈ ਗਿਆ। ਕਹਿੰਦਾ ਵੀ ਡੈਡੀ ਮੈਨੂੰ ਚਾਬੀ ਦੇ। ਕਹਿੰਦਾ ਨਹੀਂ ਪੁੱਤ, ਜੇ ਤੈਨੂੰ ਚਾਬੀ ਦਿੱਤੀ ਜਾਣੀ। ਕਹਿੰਦਾ ਕਾਰ ਮੇਰੀ ਲਈ, ਮੇਰੇ ਲਈ ਮਾਲਕ ਮੈਂ, ਅਤੇ ਮੈਨੂੰ ਚਾਬੀ ਕਿਉਂ ਨਹੀਂ? ਕਹਿੰਦਾ ਨਹੀਂ ਬੇਟਾ, ਜੇ ਕਾਰ ਤੇਰੀ ਆ, ਤੇਰੇ ਲਈ ਲਈ ਆ, ਚਾਬੀ ਵੀ ਤੇਰੇ ਹੱਥ 'ਚ ਦਿੱਤੀ ਜਾਊਗੀ, ਪਰ ਉਹ ਚਾਬੀ ਦੇਣ ਦਾ ਇੱਕ ਜੇ ਤੇਰੇ ਹੱਥ 'ਚ ਹੁਣ ਦਿੱਤੀ ਤਾਂ ਐਕਸੀਡੈਂਟ ਹੋ ਜਾਊਗਾ, ਤੂੰ ਮਰ ਸਕਦਾ, ਕਾਰ ਦਾ ਵੀ ਨੁਕਸਾਨ ਹੋਊ ਅਤੇ ਤੇਰੀ ਜ਼ਿੰਦਗੀ ਦਾ ਵੀ ਨੁਕਸਾਨ ਹੋਊਗੀ, ਪਰ ਜਦੋਂ ਤੂੰ ਉਹਦੇ ਲਾਇਕ ਹੋ ਜਾਏਗਾ ਤਾਂ ਫਿਰ ਤੈਨੂੰ ਉਹ ਦਿੱਤੀ ਜਾਏਗੀ। ਅਤੇ ਕਲੀਸੀਆ ਨੂੰ ਵੀ ਓਨਾ ਕੁ ਗਿਆਨ ਉਸੇ ਹਿਸਾਬ ਦਾ ਦਿੱਤਾ ਜਾਂਦਾ ਹੈ ਜਿੰਨਾ ਕਿ ਉਹ ਉਸ ਲਾਇਕ ਹੁੰਦੇ ਆ, ਅਤੇ ਉਹ ਇਹ ਨਹੀਂ ਕਹਿ ਸਕਦੇ ਵੀ ਤੁਸੀਂ ਪਹਿਲਾਂ ਨਹੀਂ ਸੀ ਦੱਸਿਆ ਅਤੇ ਹੁਣ ਕਿਉਂ ਦੱਸਦੇ। ਸੋ ਹੁਣ ਦੱਸਣ ਦਾ ਵੇਲਾ ਕਾਹਦੇ ਲਈ ਆਇਆ ਸੀ? ਇਸ ਲਈ ਆਇਆ ਸੀਗਾ ਵੀ ਤੁਸੀਂ ਕੁਛ ਵੀ ਨਹੀਂ ਕੀਤਾ, ਅਤੇ ਫਿਰ ਮੈਂ ਤੁਹਾਨੂੰ ਕਿਹਾ ਵੀ ਜੇ ਕੁਛ ਨਹੀਂ ਨਾ ਕਰਨਾ ਤਾਂ ਘੱਟੋ ਘੱਟ ਤੁਸੀਂ ਇੰਨਾ ਹੀ ਕਰੋ ਕਿ ਆਪਣੀ ਕਮਾਈ ਦਾ ਇੱਕ ਦਿਨ ਦਾ ਜਿਹੜਾ ਪ੍ਰੋਗਰਾਮ ਹੈ ਨਾ ਉਹ ਸਾਰਾ ਲੈ ਗਿਆ ਉਹ ਚਰਚ ਦੇ ਵਿੱਚ, ਅਤੇ ਫਿਰ ਹਿਸਾਬ ਕਿਤਾਬ ਲਾਉਣ ਲੱਗ ਪਏ। ਅੱਛਾ, ਪਰਿਵਾਰ ਦੇ ਵਿੱਚ ਜੇ ਚਾਰ ਜੀ ਕਰਦੇ ਆ ਤਾਂ ਫਿਰ ਚਾਰਾਂ ਨੂੰ ਲਿਜਾਣਾ ਪਊਗਾ, ਜੇ ਚਾਰਾਂ ਨੂੰ ਲਿਜਾਣਾ ਪਿਆ ਇਹ ਤਾਂ ਫਿਰ ਅਤੇ ਫਿਰ 3 ਕੰਮ ਛੱਡ ਦਿਓ। ਇੰਨਾ ਸੋਚ ਵਿਚਾਰ ਕਰਨ ਦੀ ਤਾਂ ਲੋੜ ਹੀ ਨਹੀਂ ਗੀ, ਫਿਰ 3 ਕੰਮ ਛੱਡ ਦਿਓ ਅਤੇ ਇੱਕੋ ਹੀ ਕਰੋ। ਅਤੇ ਜੇ ਰੱਬ ਨੇ ਚਾਰਾਂ ਨੂੰ ਕੰਮ ਬਖਸ਼ਿਆ ਅਤੇ ਫਿਰ ਚਾਰੇ ਲੈ ਕੇ ਆਓ। ਔਰ ਫਿਰ ਇਹ ਕੰਡੀਸ਼ਨ ਜਿਹੜੀ ਹੈ ਮੈਂ ਕਲੀਸੇ ਉੱਤੇ ਨਹੀਂ ਆਪਣੇ ਨਿਆਣੇ ਦੇ ਉੱਤੇ ਵੀ ਲਾਈ, ਉਹਨਾਂ ਨੂੰ ਵੀ ਕਿਹਾ ਵੀ ਇਹ ਜੋ ਕਲੀਸੀਆਂ ਨੇ ਕਰਨਾ ਹੈ ਇਹ ਤੁਹਾਨੂੰ ਵੀ ਕਰਨਾ ਪੈਣਾ ਹੈ। ਔਰ ਫਿਰ ਉਹਨਾਂ ਦੀ ਗੱਲ ਛੱਡ ਦਿਓ, ਇਹ ਮੈਂ ਆਪਣੇ ਆਪ ਦੇ ਉੱਤੇ ਵੀ ਲਾਈ ਕਿ ਜਦੋਂ ਬਾਕੀ ਸਾਰਿਆਂ ਨੇ ਖੁਦਾ ਦੀ ਸੇਵਕਾ ਇਹਦੇ ਲਈ ਇੱਕ ਦਿਨ ਲੈ ਕੇ ਆਉਣਾ ਅਤੇ ਫਿਰ ਤੈਨੂੰ ਵੀ ਲਿਆਉਣਾ ਪੈਣਾ।
ਸੋ ਇਹ ਸਾਰਾ ਕੁਛ ਅਸੀਂ ਜਦੋਂ ਸਿੱਖਦੇ ਹਾਂ ਅਤੇ ਸਮਝਦੇ ਹਾਂ ਅਤੇ ਇਹਦੀ ਵਜ੍ਹਾ ਇਹ ਸਾਰੀਆਂ ਗੱਲਾਂ ਕਰਨ ਦੇ ਪਿੱਛੇ ਦਾ ਕਾਰਨ ਇੱਕੋ ਹੀ ਆ ਕਿ ਸਿੱਖਿਆ ਕਿਸੇ ਦਾ ਲਿਹਾਜ਼ ਨਹੀਂ ਕਰਦੀ। ਬੜਿਆਂ ਦੇ ਮੈਨੂੰ ਕਮੈਂਟ ਆਉਂਦੇ ਆ ਵੀ ਸਖਤ ਬਹੁਤ, ਕੀ ਹੋ ਸਖਤ ਬਹੁਤ, ਅਤੇ ਮੈਂ ਕਦੀ ਕਿਸੇ ਨੂੰ ਮਜਬੂਰ ਕੀਤਾ ਵੀ ਮੈਂ ਸਖਤ ਹਾਂ ਅਤੇ ਤੁਸੀਂ ਮੇਰੇ ਨਾਲ ਰਹੋ, ਕਿਸੇ ਨੂੰ ਡਰਾਇਆ ਧਮਕਾਇਆ ਹੋਵੇ ਵੀ ਤੇਰਾ ਬੇੜਾ ਗਰਕ ਹੋ ਜਾਣਾ ਜੇ ਤੂੰ ਮੈਨੂੰ ਛੱਡ ਕੇ ਗਿਆ, ਤੇਰਾ ਘਰ ਉੱਜੜ ਜਾਣਾ, ਤੇਰਾ ਰਹਿਣਾ ਕੱਖ ਨਹੀਂ, ਤੇਰੀ ਨੌਕਰੀ ਚੱਲ ਜਾਣੀ ਹੈ, ਤੇਰੇ ਬੈਂਕ 'ਚ ਪੈਸੇ ਨਿਕਲ ਜਾਣੇ ਹੈ, ਕਿਸੇ ਨੂੰ ਕਦੀ ਡਰਾਇਆ, ਕਿਸੇ ਨੂੰ ਕਦੀ ਡਰਾਇਆ, ਡਰਾਇਆ ਨਹੀਂ। ਮੈਂ ਪਹਿਲਾਂ ਵੀ ਕਹਿੰਦਾ ਸੀ ਅਤੇ ਅੱਜ ਵੀ ਕਹਿੰਦਾ, ਜੋ ਇਹਦੇ ਵਿੱਚ ਲਿਖਿਆ ਮੈਂ ਉਹ ਕਹਿਣਾ ਹੀ ਹਾਂ। ਕਿਸੇ ਨੂੰ ਪਸੰਦ ਆ ਤਾਂ ਮੇਰੇ ਨਾਲ ਚੱਲੇ, ਕਿਸੇ ਨੂੰ ਨਹੀਂ ਪਸੰਦ ਤਾਂ ਜਾ ਸਕਦਾ, ਦਰਵਾਜ਼ੇ ਖੁੱਲ੍ਹੇ। ਇਹ ਮੈਂ ਪਹਿਲਾਂ ਵੀ ਕਹਿੰਦਾ ਸੀ ਅਤੇ ਅੱਜ ਵੀ ਕਹਿੰਦਾ, ਅਤੇ ਜਦੋਂ ਤੱਕ ਮੈਂ ਸੇਵਾ ਦੇ ਵਿੱਚ ਪ੍ਰਭੂ ਮੈਨੂੰ ਇਸਤੇਮਾਲ ਕਰਦਾ ਰਹੇਗਾ, ਮੈਂ ਉਦੋਂ ਤੱਕ ਇਸ ਸ਼ਬਦ ਦਾ ਇਸਤੇਮਾਲ ਕਰਦਾ ਰਹਾਂਗਾ। ਕਿਉਂ ਵਜ੍ਹਾ, ਹਾਂਜੀ ਵਜ੍ਹਾ ਕੀ ਹੈ? ਮੂਸਾ ਨੂੰ ਖੁਦਾਵੰਦ ਖੁਦਾ ਨੇ ਪਹਾੜ ਦੇ ਉੱਤੇ ਬੁਲਾ ਲਿਆ, ਕਾਹਦੇ ਲਈ? ਇੱਕ ਐਸੀ ਕੌਮ ਜਿਹਨੂੰ ਮੈਂ ਦੁਨੀਆਂ ਦੇ ਵਿੱਚੋਂ ਚੁਣਿਆ ਅਤੇ ਅਲੱਗ ਕੀਤਾ, ਜਿਹਨੂੰ ਮੈਂ ਦੁਨੀਆਂ ਦੇ ਅੱਗੇ ਇੱਕ ਨਿਸ਼ਾਨ ਬਣਾ ਕੇ ਖੜਿਆ ਕਰਨਾ, ਮੈਂ ਦੱਸਣਾ ਕਿ ਪਰਮੇਸ਼ੁਰ ਜਿਹਨਾਂ ਦੇ ਪੁਰਖਿਆਂ ਤੋਂ ਖੁਸ਼ ਹੁੰਦਾ ਉਸ ਕੌਮ ਦੇ ਨਾਲ ਉਹ ਕਿੱਦਾਂ ਚੱਲਦਾ ਹੈ। ਉਹਦੇ ਲਈ ਪਰਮੇਸ਼ੁਰ ਨੇ ਉਹਨਾਂ ਦੇ ਜੀਵਨ ਦੇ ਵਿੱਚ ਕੋਈ ਕਸਰ ਛੱਡੀ ਕਿਸੇ ਵੀ ਚੀਜ਼ ਦੀ? ਇਹ ਕਹਿੰਦੇ ਜੀ ਅਸੀਂ ਉੱਥੇ ਮਾਸ ਦੀਆਂ ਤੌੜੀਆਂ ਦੇ ਲਾਗੇ ਬਹਿੰਦੇ ਸੀ, ਕਿਹਦੀ ਹਜ਼ੂਰੀ 'ਚ ਕਹਿ ਰਹੇ? ਪਰਮੇਸ਼ੁਰ ਦੀ ਹਜ਼ੂਰੀ 'ਚ। ਕਹਿੰਦਾ ਕੋਈ ਗੱਲ ਨਹੀਂ, ਮਾਸ ਇੰਨਾ ਖਿਲਾਵਾਂਗੇ ਤੁਹਾਡੀਆਂ ਨਾਸਾਂ ਥਾਣੀ ਬਾਹਰ ਆਓ। ਇਹ ਕਹਿੰਦੇ ਜੰਗਲ 'ਚ ਲੈ ਆ ਪਿਆਸੇ ਮਾਰਨ ਦੇ ਲਈ। ਕਹਿੰਦਾ ਕੋਈ ਗੱਲ ਨਹੀਂ, ਪਾਣੀ ਦਾ ਇੰਤਜ਼ਾਮ ਵੀ ਕਰਕੇ ਦਿਓ, ਚਿੰਤਾ ਨਾ ਕਰੋ, ਤੁਸੀਂ ਮੰਗੋ ਕੀ ਮੰਗਣਾ। ਕੱਪੜਿਆਂ ਦੀ ਕੋਈ ਫਿਕਰ ਨਹੀਂ, ਖੁਦਾ ਨੇ ਕੱਪੜਿਆਂ ਉੱਤੇ ਐਸੀ ਬਰਕਤ ਦਿੱਤੀ ਫਟਦੀ ਨਹੀਂ। ਜੁੱਤੀਆਂ ਘਸਣ ਦੀ ਕੋਈ ਫਿਕਰ ਨਹੀਂ, ਖੁਦਾ ਨੇ ਐਸਾ ਫਜ਼ਲ ਕੀਤਾ ਜੁੱਤੀਆਂ ਘਸਦੀਆਂ ਨਹੀਂ। ਜੁੱਤੀ ਜਿਹਦੇ ਪੈਰ 'ਚ ਜਿੰਨੀ ਕੁ ਪਾਈ ਹੋਈ ਹੈ, ਜੇ ਪੈਰ ਦਾ ਸਾਈਜ਼ ਵੱਡਾ ਹੁੰਦਾ ਤਾਂ ਜੁੱਤੀਆਂ ਦਾ ਸਾਈਜ਼ ਵੀ ਨਾਲ ਨਾਲ, ਜੇ ਕੱਪੜੇ ਪਾਏ ਤਾਂ ਫਟਦੇ ਨਹੀਂ, ਤਾਂ ਜਿਵੇਂ ਜਿਵੇਂ ਸਾਈਜ਼ ਵੱਡਾ ਹੁੰਦਾ ਉਦੋਂ ਉਦੋਂ ਨਾਲ ਕੱਪੜਿਆਂ ਦਾ ਸਾਈਜ਼ ਵੀ ਚੱਲੋ ਤਾਂ ਕਿੱਧਰ ਨੂੰ ਚੱਲਣਾ ਹੈ। ਅਤੇ ਖੁਦਾ ਨੇ ਫਿਰ ਇੰਨਾ ਕੁਛ ਇਹਨਾਂ ਦੇ ਲਈ ਕੀਤਾ ਅਤੇ ਖੁਦਾ ਨੇ ਮੂਸਾ ਨੂੰ ਬੁਲਾਇਆ, ਕਹਿੰਦਾ ਆ ਪਹਾੜ ਦੇ ਉੱਤੇ ਮੈਂ ਅਤੇ ਮੇਰੀ ਪ੍ਰਜਾ ਨੇ ਚੱਲਣਾ ਹੈ। ਕੀ ਕਰਨਾ ਭਲਾ? ਮੈਂ ਅਤੇ ਮੇਰੀ ਪ੍ਰਜਾ ਨੇ ਇਕੱਠਿਆਂ ਹੋ ਕੇ, ਪਤੀ ਪਤਨੀ ਜੁੱਤੀ ਉਹ ਜੁੱਤੀ ਕਾਹਦੇ ਲਈ ਹੁੰਦੀ ਭਲਾ? ਵਿਚਾਰ ਮਿਲਦੇ ਨੇ, ਕਿਹਨੂੰ ਮਿਲਦੇ? ਅਤੇ ਜਿਹਨਾਂ ਦੇ ਮਿਲਦੇ ਕਦੀ ਸੁਣਿਆ ਉਹਨਾਂ ਨੂੰ ਕੁੱਟਮਾਰ ਕਰਦੇ? ਕਿੱਥੇ ਜੁੱਤੀ ਜੁੱਤੀ ਹੁੰਦਾ ਕੰਮ ਭਲਾ? ਜਿੱਥੇ ਵਿਚਾਰ ਮਿਲਦੇ ਨੇ। ਸਾਡੀ ਪਰਮੇਸ਼ੁਰ ਦੇ ਨਾਲ ਮੰਗਣੀ ਹੋਈ ਹੈ, ਯਸੂ ਮਸੀਹ ਦੇ ਨਾਲ ਕੀ ਹੋਈ ਹੈ? ਸਾਡੀ ਯਸੂ ਮਸੀਹ ਦੇ ਨਾਲ ਮੰਗਣੀ ਹੋਈ ਹੈ। ਜਿਹਦੇ ਨਾਲ ਮੰਗਣੀ ਹੋਈ ਹੈ ਉਹਦੇ ਸਿਧਾਂਤ ਹੈ। ਅਜੇ ਮੰਗਣੀ ਹੋਈ ਹੈ, ਸ਼ਾਦੀ ਹੋਣੀ ਹੈ, ਜਿਹਦੇ ਨਾਲ ਮੰਗਣੀ ਹੋਈ ਉਹਦੇ ਕੀ ਹੈ ਭਲਾ? ਸਿਧਾਂਤ ਹੈ। ਇਸ ਤੋਂ ਪਹਿਲਾਂ ਉਹ ਸ਼ਾਦੀ ਕਰੇ ਉਹਨੇ ਆਪਣੀਆਂ ਸ਼ਰਤਾਂ ਸਾਡੇ ਅੱਗੇ ਰੱਖ ਦਿੱਤੀਆਂ। ਕੀ ਕੀਤਾ ਭਲਾ? ਉਹਨੇ ਆਪਣੀਆਂ ਸ਼ਰਤਾਂ ਸਾਡੇ ਅੱਗੇ ਰੱਖ ਦਿੱਤੀਆਂ।
ਜੇ ਤੇ ਇਹਦੇ ਉੱਤੇ ਚੱਲਣਾ ਆ ਤੇ ਫਿਰ ਰਿਸ਼ਤਾ ਬਣਿਆ ਰਹਿ ਸਕਦਾ, ਨਹੀਂ ਤੇ ਮੰਗਣੀ ਟੁੱਟਣ ਲੱਗਿਆ ਵੀ ਦੇਰ ਲੱਗਣੀ। ਤੇ ਹੁਣ ਦੁਲਹਨ ਜਿਹਨੇ ਮੰਗਣੀ ਕੀਤੀ ਤੇ ਦੁਲਹਨ ਬਣਨਾ ਆ ਜਿਹਨੇ, ਉਹਨੂੰ ਇਹ ਪਤਾ ਹੋਣਾ ਚਾਹੀਦਾ ਵੀ ਜਿਹਦੇ ਨਾਲ ਮੈਂ ਵਿਆਹ ਹੀ ਜਾਣਾ ਆ ਉਹਦਾ ਸਿਸਟਮ ਬੜਾ ਖਤਰਨਾਕ ਹੈ। ਕੀ ਹੈ ਭਲਾ? ਖਤਰਨਾਕ ਸਿਸਟਮ ਆ ਉਹਦਾ, ਲਿਹਾਜ ਕਰਦਾ, ਕੋਈ ਵੀ ਕੁਤਾਹੀ ਉਹਦੇ ਵਿੱਚ ਇਸਤੇਮਾਲ ਹੋਣੀ, ਕੋਈ ਕੁਤਾਹੀ ਨਹੀਂ ਵਰਤ ਸਕਦੇ। ਔਰ ਇਹੋ ਗੱਲ ਸਮਝਾਉਣ ਦੇ ਲਈ ਖੁਦਾਵੰਦ ਖੁਦਾ ਨੇ ਮੂਸਾ ਨੂੰ ਪਹਾੜ ਦੇ ਉੱਤੇ ਬੁਲਾਇਆ। ਕੀ ਕੀਤਾ? ਪਹਾੜ ਉੱਤੇ ਬੁਲਾਇਆ। ਔਰ 600 ਤੋਂ ਵੱਧ ਹੁਕਮ ਖੁਦਾਵੰਦ ਖੁਦਾ ਨੇ ਹੁਕਮ ਕਾਨੂੰਨ ਅਤੇ ਵਿਧੀਆਂ ਉਹਨੂੰ ਲਿਖ ਕੇ ਦਿੱਤੀਆਂ ਅਤੇ ਫਿਰ ਉਹਨੂੰ ਕਿਹਾ ਇਹਨੂੰ ਪ੍ਰਜਾ ਨੂੰ ਪੜ੍ਹ ਕੇ ਸੁਣਾ ਦੇ। ਕੀ ਕਰ? ਇੱਥੇ ਜਦੋਂ ਜਾਂਦੇ ਹੋ ਨਾ ਰੋਡ ਦੇ ਉੱਤੇ, ਜੇ ਕੈਮਰਾ ਲੱਗਾ ਨਾ ਅੱਗੇ ਫੋਟੋ ਖਿੱਚਣ ਵਾਲਾ, ਤਾਂ ਉਹਨਾਂ ਨੇ ਪਹਿਲਾਂ ਲਿਖਿਆ ਹੋਇਆ ਵੀ ਅੱਗੇ ਫੋਟੋ ਖਿੱਚਣ ਵਾਲਾ ਕੈਮਰਾ, ਤੁਹਾਡੇ ਧੋਖਾ ਨਹੀਂ ਕਰਦੀ ਸਰਕਾਰ, ਚੋਰੀ ਛੁਪੇ ਨਹੀਂ ਲਾਏ ਕੈਮਰੇ। ਜੇ ਸਰਕਾਰ ਵੀ ਚੋਰੀ ਛੁਪੇ ਲਾਏ ਤਾਂ ਫਿਰ ਉਹ ਵੀ ਧੋਖੇਬਾਜ਼ ਅਤੇ ਅਸੀਂ ਵੀ ਧੋਖੇਬਾਜ਼, ਫਿਰ ਉਹਨਾਂ 'ਚ ਸਾਡੇ 'ਚ ਫਰਕ ਕੋਈ ਹੈਗਾ? ਹੈਗਾ ਨਹੀਂ। ਜਿਹੜੀ ਵੀ ਅੱਗੇ ਕੁਛ ਵੀ ਮੂਵਮੈਂਟ ਹੈਗੀ ਆ ਰਸਤੇ ਦੇ ਵਿੱਚ, ਉਹਨਾਂ ਨੇ ਪਹਿਲਾਂ ਤੁਹਾਨੂੰ ਆਗਾਹ ਕੀਤਾ ਕਿ ਆਹ ਕੁਛ ਹੀ ਹੋ। ਹੁਣ ਅੱਗੇ ਜਾ ਕੇ ਤੁਹਾਡਾ ਐਕਸੀਡੈਂਟ ਹੋਵੇ ਤਾਂ ਜ਼ਿੰਮੇਵਾਰ ਕੌਣ ਆ? ਅਸੀਂ ਹੈ ਨਾ। ਉਹਨਾਂ ਨੇ ਦੱਸ ਦਿੱਤਾ ਆ, ਧੋਖਾ ਕੀਤਾ ਨਹੀਂ, ਪਰਮੇਸ਼ੁਰ ਨੇ ਕਹਿ ਦਿੱਤਾ ਆਪਾਂ ਚੱਲਣਾ ਹੀ ਉਹ ਇਕੱਠਿਆਂ ਦੁਨੀਆਂ ਦੇ, ਇਸ ਦੁਨੀਆਂ ਦੇ ਜਿੱਥੇ ਅਸੀਂ ਰਹਿ ਰਹੇ ਹਾਂ ਇਹਦੇ ਅੰਤ ਤੱਕ ਮੈਂ ਬੰਦੇ ਦੇ ਨਾਲ ਚੱਲਣਾ ਹੀ ਹੋ, ਔਰ ਖਾਸ ਕਰਕੇ ਇਸ ਪ੍ਰਜਾ ਦੇ ਨਾਲ ਜਿਹਦੇ ਪੁਰਖਿਆਂ ਦੇ ਨਾਲ ਮੇਰਾ ਕੀ ਆ ਵਾਅਦਾ ਆ, ਇਹਨਾਂ ਦੇ ਨਾਲ ਮੈਂ ਚੱਲਣਾ ਆ। ਅਤੇ ਚੱਲਿਆ ਤਾਂ ਜਾ ਸਕਦਾ ਹੈ ਜੇ ਇਹ ਮੇਰੀ ਆਦਤ ਤੋਂ ਵਾਕਫ ਹੋ, ਉਹ ਸਾਡੀ ਆਦਤ ਤੋਂ ਚੰਗੀ ਤਰ੍ਹਾਂ ਵਾਕਫ ਹੋ, ਉਹਨੂੰ ਅਗੰਮ ਗਿਆਨ ਦੇ ਵਿੱਚ ਸਾਡੇ ਢੀਠ ਪੁਣੇ ਦਾ ਪੂਰਾ ਗਿਆਨ ਹੈ, ਸਾਡੀਆਂ ਕਮਜ਼ੋਰੀਆਂ ਦਾ ਪੂਰਾ ਗਿਆਨ ਹੈ, ਸਾਡੀਆਂ ਜਿਹੜੀਆਂ ਉਹਨੇ ਖੂਬੀਆਂ ਰੱਖ ਕੇ ਸਾਡੀ ਰਚਨਾ ਕੀਤੀ ਹੈ ਉਹਦਾ ਵੀ ਉਹਨੂੰ ਪੂਰਾ, ਸਾਡੇ ਵਿੱਚ ਕੀ ਖੂਬੀਆਂ ਨੇ ਰੱਖੀਆਂ ਸਾਨੂੰ ਨਹੀਂ ਪਤਾ, ਪਰ ਜਿਹੜੀਆਂ ਖੂਬੀਆਂ ਰੱਖ ਕੇ ਉਹਨੇ ਸਾਡੀ ਸਿਰਜਣਾ ਕੀਤੀ ਉਹਨੂੰ, ਉਹਨਾਂ ਸਾਰੀਆਂ ਦਾ ਵੀ ਕੀ ਹੈ ਗਿਆਨ, ਕਿੱਥੇ ਕਿੱਥੇ ਅਸੀਂ ਡਿੱਗਣਾ ਅਤੇ ਕਿੱਥੇ ਕਿੱਥੇ ਅਸੀਂ ਉੱਠਣਾ, ਅਗੰਮ ਗਿਆਨੀ ਪਰਮੇਸ਼ਵਰ ਸਭ ਕੁਛ ਪਹਿਲਾਂ ਤੋਂ ਜਾਣਦਾ ਹੈ, ਉਹਦੇ ਤੋਂ ਕੁਛ ਵੀ ਭੁੱਲਿਆ ਹੋਇਆ ਨਹੀਂ, ਉਹਨੂੰ ਸਭ ਕੁਛ ਪਤਾ ਹੈ, ਪਰ ਉਹਨੇ ਆਪਣੀ ਆਦਤ ਸਾਨੂੰ ਸਮਝਾਉਣੀ, ਉਹ ਚਾਹੁੰਦਾ ਅਸੀਂ ਕੀ ਕਰੀਏ ਭਲਾ, ਅਸੀਂ ਉਹਦੀ ਆਦਤ ਸਮਝੀਏ ਜਿਹਦੇ ਨਾਲ ਚੱਲਣਾ। ਉਹਨੇ ਆਪਣੀ ਆਦਤ ਤੋਂ ਵਾਕਫ ਇਸ ਲਈ ਕਰਾਇਆ ਕਿਉਂਕਿ ਉਹ ਭਸਮ ਕਰਨ ਵਾਲੀ ਅੱਗ ਹੈ। ਕੀ ਹੈ ਭਲਾ? ਬੋਲੋ ਸਾਰੇ, ਭੁੱਲ ਜਾਓ ਐਵੇਂ ਆ ਜਿਹੜਾ ਪਾਸਟਰਾਂ ਨੇ ਭੂਹੇ ਚੜ੍ਹਾਇਆ ਹੋਇਆ ਨਾ, ਪ੍ਰੇਮੀ ਖੁਦਾ, ਪ੍ਰੇਮੀ ਖੁਦਾ, ਪ੍ਰੇਮੀ ਖੁਦਾ, ਪਿਆਰ ਕਰਨ ਵਾਲਾ ਖੁਦਾ, ਦਇਆ ਕਰਨ ਵਾਲਾ ਖੁਦਾ, ਮਾਫ਼ ਕਰਨ ਵਾਲਾ ਖੁਦਾ, ਉਹਦੇ ਇੰਤਜ਼ਾਮ ਨੂੰ ਜਦੋਂ ਪੜ੍ਹਦੇ ਹੋ ਨਾ ਤਾਂ ਫਿਰ ਤੁਹਾਡੇ ਸਾਰੇ ਭੁਲੇਖੇ ਉੱਠ ਜਾਂਦੇ ਆ। ਉਹਦੇ ਪਿਆਰ ਦੀ ਇੱਕ ਸੀਮਾ ਆ, ਉਹ ਤੋਂ ਵੱਧ ਕੇ ਨਹੀਂ ਕਰਦਾ, ਉਹਦੀ ਦਇਆ ਦੀ ਵੀ ਇੱਕ ਸੀਮਾ ਹੈ, ਉਹ ਤੋਂ ਵੱਧ ਕੇ ਕਰਦਾ ਨਹੀਂ, ਉਹਦੇ ਅਨੁਗ੍ਰਹਿ ਦਾ ਵੀ ਇੱਕ ਯੁੱਗ ਚੱਲਦਾ ਆ, ਇਹ ਵੀ ਮਿੱਥਿਆ ਹੋਇਆ ਉਹਨੇ ਕਦੋਂ ਉਡਾ ਦੇਣਾ ਹੈ ਉਹਨੇ, ਅਤੇ ਜਦੋਂ ਉਹਨੇ ਅਨੁਗ੍ਰਹਿ ਚੁੱਕ ਲਿਆ ਉਦੋਂ ਦਇਆ ਦੋਇਆਂ ਨੂੰ ਭੁੱਲ ਜਾਈਓ, ਉਦੋਂ ਕਿਰਪਾ ਨੂੰ ਭੁੱਲ ਜਾਈਓ, ਉਦੋਂ ਪ੍ਰੇਮ ਨੂੰ ਵੀ
ਭੁੱਲ ਜਾਈਓ, ਉਦੋਂ ਯੂਹੰਨਾ ਦੇ ਉਸ ਦਰਸ਼ਨ ਨੂੰ ਚੇਤੇ ਰੱਖੀਓ ਜਿਹੜਾ ਪਤਮੋਸ ਟਾਪੂ ਦੇ ਉੱਤੇ ਉਹ ਦੇਖਦਾ ਆ। ਉਹਦੀਆਂ ਕਹਿੰਦਾ ਅੱਖਾਂ ਬਲ ਦੀ ਅੱਗ ਦੀ ਲਾਟ ਵਰਗੀਆਂ, ਪੈਰ ਪੂਰੇ ਸ਼ੁੱਧ ਪਿੱਤਲ ਵਰਗੇ ਆ, ਇਹ ਪੂਰੇ ਦਾ ਪੂਰਾ ਹੁਣ ਭਸਮ ਕਰਨ ਵਾਲਾ ਜੀ, ਜਿਹਦੇ ਵਿੱਚ ਦਇਆ ਨਾਂ ਦੀ ਕੋਈ ਚੀਜ਼ ਹੋਣੀ। ਹੁਣ ਤਾਂ ਜਦੋਂ ਉਹਨੇ ਆਉਣਾ ਤਾਂ ਲੋਹੇ ਦਾ ਡੰਡਾ ਫੜ ਕੇ ਆਉਣਾ ਹੈ ਸਿੱਧੇ ਕਰਨ ਵਾਸਤੇ, ਸਿਰਫ ਸਜ਼ਾ। ਉਹਦੇ ਆਉਣ ਦਾ ਮਤਲਬ ਕੀ ਹੈ ਭਲਾ? ਧਰਤੀ ਉੱਤੇ ਹੁਣ ਦੁਬਾਰਾ ਆਉਣ ਦਾ ਮਤਲਬ ਕੀ ਹੈ? ਪਹਿਲਾਂ ਤਾਂ ਕੀ ਕਹਿੰਦਾ, ਮੈਂ ਕਿਸੇ ਨੂੰ ਦੋਸ਼ੀ ਠਹਿਰਾਉਣ ਨਹੀਂ ਆਇਆ, ਮੈਂ ਸ਼ਰ੍ਹਾਂ ਨੂੰ ਖਤਮ ਕਰਨ ਨਹੀਂ ਆਇਆ, ਪੂਰਾ ਕਰਨ ਆਇਆ। ਜਦੋਂ ਪੂਰਾ ਕਰਕੇ ਸਰੀਰ ਦੇ ਉੱਤੇ ਕਹਿ ਗਿਆ ਪੂਰਾ ਹੋਇਆ, ਜਿਸ ਕੰਮ ਦੇ ਲਈ ਮੈਂ ਇਸ ਰੂਪ ਦੇ ਵਿੱਚ ਆਇਆ ਸੀ, ਉਹ ਕੰਮ ਕੀ ਹੋਇਆ ਭਲਾ? ਸਲੀਬ ਦੇ ਉੱਤੇ ਪੂਰਾ ਹੋਇਆ, ਹੁਣ ਅਗਲਾ ਕੰਮ ਸ਼ੁਰੂ ਹੋਇਆ। ਇਹ ਕਹਿੰਦਾ ਮੈਂ ਜਾਣਾ ਤੁਹਾਡੇ ਜਗ੍ਹਾ ਤਿਆਰ ਕਰਦਾ ਤਾਂ ਕਿ ਮੈਂ ਵਾਪਸ ਆਵਾਂ ਅਤੇ ਤੁਹਾਨੂੰ ਆਪਣੇ ਨਾਲ ਲੈ ਜਾਵਾਂ, ਤਾਂ ਕਿ ਜਿੱਥੇ ਮੈਂ ਹਾਂ ਉੱਥੇ ਤੁਸੀਂ ਵੀ ਹੋਵੋ। ਇਹ ਹੁਣ ਜਿੱਦਾਂ ਮੂਸਾ ਨੂੰ ਬੁਲਾਇਆ ਨਾ ਪਹਾੜ ਦੇ ਉੱਤੇ ਤਿਆਰੀ ਦੇ ਲਈ, ਅਤੇ ਉਸੇ ਤਰ੍ਹਾਂ ਯਸੁ ਮਸੀਹ ਗਿਆ ਆ ਹੁਣ ਆਪਣੇ ਬਾਪ ਦੇ ਕੋਲ ਤਿਆਰੀ ਦੇ ਲਈ। ਉੱਧਰ ਪਰਮੇਸ਼ੁਰ ਆਪਣੇ ਹੁਕਮ ਅਤੇ ਵਿਧੀਆਂ ਸਮਝਾਉਂਦਾ ਪਿਆ ਲੋਕਾਂ ਨੂੰ ਵੀ ਚੱਲਣਾ ਕਿੱਦਾਂ ਆ, ਆਪਾਂ ਕਿੱਦਾਂ ਚੱਲਣਾ ਆ। ਥੱਲੇ ਉਹ ਚੱਲਣ ਲੱਗ ਪਏ, ਤੀਸਰੇ ਆਕਾਸ਼ 'ਚ ਸਾਡੇ ਫਿਊਚਰ ਦੀ ਯੋਜਨਾ ਦੇ ਤਹਿਤ ਯਸੁ ਮਸੀਹ ਕੰਮ ਕਰ ਰਿਹਾ ਹੈ ਸਾਡੇ ਲਈ, ਅਤੇ ਅਸੀਂ ਕਿਹੜੀਆਂ ਚੀਜ਼ਾਂ ਜੁਲਦੇ ਹਾਂ ਭਲਾ? ਮੈਨੂੰ ਕਈਆਂ ਨੇ ਕਿਹਾ, ਕਹਿੰਦੇ ਜੀ ਜਿਹੜਾ ਤੁਸੀਂ ਐਤਵਾਰ ਵਚਨ ਸੁਣਾਇਆ ਪ੍ਰਭੂ ਭੋਜ ਦਾ, ਇਸ ਹਿਸਾਬ ਦੇ ਨਾਲ ਤਾਂ ਕੋਈ ਲੈ ਨਹੀਂ ਸਕਦਾ। ਮੈਂ ਕਿਹਾ ਮੈਂ ਦਿੱਤਾ ਇਸੇ ਕਰਕੇ ਨਹੀਂ, ਇਹ ਕੋਈ ਕਹਿਣ ਵਾਲੀ ਗੱਲ ਥੋੜ੍ਹੀ ਹੈ ਵੀ ਕੋਈ ਲੈ ਨਹੀਂ ਸਕਦਾ। ਅਤੇ ਜੇ ਤੁਸੀਂ ਲੈ ਨਹੀਂ ਸਕਦੇ ਫਿਰ ਕਰਨ ਕੀ ਡਏ ਹੋ? ਜਾ ਕੇ ਮੰਦਰਾਂ ਦੇ ਟੱਲ ਵਜਾਓ, ਕਿਉਂਕਿ ਸਜ਼ਾ ਤਾਂ ਤੁਹਾਨੂੰ ਉਹੀ ਮਿਲਣੀ ਹੈ ਜਿਹੜੀ ਮੰਦਰਾਂ ਦੇ ਟੱਲ ਵਜਾਉਣ ਵਾਲਿਆਂ ਨੂੰ ਮਿਲਣੀ ਹੈ। ਸਜ਼ਾ ਤਾਂ ਤੁਹਾਨੂੰ ਉਹੀ ਮਿਲਣੀ ਜਿਹੜੀ ਗੈਰ ਮਸੀਹੀ ਲੋਕਾਂ ਨੂੰ ਮਿਲਣੀ ਹੈ, ਅਤੇ ਫਿਰ ਇੱਥੇ ਤਾਂ ਸਜ਼ਾ ਹੋਰ ਕ੍ਰੋਧ ਇਕੱਠਾ ਕਰਦੇ ਹੋ, ਕਿਉਂਕਿ ਇੱਥੇ ਤੁਸੀਂ ਸਿੱਖਿਆ ਦੇ ਵਿੱਚ ਵੱਧ ਗਏ ਹੋ। ਹੁਣ ਤੁਹਾਡੇ ਕੋਲ ਬਹਾਨਾ ਕੋਈ ਹੈ ਹੀ ਨਹੀਂ, ਉਹਨਾਂ ਤੇ ਉਹਨਾਂ ਤੇ ਕਹਿਣਾ ਵੀ ਉਹ ਤੇ ਸਿਰਫ ਆਪਣੀ ਇੱਕ ਕੀ ਕਹਿੰਦੇ ਹੁੰਦੇ ਆ ਜਿਹਦਾ ਪੰਜਾਬੀ ਕਹੇ ਕਲਪਨਾ ਨੂੰ ਵੀ ਮਤਲਬ ਕਹਿਣ ਦਾ ਭਾਵ ਕਹਿਣਗੇ ਵੀ ਕਾਸ਼ ਕਿਤੇ ਅਸੀਂ ਤੈਨੂੰ ਮੰਨ ਲਿਆ ਹੁੰਦਾ ਤੇ ਅੱਜ ਇਸ ਸਜ਼ਾ ਦੇ ਵਿੱਚ ਨਾ ਹੁੰਦੇ, ਕਾਸ਼ ਅਸੀਂ ਤੇਰੀ ਸਿੱਖਿਆ ਨੂੰ ਸੁਣਿਆ ਹੁੰਦਾ ਤੇ ਅੱਜ ਇਸ ਸਜ਼ਾ ਦੇ ਵਿੱਚ ਨਾ ਹੁੰਦੇ ਤੇ ਅਸੀਂ ਕੀ ਕਹਾਂਗੇ? ਸਾਡੇ ਕੋਲ ਤਾਂ ਕੋਈ ਬਹਾਨਾ ਤੇ ਇਸੇ ਵਚਨ ਚ ਲਿਖਿਆ ਇਹ ਸੁਣਿਆ ਹੋਇਆ ਵਚਨ ਅੰਤ ਦੇ ਦਿਨ ਤੈਨੂੰ ਦੋਸ਼ੀ ਠਹਿਰਾਊਗਾ। ਕਿਉਂ ਕਹਿੰਦਾ ਨਵੀਂ ਨਾ ਆਇਆ ਕਰੋ? ਕਿਉਂਕਿ ਇਹ ਉਹ ਚਰਚ ਆ ਜਿੱਥੇ ਉਹ ਸੁਣਾਇਆ ਜਾਂਦਾ ਆ ਜਿਹੜਾ ਪ੍ਰਭੂ ਦੀ ਪਵਿੱਤਰ ਆਤਮਾ ਦੀ ਇੱਛਾ ਦੇ ਨਾਲ ਮਿਲਿਆ ਆ। ਉਹਦੇ ਵਿੱਚ ਕੋਈ ਮਿਲਾਵਟ ਕਰਕੇ ਦੱਸਿਆ ਜਾਂਦਾ ਨਾ, ਉਹਦੇ 'ਚ ਘਟਾਇਆ ਜਾਂਦਾ ਏ ਅਤੇ ਨਾ ਉਹਦੇ ਵਿੱਚ ਵਧਾਇਆ ਜਾਂਦਾ। ਫਿਰ ਤੁਹਾਨੂੰ ਮੌਕੇ ਦਿੱਤੇ ਵੀ ਸਵਾਲ ਕਰਿਆ ਕਰੋ, ਕੀ ਕਰਿਆ ਕਰੋ? ਖੁਦਾ ਨੇ ਤੁਹਾਨੂੰ ਐਸਾ ਸੇਵਕ ਦਿੱਤਾ ਜਿਹੜਾ ਤੁਹਾਨੂੰ ਕਹਿਣ ਦਾ ਸਵਾਲ ਕਰੋ। ਜੇ ਮੈਂ ਤੁਹਾਡੇ ਸਵਾਲ ਦਾ ਜਵਾਬ ਨਾ ਦੇ ਪਾਇਆ ਤਾਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਹੋ ਜਾਊਂਗਾ। ਜੇ ਤੁਸੀਂ ਇਹਦੇ ਵਿੱਚੋਂ ਕੋਈ ਰੈਫਰੈਂਸ ਦੇ ਕੇ ਮੈਨੂੰ ਕਹਿ ਦਿਓ ਨਹੀਂ ਇੱਦਾਂ ਨਹੀਂ ਤਾਂ ਇੱਦਾਂ ਆ, ਅਤੇ ਮੈਂ ਤਾਂ ਤੁਹਾਡੇ ਨਾਲ ਸਹਿਮਤ ਹੋਣ ਲਈ ਤਿਆਰ ਹਾਂ। ਅਤੇ ਫਿਰ ਤੁਸੀਂ ਸਵਾਲ ਨਹੀਂ ਕਰਦੇ, ਆਪਸ ਵਿੱਚ ਖੁਸਰ-ਫੁਸਰ ਕਰਦੇ ਹੋ। ਇਹ ਸਵਾਲ ਜਿਹੜੀ ਆਪਸ ਵਿੱਚ ਖੁਸਰ-ਫੁਸਰ ਕਰਦੇ ਹੋ ਇਹ ਕਿਤੇ ਮੇਰੇ ਨਾਲ ਕੀਤੇ ਹੁੰਦੇ?
ਤੇ ਜਾਂ ਤੇ ਆਪਣੀ ਗੱਲ ਮੈਨੂੰ ਮਨਾਉਂਦੇ ਤੇ ਜਾਂ ਫਿਰ ਮੇਰੀ ਮੰਨਦੇ। ਕਿਉਂਕਿ ਮੈਂ ਜਿਹੜਾ ਪ੍ਰਚਾਰ ਕਰਦਾ ਨਾ ਉਹ ਆ ਲੋਕਾਂ ਵਾਂਗੂ ਨਹੀਂ ਗਾ ਵੀ ਅੱਜ ਪੜ੍ਹਿਆ ਤੇ ਸਵੇਰੇ ਪ੍ਰਚਾਰ ਕਰ ਦੇਣਾ ਹੈ। ਇਹ ਤਾਂ 3 ਸਾਲ ਪਹਿਲਾਂ ਦੀ ਤਿਆਰੀ ਹੁੰਦੀ ਹੈ, 2 ਸਾਲ ਪਹਿਲਾਂ ਮੈਂ ਦੱਸਣਾ ਕੀ ਹੈ ਉਹਦਾ ਪੂਰਾ A to Z ਕੱਢਿਆ ਹੁੰਦਾ ਹਿਸਾਬ ਕਿਤਾਬ, ਤੇ ਫਿਰ ਜਾ ਕੇ ਕਿਤੇ ਦੱਸੀਦਾ ਵੀ ਆਹ ਇੱਦਾਂ ਨਹੀਂ ਆਹ ਇੱਦਾਂ ਹੈ। ਐਵੇਂ ਨਹੀਂ ਵੀ ਉਦਾਂ ਹਵਾ ਦੇ ਵਿੱਚ ਹੀ ਗੱਲ ਕਰਤੀ ਜਾਵੇ। ਜੇ ਅਸੀਂ ਸ਼ੈਤਾਨ ਦੇ ਵਿਸ਼ੇ ਨੂੰ ਛੇੜਿਆ ਸੀ ਨਾ ਤਾਂ ਬੜਿਆਂ ਨੇ ਬੜੇ ਸਿਰ ਫਸਾਏ ਹੈ, ਪਰ ਅਜੇ ਤੱਕ ਕੋਈ ਸਿੱਧ ਨਹੀਂ ਕਰ ਸਕਿਆ ਕਿ ਜਿਹਨੂੰ ਲੂਸੀਫਰ ਕਹਿ ਕੇ ਸ਼ੈਤਾਨ ਕਹੀ ਜਾਂਦੇ ਹੋ ਉਹ ਵਾਕਿਆ ਸ਼ੈਤਾਨ ਹੈ। ਅਸੀਂ ਦੱਸਿਆ ਸੀ ਨਹੀਂ, ਲੂਸੀਫਰ ਵੀ ਸ਼ੈਤਾਨ ਦੇ ਅੜਿੱਕੇ ਚੜ੍ਹਿਆ ਸੀ, ਲੂਸੀਫਰ ਸ਼ੈਤਾਨ ਨਹੀਂ ਸੀ। ਅਤੇ ਅਸੀਂ ਉਹ ਇੱਦਾਂ ਹੀ ਨਹੀਂ ਸੀ ਦੱਸਿਆ, ਉਹ ਜਿੰਨਾ ਪਹਿਲਾਂ ਸੁਣਿਆ ਸੀ ਦਾਸ ਦੇ ਕੋਲੋਂ, ਫਿਰ ਉਸ ਤੋਂ ਵੱਧ ਜਾ ਕੇ ਲੋਕਾਂ ਨੇ ਫਿਰ ਕਈ ਤਰ੍ਹਾਂ ਦੇ ਜਦੋਂ ਸਵਾਲ ਕੱਢੇ ਨਾ ਤਾਂ ਉਹਨਾਂ ਸਾਰੀਆਂ ਚੀਜ਼ਾਂ ਦੇ ਜਵਾਬ ਤਿਆਰ ਕਰ ਕਰਕੇ ਦੱਸਿਆ ਵੀ ਇਹ ਇੱਦਾਂ ਹੀ ਹੈ। ਜੇ ਅਸੀਂ ਦਸ਼ਮਾਸ਼ ਦੇ ਉੱਤੇ ਟੀਚਿੰਗ ਦਿੱਤੀ ਤਾਂ ਉਹ ਖੋਲ੍ਹ ਖੋਲ੍ਹ ਕੇ ਇਕੱਲੀ ਇਕੱਲੀ ਗੱਲ ਦੱਸੀ ਹੈ ਵੀ ਇਹ ਇੱਦਾਂ ਹੀ ਹੈ, ਅਤੇ ਨਾਲ ਫਿਰ ਦੱਸਿਆ ਵੀ ਫਿਰ ਵੀ ਜੇ ਅੱਜ ਵੀ ਕਿਸੇ ਨੇ ਦਸ਼ਮਾਸ਼ ਲੈਣਾ ਤਾਂ ਕੋਈ ਗੱਲ ਨਹੀਂ ਲਵੇ, ਪਰ ਫਿਰ ਉਹਨੂੰ ਵਚਨ ਨੂੰ ਮੰਨਣਾ ਪੈਣਾ। ਫਿਰ ਜਿੱਦਾਂ ਦਸ਼ਮਾਸ਼ ਲੈਣ ਵਾਲੇ ਦਸ਼ਮਾਸ਼ ਲੈ ਕੇ ਜ਼ਿੰਦਗੀ ਜੀਂਦੇ ਸੀਗੇ, ਫਿਰ ਜ਼ਿੰਦਗੀ ਦਸ਼ਮਾਸ਼ ਲੈਣ ਵਾਲੇ ਨੂੰ ਉੱਦਾਂ ਜੀਣੀ ਪੈਣੀ ਹੈ। ਫਿਰ ਇੱਦਾਂ ਆ ਜਾਓ, ਜੇ ਲੈਣਾ ਨਾ ਤਾਂ ਫਿਰ ਉੱਦਾਂ ਜੀਣਾ ਪੈਣਾ। ਅਤੇ ਉਹਨਾਂ ਨੇ ਤੁਹਾਨੂੰ ਕਹਿ ਤਾ ਜਿਹਨੇ ਦਸ਼ਮਾਸ਼ ਲੈਣਾ ਉਹਦਾ ਖਾਨਦਾਨ ਪ੍ਰਭੂ ਦੀ ਸੇਵਾ ਦੇ ਵਿੱਚ ਆਪਣਾ ਪੂਰਾ ਜੀਵਨ ਗੁਜ਼ਾਰੂਗਾ। ਉਹ ਇਸ ਧਰਤੀ ਦੇ ਉੱਤੇ ਮੁਸਾਫਰ ਅਤੇ ਪਰਦੇਸੀ ਬਣ ਕੇ ਰਹੇਗਾ, ਉਹ ਇਸ ਧਰਤੀ ਉੱਤੇ 1 ਇੰਚ ਵੀ ਜ਼ਮੀਨ ਦਾ ਟੁਕੜਾ ਨਹੀਂ ਖਰੀਦ ਪਾਊਗਾ। ਪ੍ਰੋਪਰਟੀ, ਕੋਠੀ, ਬੰਗਲੇ, ਹੋਟਲ 7 ਸਟਾਰ ਬਣਾਉਣਾ ਤਾਂ ਬੜੀ ਦੂਰ ਦੀ ਗੱਲ ਹੈ। ਸਿਰਫ ਦਸ਼ਮਾਸ਼ ਲੈਣ ਦੀ ਨਾ ਗੱਲ ਕਰੋ, ਫਿਰ ਫਿਰ ਉਹਦੇ ਨਾਲ ਜਿਹੜੀਆਂ ਕਾਨੂੰਨ ਅਤੇ ਵਿਧੀਆਂ ਉਹਨੇ ਦਿੱਤੀਆਂ ਉਹਨਾਂ ਨੇ ਪੂਰਾ ਕਰੋ। ਜਿੱਦਾਂ ਅਸੀਂ ਦੱਸਦੇ ਸੀਗੇ ਵੀ ਆ ਗਿਆ ਜੀ ਕਿਹੜਾ ਗੁੱਡ ਫਰਾਈਡੇ ਜੀ, ਉਹਨੂੰ ਇਸ ਦਿਨ ਚੜ੍ਹਾਇਆ ਸੀ ਉਹਨੂੰ, ਅਤੇ ਉਹ ਅਸੀਂ ਨਕਲ ਕਰਨ ਲੱਗ ਪਏ ਹਾਂ, ਸਾਡੀ ਸਲੀਬ ਚੁੱਕੀ ਆ, ਠੀਕ ਹੈ ਜੀ, ਅਤੇ ਤੁਰ ਪਏ। ਇੱਦਾਂ ਥੋੜ੍ਹੀ ਮਜ਼ਾ ਆਇਆ, ਪਹਿਲਾਂ ਪਾਓ ਇਹਨੂੰ ਲੰਮਿਆਂ, ਬਣਾਓ ਕੋੜਾ ਸਮੇਂ, ਫਿਰ ਓਨੀ ਦੂਰੀ ਤੈਅ ਕਰੋ ਜਿੰਨੀ ਦੂਰੀ 'ਤੇ ਉਹ ਸਰੀਬ ਚੁੱਕ ਕੇ ਲੈ ਕੇ ਗਿਆ ਸੀ, ਇਹਦੇ ਰੱਖੋ ਓਨੀ ਭਾਰੀ ਮੋਢੇ ਦੇ ਉੱਤੇ ਸਰੀਬ। ਇਹ ਤਾਂ ਹੁਣ ਉਹ ਰੰਦਾ ਲੱਗੀ ਚੱਕਦੇ ਨਾ, ਉਹ ਰੰਦਾ ਲੱਗੀ ਹੋਈ ਨਹੀਂ, ਉਹ ਤਾਂ ਦਰਖਤ ਦਾ ਮੋਢੀ ਸੀਗਾ ਇੱਕ, ਇੱਦਾਂ ਅਤੇ ਕਿੱਦਾਂ ਦਰਖਤ ਪੂਰਾ, ਉਹ ਕਿਤੇ ਸਜਾ ਸੀ ਹੋਊਗਾ ਥੋੜ੍ਹੀ ਜਿਹੜੀ ਤੁਸੀਂ ਸਰੀਬ ਦੇਖਦੇ ਹੋ। ਕਿਤੇ ਇੱਦਾਂ ਪਹਿਲਾਂ ਜਿਹਨੂੰ ਚੜ੍ਹਾਉਣਾ ਆ ਲਾਂਤੀ ਮੌਤ, ਅਤੇ ਉਹਦੇ ਲਈ ਪਹਿਲਾਂ ਰੰਦਾ ਲਾਣਗੇ ਅਤੇ ਫਿਰ ਉਹਨੂੰ ਬੜੀ ਵਧੀਆ ਚੜ੍ਹਾਉਣਗੇ ਵੀ ਇਹਦੇ ਕਿਤੇ ਖਰੋਂਚ ਖਰਾਂਚ ਨਾ ਲੱਗ ਜਾਵੇ। ਉਹ ਤਾਂ ਇੱਦਾਂ ਹੀ ਹੈ ਦਰਖਤ, ਅਤੇ ਇੱਦਾਂ ਉੱਪਰ ਜੋੜਿਆ ਅਤੇ ਉਹ ਰੱਖੋ ਉਹਦੇ ਮੋਢਿਆਂ ਦੇ ਉੱਤੇ, ਨਾਲੇ ਦੇ ਮੋਢੇ ਮਾਢੇ ਛਿੱਲੇ ਜਾਣ। ਇਹ 2 ਕੁ ਮਹੀਨੇ ਰਹੇ ਹਸਪਤਾਲ ਅਤੇ ਅਗਲੀ ਵਾਰੀ ਨਹੀਂ ਗੁੱਡ ਫਰਾਈਡੇ ਮਨਾਉਂਦਾ। ਅਤੇ ਜੇ ਕਿਤੇ ਕੋੜੇ ਉੱਦਾਂ ਦੇ ਲਾਉਣ ਜਿਹੜੇ ਉਹਦੇ ਲਾਏ ਸੀਗੇ ਤਾਂ ਗਰੰਟੀ ਆ ਇਹ ਕੋੜੇ ਖਾਂਦਾ ਖਾਂਦਾ ਜੇ ਜਿਉਂਦਾ ਰਹਿ ਜਾਵੇ। ਸਖਤੀ ਇਸ ਲਈ ਆ ਵੀ ਮਸੀਹੀ ਜੀਵਨ ਤਮਾਸ਼ਾ ਨੀਗਾ, ਇਹਦੇ ਵਿੱਚ ਤਮਾਸ਼ੇ ਦੇ ਲਈ ਕੋਈ ਜਗ੍ਹਾ
ਇਹਦੇ ਤਮਾਸ਼ੇ ਦੇ ਲਈ ਕੋਈ ਜਗ੍ਹਾ ਹੈ ਹੀ ਨਹੀਂ। ਮੈਨੂੰ ਭਾਈ ਬਲਵੀਰ ਕਹਿੰਦੇ ਇੱਕ ਪਾਸੇ ਕਹਿੰਦੇ ਕਲੀਸੀਆ ਨੂੰ ਵਧਾਉਣ ਦੀ ਗੱਲ ਕਰਦੇ ਹੋ, ਦੂਜੇ ਪਾਸੇ ਫਿਰ ਇੰਨੀ ਸਖਤੀ। ਮੈਂ ਕਿਹਾ ਮੈਂ ਲੰਗੂਰ ਥੋੜ੍ਹੀ ਇਕੱਠੇ ਕਰਨੇ, ਕਲੀਸੀਆ ਵਧਾਉਣੀ ਹੈ ਪਰ ਲੰਗੂਰ ਨਹੀਂ ਇਕੱਠੇ ਕਰਨੇ। ਅਸੀਂ ਕਲੀਸੀਆ ਵਧਾਉਣ ਦੇ ਲਈ ਯਤਨ ਕਰਾਂਗੇ ਕਿਉਂਕਿ ਪ੍ਰਭੂ ਦਾ ਹੁਕਮ ਆ, ਜਾ ਕੇ ਫਲ ਲਿਆਓ ਅਤੇ ਬਹੁਤ ਆਇਤ ਦਾ ਹੋਵੇ, ਬਹੁਤਾ ਫਲ ਲਿਆਓ ਅਤੇ ਤੁਹਾਡਾ ਫਲ ਕਾਇਮ ਰਹੇ। ਲੇਕਿਨ ਉਹਦਾ ਫਲ ਲਿਆਉਣਾ ਅਸੀਂ ਲੰਗੂਰ ਥੋੜ੍ਹੀ ਇਕੱਠੇ ਕਰ ਲੈਣੇ, ਅਸੀਂ ਸ਼ੇਰ ਇਕੱਠੇ ਕਰਾਂਗੇ। ਲੰਗੂਰ ਨੇ ਕੀ ਕਰਾਂਗੇ ਭਲਾ? ਇਹਦਾ ਮਤਲਬ ਇਹ ਥੋੜ੍ਹੀ ਅਸੀਂ ਭੀੜ ਇਕੱਠੀ ਕਰਨੀ ਹੈ ਅਤੇ ਅਸੀਂ ਨਿਯਮ ਤੋਂ ਬਾਹਰ ਹੋ ਕੇ ਸ਼ੁਰੂ ਕਰ ਦੇ ਨਾ। ਇੱਥੇ ਬੇਨਿਯਮੀ ਵਾਲਾ ਤਾਂ ਕੋਈ ਕੰਮ, ਭੀੜ ਵੀ ਹੋਊਗੀ, ਲੋਕ ਵੀ ਵਧਣਗੇ, ਪਰ ਤਲੀਮ ਦਾ ਮਿਆਰ ਇਹ ਰਹੂ। ਇਹਦੇ ਵਿੱਚ ਕੋਈ ਬਦਲਾਵ ਆ ਸਕਦਾ? ਇਸ ਲਈ ਕਹੀਦਾ ਜਿਹਨੂੰ ਮਨਜ਼ੂਰ ਆ ਉਹ ਆਵੇ ਅਤੇ ਜਿਹਨੂੰ ਨਹੀਂ ਮਨਜ਼ੂਰ ਉਹ ਜਾਵੇ, ਕਿਉਂਕਿ ਟਾਈਮ ਖਰਾਬ ਹੁੰਦਾ ਨਾ ਬੰਦੇ ਦਾ। ਜਿਹੜਾ ਵਿਚਾਰਾ ਆਉਂਦਾ ਆ ਉਹਦੇ ਕੋਲ ਚੱਲਿਆ ਤਾਂ ਜਾਣਾ ਹੀ ਨਹੀਂ। ਇਹ ਤਾਂ ਗੱਲ ਪ੍ਰਭੂ ਯਸ਼ੂ ਮਸੀਹ ਨੇ ਵੀ ਪੁੱਛ ਲਈ, ਬਾਰਾਂ ਦੇ ਕੋਲੋਂ ਜਦੋਂ 70 ਛੱਡ ਗਏ ਨਾ, ਬਾਰਾਂ ਨੂੰ ਪ੍ਰਭੂ ਯਸ਼ੂ ਮਸੀਹ ਨੇ ਵੀ ਉਹ ਸਵਾਲ ਕੀਤਾ ਜਿਹੜਾ ਅੱਜ ਮੈਂ ਕਰਦਾ, ਕਹਿੰਦਾ ਕੀ ਤੁਸੀਂ ਵੀ ਜਾਣਾ ਚਾਹੁੰਦੇ ਹੋ? ਅਤੇ ਹੁਣ ਉਹਨਾਂ ਦਾ ਜਵਾਬ ਸੀਗਾ ਅਸੀਂ ਤੈਨੂੰ ਛੱਡ ਕੇ, ਕਿਉਂਕਿ ਜੂਨ ਦੀਆਂ ਗੱਲਾਂ, ਅਤੇ ਫਿਰ ਹੁਣ ਫੈਸਲਾ ਅਸੀਂ ਕਰ ਲਈਏ ਵੀ ਜਿੱਥੇ ਜੂਨ ਦੀਆਂ ਗੱਲਾਂ ਆ, ਜਿੱਥੇ ਸੱਚਾਈ ਦੱਸੀ ਜਾਂਦੀ ਹੈ, ਜਿੱਥੇ ਸਮਝੌਤਾ ਕੀਤਾ ਨਹੀਂ ਜਾਂਦਾ, ਜੇ ਉਸ ਜਗ੍ਹਾ ਨੂੰ ਛੱਡ ਕੇ ਤੁਸੀਂ ਜਾਣਾ ਹੈ ਤਾਂ ਤੁਹਾਡੇ ਲਈ ਦਰਵਾਜ਼ੇ ਖੁੱਲ੍ਹੇ। ਪਰ ਯਾਦ ਰੱਖਿਓ ਜੋ ਕੁਛ ਸੁਣ ਲਿਆ ਆ ਹੁਣ ਤੁਸੀਂ, ਇਸ ਸੁਣੇ ਹੋਏ ਨੇ ਤੁਹਾਡਾ ਪਿੱਛਾ ਕਰਨਾ ਪੂਰਾ, ਔਰ ਇਹਨੇ ਤੁਹਾਨੂੰ ਟਿਕਣ ਦੇਣਾ ਨਹੀਂ। ਜਿਹੜਾ ਜਾਊਗਾ ਲਿਖ ਕੇ ਲੈ ਲਓ, ਉਹਨੂੰ ਦੁਬਾਰਾ ਆਉਣਾ ਪਊ। ਇਹ ਵੀ ਚੈਲੇਂਜ ਆ, ਜਿਹੜਾ ਚਲਾ ਜਾਊਗਾ ਨਾ ਉਹ ਟੇਕ ਨਹੀਂ ਸਕਦਾ ਕਿਤੇ ਵੀ, ਉਹ ਦੁਬਾਰਾ ਘੁੰਮ ਘੁਮਾ ਕੇ ਇੱਥੇ ਆਊ, ਕਿਉਂਕਿ ਜੋ ਸੁਣ ਲਿਆ ਉਹ ਗਾਂ ਜਦੋਂ ਉਹਨੂੰ ਪਤਾ ਲੱਗਣਾ ਨਾ ਵੀ ਆਹ ਤਾਂ ਸਾਰਾ ਕੁਛ ਉਲਟਾ ਇੱਥੇ ਦੱਸੀ ਜਾਂਦੇ, ਫਿਰ ਉਹਦੀਆਂ ਅੱਖਾਂ ਖੁੱਲਣੀਆਂ। ਫਿਰ ਜਦੋਂ ਮੈਂ ਕੌਂਸਲਰ ਬਣਿਆ ਨਾ ਤਾਂ ਲੋਕ ਬੜੇ ਦੁਖੀ ਸੀ, ਕਹਿੰਦੇ ਵੀ ਬੜਾ ਇਹ ਸਖਤ ਜਿਹਾ ਬੰਦਾ ਆ ਅਤੇ ਇੱਦਾਂ ਇੱਦਾਂ। ਅਤੇ ਜਦੋਂ ਫਿਰ ਮੈਂ ਕਿਹਾ ਅਜੇ ਨਹੀਂ ਤੁਹਾਨੂੰ ਮੇਰੀ ਕਦਰ ਹੋਣੀ। ਜਦੋਂ ਮੈਂ ਕੌਂਸਲਰਸ਼ਿਪ ਛੱਡੀ ਅਤੇ ਮੇਰੀ ਥਾਂ 'ਤੇ ਦੂਜਾ ਜਦੋਂ ਕੌਂਸਲ ਆਇਆ, ਫਿਰ ਤੁਸੀਂ ਇਕਬਾਲ ਗੇਨ ਨੂੰ ਚੇਤੇ ਕਰਿਆ ਕਰਨ ਅਤੇ ਅੱਜ ਉਹ ਬਸਤੀ ਬਾਗ ਖੇਲ ਚੇਤੇ ਕਰਦੀ। ਉਹਦੇ ਵਰਗਾ ਕਹਿੰਦੇ ਕੌਂਸਲਰ ਹੋ ਸਕਦਾ? ਸੋ ਜਿਹੜਾ ਵੀ ਕੰਮ ਕੀਤਾ ਰੀਝ ਦੇ ਨਾਲ ਪੂਰੀ, ਉਹਦੇ ਵਿੱਚ ਕਦੇ ਸਮਝੌਤਾ ਕੀਤਾ, ਸਮਝੌਤਾ ਨਹੀਂ ਕੀਤਾ। ਸੋ ਮੂਸਾ ਗਿਆ ਆ, ਪਰਮੇਸ਼ੁਰ ਨਾਲ ਚੱਲਣਾ ਚਾਹੁੰਦਾ ਆਪਣੇ ਪ੍ਰਜਾ ਦੇ। ਪਰਮੇਸ਼ੁਰ ਦੀ ਤੜਪ ਪਹਿਲਾਂ ਦੇਖੀਏ, ਸਭ ਤੋਂ ਪਹਿਲਾਂ ਕੀ ਦੇਖੀਏ? ਪਰਮੇਸ਼ੁਰ ਦੀ ਤੜਪ ਕਿ ਆਦਮ ਨੂੰ ਬਣਾਇਆ, ਬਾਗੇ ਅਦਨ ਦੇ ਵਿੱਚ ਰੱਖਿਆ, ਆਪ ਆਉਂਦਾ ਉਹਨੂੰ ਮਿਲਣ ਦੇ। ਇਹ ਨਹੀਂ ਕਹਿੰਦਾ ਫਰਿਸ਼ਤਿਆਂ ਨੂੰ ਵੀ ਹਾਂਜੀ ਮੇਰਾ ਦਿਲ ਕਰਦਾ ਉਹਦੇ ਨਾਲ ਗੱਲਬਾਤ ਕਰਾਂ ਅਤੇ ਜਾ ਕੇ ਸਦਕੇ ਤੇ ਲਿਆਓ ਨਾ। ਤੜਪ ਕਿੰਨੀ ਇਹਦੇ ਲਈ? ਭਲਾ ਆਪ ਆਉਂਦਾ, ਪਾਪ ਦੇ ਕਾਰਨ ਜੁਦਾ ਹੋਇਆ, ਕੱਢ ਦਿੱਤਾ ਬਾਗੇ ਅਦਨ ਦੇ ਵਿੱਚੋਂ, ਤਾਂ ਵੀ ਰਾਫਤਾ ਆਪ ਹੀ ਕੀਤਾ। ਹਾਬਲ ਦੇ ਲਹੂ ਨੂੰ ਅੱਜ ਤੱਕ ਭੁੱਲਿਆ? ਭੁੱਲਿਆ ਨਹੀਂ, ਧਰਮੀ ਦਾ ਲਹੂ ਅੱਜ ਤੱਕ ਉਹਨੂੰ ਚੇਤੇ ਹੈ। ਆਪ ਹੀ ਰਾਫਤਾ ਕੀਤਾ ਅਤੇ ਮੂਸਾ ਨੂੰ ਕਹਿੰਦਾ ਇਸਰਾਇਲੀ ਨੂੰ ਕਹਿ ਮੇਰੇ ਲਈ ਇੱਕ ਡੇਰਾ ਬਣਾਉਣ ਤਾਂ ਜੋ ਮੈਂ ਉਹਨਾਂ ਦੇ ਵਿੱਚ ਆ ਗਿਰਵਾਂ। ਤੜਪ
ਫਿਰ ਸੁਲੇਮਾਨ ਨੇ ਹੈਕਲ ਬਣਾਈ ਅਤੇ ਉੱਥੇ ਪ੍ਰੋਮਿਸ ਕਰਕੇ ਗਿਆ, ਅੱਜ ਤੋਂ ਮੇਰੀ ਨਜ਼ਰ ਇਸ ਭਵਨ ਦੇ ਉੱਤੇ। ਸੋ ਉਹ ਜਿਹਨੇ ਨਾਲ ਚੱਲਣਾ ਨਾ, ਉਹ ਬੇਗੈਰਤਿਆਂ ਦੇ ਨਾਲ ਚੱਲਣ ਵਾਲਾ ਖੁਦਾ ਨਹੀਂ, ਉਹ ਢੀਠ ਅਤੇ ਮਨਮਤੀਆਂ ਦੇ ਨਾਲ ਚੱਲਣ ਵਾਲਾ ਖੁਦਾ ਨਹੀਂ ਹੈ। ਉਹਨੇ ਵਿਵਸਥਾ ਦਿੱਤੀ, ਜਿਹੜਾ ਇਹਨੂੰ ਮੰਨਣਾ ਚਾਹੁੰਦਾ ਮੈਂ ਉਹਦੇ ਨਾਲ ਹਾਂ, ਉਹਦੇ ਨਾਲ ਹੀ ਰਹਾਂਗਾ। ਜਿਹੜਾ ਇਹਨੂੰ ਮੰਨਣਾ ਚਾਹੁੰਦਾ, ਜਿਹੜਾ ਇਹਦੇ ਵਿੱਚ ਆਪਣੀ ਕੋਈ ਇੱਛਾ ਲਿਆਉਂਦਾ, ਆਪਣੀ ਕੋਈ ਅਕਲ ਨੂੰ ਫਿੱਟ ਕਰਦਾ, ਆਪਣੀ ਕੋਈ ਸਮਝ ਨੂੰ ਫਿੱਟ ਕਰਦਾ ਆ, ਉਹਨੂੰ ਲੱਗੂਗਾ ਤਾਂ ਜ਼ਰੂਰ ਕੰਮਾਂ ਕੁੰਮਾਂ ਤੋਂ ਕਿ ਖੁਦਾ ਮੇਰੇ ਨਾਲ ਹੀ ਆ, ਪਰ ਉਹ ਸਮਝ ਲਵੇ ਵਚਨ ਦੇ ਗਿਆਨ ਨੂੰ ਮੈਂ ਉਹਦੇ ਨਾਲ। ਇਹਨੂੰ ਹੁਣ ਭਰਮ ਇਹ ਹੀ ਆ ਨਾ, ਲੈ ਹਰ ਮਹੀਨੇ ਤੇ ਇੱਕ ਮੁਰਦਾ ਜਿੰਦਾ ਹੋ ਜਾਂਦਾ, ਅਤੇ ਜੇ ਖੁਦਾ ਮੇਰੇ ਨਾਲ ਨਾ ਹੋਵੇ ਤਾਂ ਮੁਰਦਾ ਜਿਉਂਦਾ ਕਿੱਦਾਂ ਹੋਵੇ। ਭਰਮ, ਹਰ ਰੋਜ਼ ਸੈਂਕੜੇ ਮਰੀਜ਼ ਚੰਗੇ ਹੋ ਜਾਂਦੇ ਆ, ਜੇ ਖੁਦਾ ਮੇਰੇ ਨਾਲ ਨਾ ਹੋਵੇ ਤਾਂ ਇਹ ਕਿੱਦਾਂ ਚੰਗੇ ਹੋ ਜਾਣ। ਭੂਤਾਂ ਅਤੇ ਪ੍ਰੇਤਾਂ ਨੂੰ ਤਾਂ ਮੈਂ ਡਾਂਟਦਾ ਹਾਂ ਅਤੇ ਉਹ ਕੰਬਦੀਆਂ ਹੋਈਆਂ ਨਿਕਲ ਜਾਂਦੀਆਂ, ਜੇ ਖੁਦਾ ਮੇਰੇ ਨਾਲ ਨਾ ਹੋਵੇ ਤਾਂ ਇਹ ਸਭ ਕੁਛ ਫਿਰ ਕਿੱਦਾਂ ਹੋਵੇ। ਮੈਂ ਭਵਿੱਖਬਾਣੀਆਂ ਵੀ ਕਰ ਦਿੰਦਾ ਹਾਂ ਲੋਕਾਂ ਦੇ ਲਈ ਅਤੇ ਉਹ ਵੀ ਪੂਰੀਆਂ ਹੋ ਜਾਂਦੀਆਂ, ਜੇ ਖੁਦਾ ਮੇਰੇ ਨਾਲ ਨਾ ਹੋਵੇ ਤਾਂ ਇਹ ਕਿੱਦਾਂ ਹੋਵੇ। ਅਤੇ ਇਸੇ ਵਚਨ ਦੇ ਵਿੱਚ ਲਿਖਿਆ ਵਿਵਸਥਾ ਸਾਰ ਦੇ ਵਿੱਚ, ਪਰਮੇਸ਼ੁਰ ਝੂਠੀਆਂ ਭਵਿੱਖਬਾਣੀਆਂ ਨੂੰ ਵੀ ਪੂਰਾ ਹੋ ਲੈਣ ਦਿੰਦਾ ਹੈ। ਕੀ ਕਰਦਾ ਭਲਾ? ਪਰਮੇਸ਼ੁਰ ਝੂਠੀਆਂ ਭਵਿੱਖਬਾਣੀਆਂ ਨੂੰ ਵੀ ਪੂਰਾ ਹੋ ਲੈਣ ਦਿੰਦਾ ਤਾਂ ਕਿ ਉਹ ਆਪਣੇ ਲੋਕਾਂ ਨੂੰ ਪਰਖੇ ਕਿ ਉਹ ਇਹਨਾਂ ਦੇ ਮਗਰ ਲੱਗਦੇ ਤਾਂ ਨਹੀਂ। ਸਾਫ਼ ਕਰਕੇ ਲਿਖਿਆ ਵਚਨ ਦੇ ਵਿੱਚ, ਇਸੇ ਵਚਨ 'ਚ ਉਹਨਾਂ ਦੇ ਲਈ ਲਿਖਿਆ ਜਿਹਨਾਂ ਨੇ ਭਰਮ ਹੈ ਕਿ ਇੰਨਾ ਕੁਛ ਹੁੰਦਾ, ਉਹਨਾਂ ਨੇ ਲਿਖਿਆ ਮੈਂ ਸਾਫ਼ ਕਹਿ ਦਾਂਗਾ ਮੈਂ ਤੁਹਾਨੂੰ ਜਾਣਦਾ ਹੀ ਨਹੀਂ। ਕੋਈ ਭੁਲੇਖਾ ਨਹੀਂ ਰੱਖਿਆ ਉਹਨੇ ਕੋਈ ਵੀ, ਅਸੀਂ ਨਹੀਂ ਗੌਰ ਕਰਨਾ, ਅਸੀਂ ਨਹੀਂ ਧਿਆਨ ਦੇਣਾ, ਇਹ ਸਾਡੀ ਮਰਜ਼ੀ ਹੈ, ਪਰ ਉਹਨੇ ਕੋਈ ਕਮੀ ਛੱਡੀ? ਉਹਨੇ ਸਭ ਕੁਛ ਖੋਲ੍ਹ ਖੋਲ੍ਹ ਕੇ ਚੰਗੀ ਤਰ੍ਹਾਂ ਬਿਆਨ ਕਰ ਕਰਕੇ ਦੱਸਿਆ ਤਾਂ ਕਿ ਕੋਈ ਬੰਦਾ ਭਰਮ ਦੇ ਵਿੱਚ ਰਹੇ ਨਾ। ਉਹਦੇ ਉਹਨੇ ਆਪ ਹੀ ਲਿਖਿਆ ਜਦੋਂ ਕੋਈ ਉਹਨੂੰ ਆਪਣੇ ਧਿਆਨ ਦੇ ਵਿੱਚ ਫਿਰ ਉਸ ਤਰ੍ਹਾਂ ਨਹੀਂ ਰੱਖਦਾ ਜਿਵੇਂ ਰੱਖਣਾ ਚਾਹੀਦਾ ਆ, ਤਾਂ ਫਿਰ ਉਹਨੂੰ ਛੱਡ ਦਿੰਦਾ ਆ। ਯਸੂ ਮਸੀਹ ਦਾ ਵਚਨ ਕੀ ਦੱਸਦਾ ਆ? ਪਿਤਾ ਉਹਦੇ ਕੋਲ ਨਹੀਂ ਆ। ਹੁਣ ਜਦੋਂ ਪਿਤਾ ਨੇ ਕੋਲ ਨਹੀਂ ਹੋਣਾ ਤਾਂ ਵਚਨ ਹੀ ਦੱਸਦਾ, ਜਾਂ ਭ੍ਰਿਸ਼ਟ ਆਤਮਾ ਕਿਸੇ ਮਨੁੱਖ ਦੇ ਵਿੱਚੋਂ ਨਿਕਲ ਜਾਂਦਾ ਅਤੇ ਉਹ ਸੁਨਸਾਨ ਥਾਵਾਂ ਦੇ ਵਿੱਚ ਭਟਕਦਾ, ਅਤੇ ਫਿਰ ਦੁਬਾਰਾ ਜਦੋਂ ਵਾਪਸ ਆ ਕੇ ਉਸ ਜਗ੍ਹਾ 'ਚੋਂ ਜਿੱਥੋਂ ਨਿਕਲਿਆ ਹੁੰਦਾ ਉਹਨੂੰ ਸਾਫ਼ ਸੁਥਰੀ ਦੇਖਦਾ, ਅਤੇ ਫਿਰ ਉਹ ਸੱਤ ਬੁਰੇ ਆਤਮੇ ਹੋਰ ਲੈ ਕੇ ਆਉਂਦਾ, ਅਤੇ ਜੇ ਉੱਥੇ ਉਹ ਪਰਮੇਸ਼ੁਰ ਵਿਰਾਜਮਾਨ ਹੈ ਤਾਂ ਫਿਰ ਉਹਦੀ ਜ਼ਰੂਰਤ ਹੈਗੀ ਆਊਗਾ। ਅਤੇ ਹੁਣ ਜਦੋਂ ਉਹ ਸਾਫ਼ ਸੁਥਰਾ ਕਰਕੇ ਅਤੇ ਇਹਨੇ ਉੱਥੇ ਫਿਰ ਗੰਦਗੀ ਲੈਣ ਦੀ ਸੂਰ ਦੇ ਸੁਭਾਅ ਦੇ ਨਾਲ, ਅਤੇ ਹੁਣ ਕੰਮ ਕੀ ਹੋਣਾ ਭਲਾ? ਹੁਣ ਉਹ ਦੁਬਾਰਾ ਜਦੋਂ ਆਉਂਦਾ ਨਾ ਤਾਂ ਫਿਰ ਲਿਖਿਆ ਉਹਦਾ ਜਿਹੜਾ ਪਿਛਲਾ ਹਾਲ ਉਹ ਪਹਿਲੇ ਨਾਲੋਂ ਕੀ ਹੋਊਗਾ? ਭੈੜਾ ਹੋਊਗਾ। ਕਿਉਂ ਕਹੂਗਾ ਭਲਾ? ਕਿਉਂਕਿ ਇਹਨੇ ਪਰਮੇਸ਼ੁਰ ਦੀ ਪਹਿਚਾਣ ਦੇ ਵਿੱਚ ਬਣਿਆ ਰਹਿਣਾ ਚਾਹਿਆ, ਇਹਨੇ ਬਣਿਆ ਰਹਿਣਾ ਨਹੀਂ ਚਾਹਿਆ। ਇਸ ਲਈ ਪਰਮੇਸ਼ੁਰ ਫਿਰ ਲਿਹਾਜ਼ ਕਰਦਾ ਨਹੀਂ ਹੈ। ਵਚਨ ਕਿੱਡਾ ਸਮਰਥੀ ਔਰ ਕਿੱਡਾ ਖੁੱਲ੍ਹ ਕੇ ਬੋਲਦਾ। ਅੱਜ ਮੈਂ ਉਹਨੂੰ ਗੱਡੀ 'ਚ ਆਉਂਦਾ ਦੱਸਦਾ ਸੀ ਵੀ ਏਲੀ ਨੇ ਆਪਣੇ ਪੁੱਤਰਾਂ ਨੂੰ ਪਾਪ ਕਰਨ ਤੋਂ ਰੋਕਿਆ ਨਹੀਂ। ਨਿਆਣੇ ਮਰਨੇ ਸੀ ਉਹਦੇ, ਕਿਉਂਕਿ ਜਿਹੜਾ ਪਾਪ ਉਹ ਜਿੱਥੇ ਕਰਦੇ ਸੀ ਉਹਨਾਂ ਦੇ ਲਈ ਮਾਫ਼ੀ ਹੈ ਹੀ ਨਹੀਂ ਸੀ, ਲੇਕਿਨ ਏਲੀ ਬਚ ਸਕਦਾ ਸੀ।
ਏਲੀ ਨੂੰ ਅੱਜ ਜਿਹੜਾ ਬੁਰੀ ਨਿਗਾਹ ਨਾਲ ਅਸੀਂ ਤੁਸੀਂ ਲੋਕ ਦੇਖਦੇ ਹੋ ਨਾ, ਏਲੀ ਇਸ ਚੀਜ਼ ਤੋਂ ਬਚ ਸਕਦਾ ਸੀ ਜੇ ਉਹ ਆਪਣੇ ਫਰਜ਼ ਨੂੰ ਪੂਰਾ ਕਰ ਦਿੰਦਾ, ਪਰ ਉਹਨੇ ਆਪਣੇ ਫਰਜ਼ ਨੂੰ ਪੂਰਾ ਕੀਤਾ। ਔਰ ਕੈਸਾ ਇੱਕ ਬਦਨਸੀਬ ਅਸੀਂ ਉਸਤਾਦ ਕਵਾਂਗੇ ਜਿਹਦੇ ਨਾਲ ਜੋ ਕੁਛ ਹੋਣਾ ਆ ਉਹ ਵੀ ਖੁਦਾਵੰਦ ਖੁਦਾ ਨੇ ਉਹਦੇ ਚੇਲੇ ਦੇ ਕੋਲੋਂ ਕਹਾਇਆ। ਖੁਦਾ ਨਹੀਂ ਗੱਲ ਕਰਦਾ ਇਹਦੇ ਨਾਲ, ਉਹਨੇ ਸੈਮੂਅਲ ਦੇ ਨਾਲ ਗੱਲ ਕੀਤੀ। ਸੈਮੂਅਲ ਦੇ ਤਰਲੇ ਪਾਉਂਦਾ ਇੱਕ ਜਾਜਕ, ਕਹਿੰਦਾ ਦੱਸ ਖੁਦਾ ਨੇ ਤੈਨੂੰ ਕੀ ਕਿਹਾ। ਉਹਨੇ ਫਿਰ ਦੱਸਿਆ ਤੇਰਾ ਆਹ ਕੁਛ ਹੋਣ ਵਾਲਾ ਜੀ। ਸੁਕਲੀਸਿਆ ਵੀ ਸੇਵਕ ਦੇ ਲਈ ਬੱਚਿਆਂ ਵਾਂਗੂ ਹੀ ਹੈ। ਜੇ ਬੱਚਿਆਂ ਦੀਆਂ ਗਲਤੀਆਂ ਉਹਨਾਂ ਦੇ ਗੁਨਾਹ ਉਹਨੂੰ ਦੇਖਦੇ ਆ ਤੇ ਜੇ ਉਹ ਦੱਸੇ ਨਾ, ਉਹਦਾ ਹਸ਼ਰ ਵੀ ਏਲੀ ਜਾਜਕ ਵਾਲਾ ਹੀ ਹੋਣਾ। ਇਸ ਲਈ ਸੇਵਕ ਦਾ ਵੀ ਫਰਜ਼ ਬਣਦਾ ਭਲਾ ਉਹ ਦੱਸੇ ਕਲੀਸਿਆ ਨੂੰ। ਇਹ ਮੰਨਣਾ ਨਾ ਮੰਨਣਾ ਉਹ ਤੁਹਾਡੀ ਮਰਜ਼ੀ ਹੈ। ਕਈ ਮੈਨੂੰ ਕਹਿੰਦੇ ਵੀ ਉਹ ਲਾ ਕੇ ਆ ਜਾਣਗੇ ਸਾਰਾ ਕੁਛ, ਸੋਨਾ ਚਾਂਦੀ ਗਹਿਣੇ ਗੁਹਣੇ ਮੇਕਅਪ ਵਗੈਰਾ ਵੀ ਲਾ ਕੇ ਆ ਜਾਣਗੇ ਤੇ ਉਹ ਪ੍ਰਭੂ ਭੋਜ ਲੈ ਲੈਣਗੇ ਫਿਰ ਜਾ ਕੇ ਕਰਨਗੇ। ਮੈਂ ਕਿਹਾ ਮੈਨੂੰ ਇਸ ਚੀਜ਼ ਨਾਲ ਲੈਣਾ ਦੇਣਾ ਨਹੀਂ ਹੈ ਵੀ ਉਹ ਫਿਰ ਜਾ ਕੇ ਕਰਨਗੇ। ਜਿਹਦੇ ਨਾਲ ਉਹਨੇ ਧੋਖਾ ਕਰਨਾ ਉਹ ਉਹਨਾਂ ਨੂੰ ਦੇਖਦਾ ਹੈ। ਜਿਹਦੇ ਨਾਲ ਧੋਖਾ ਕਰਨਾ ਨਾ, ਜਿਹਦੇ ਨਾਲ ਧੋਖਾ ਕਮਾਉਣਾ ਉਹ ਕੀ ਕਰਦਾ ਪਿਆ ਭਲਾ, ਉਹ ਉਹਨੂੰ ਵੇਖਦਾ ਹੈ। ਸੰਤ ਪਲੂਸ ਕਹਿੰਦਾ ਮੈਂ ਮਸੀਹ ਦੇ ਲਈ ਮਰ ਗਿਆ। ਕੀ ਹੋਇਆ? ਮੈਂ ਮਸੀਹ ਦੇ ਲਈ ਮਰ ਗਿਆ, ਮਸੀਹ ਦੇ ਲਈ ਮਰ ਗਿਆ। ਫਿਰ ਕਹਿੰਦਾ ਮੈਂ ਮਸੀਹ ਦੇ ਨਾਲ ਸਲੀਬ ਦੇ ਉੱਤੇ ਚੜ੍ਹਾਇਆ ਗਿਆ। ਜਿੱਦਾਂ ਉਹ ਚਾੜਿਆ ਗਿਆ ਉੱਦਾਂ ਹੀ ਮੈਂ ਚਾੜਿਆ ਗਿਆ। ਹੁਣ ਜਿਹੜਾ ਸਲੀਬ ਤੇ ਯਸੂ ਮਸੀਹ ਚਾੜਿਆ ਗਿਆ ਸੀ ਕਿੱਦਾਂ ਸੀ? ਬੈਂਗਣੀ ਕ੍ਰਿਸ਼ਮੇ ਜੀ ਕੱਪੜੇ ਪਾਏ ਹੋਏ, ਬੋਲੋ ਕਿੱਦਾਂ ਸੀ ਭਲਾ? ਤਨ ਦੇ ਉੱਤੇ ਕੁਛ ਵੀ ਤੇ ਲਿਖਿਆ ਕੀ ਹੈ ਭਲਾ? ਇਹ ਕਹਿੰਦਾ ਕਿ ਮੈਂ ਕੀ ਹਾਂ? ਇਹਨਾਂ ਦਾ ਬਾਦਸ਼ਾਹ। ਤੇ ਬਾਦਸ਼ਾਹ ਜਿਹੜਾ ਬਾਦਸ਼ਾਹਾਂ ਦਾ ਬਾਦਸ਼ਾਹ ਉਹ ਸਲੀਬ ਦੇ ਉੱਤੇ ਕਿੱਦਾਂ ਭਲਾ? ਬੋਲੋ ਸਾਰੇ। ਅੱਜ ਸਿੱਖਣਾ ਆ ਕਿਉਂਕਿ ਪ੍ਰਭੂ ਭੋਜ ਮੈਂ ਕੱਲ੍ਹ ਨਹੀਂ ਦੇ ਰਿਹਾ, ਫਿਰ ਕਿਉਂਕਿ ਇਹ ਦੇਣਾ ਹੀ ਉਦਣ ਆ ਮੈਂ ਜਿੱਦਣ ਤੁਹਾਨੂੰ ਸਮਝ ਆ ਗਿਆ। ਮੈਂ ਬਪਤਿਸਮਾ ਨਹੀਂ ਕਿਸੇ ਨੂੰ ਦਿੰਦਾ, ਇਸੇ ਕਰਕੇ 32 ਸਾਲਾਂ ਦੇ ਵਿੱਚ ਮੈਂ 6 ਲੋਕਾਂ ਨੂੰ ਬਪਤਿਸਮਾ ਦਿੱਤਾ। ਮੈਂ ਚਾਹੁੰਦਾ ਤਾਂ 6,000 ਤੋਂ ਗਾਂਹ ਵੱਧ ਕੇ ਮੈਂ 60,000 ਨੂੰ ਵੀ ਦੇ ਸਕਦਾ ਸੀ, ਪਰ ਮੈਂ ਦਿੱਤਾ ਨਹੀਂ। ਇਸੇ ਕਰਕੇ ਮੈਂ ਬਪਤਿਸਮਾ ਉਹਨੂੰ ਦਿੰਦਾ ਜਿਹਨੂੰ ਬਪਤਿਸਮਾ ਸਮਝ ਆਉਂਦਾ, ਨਹੀਂ ਤਾਂ ਮੈਂ ਦਿੰਦਾ ਨਹੀਂ, ਕਿਉਂਕਿ ਮੈਂ ਬਪਤਿਸਮੇ ਦੀ ਗਿਣਤੀ ਵਧਾਉਣ ਦੇ ਲਈ ਨਹੀਂ ਸੇਵਾ ਕਰਦਾ, ਬਲਕਿ ਬਪਤਿਸਮਾ ਸਮਝਾਉਣ ਦੇ ਲਈ ਸੇਵਾ ਕਰਦਾ। ਬਪਤਿਸਮੇ ਦਾ ਅਰਥ ਅਰਥ ਕੀ ਹੈ? ਕਹਿੰਦਾ ਕਿ ਤੁਮ ਨਹੀਂ ਜਾਣਦੇ ਕਿ ਜਿਤ ਉਹਨਾਂ ਨੇ ਮਸੀਹ ਯਸੂ ਕਾ ਬਪਤਿਸਮਾ ਲਿਆ ਉਸਕੀ ਮੌਤ ਕਾ ਬਪਤਿਸਮਾ ਲਿਆ। ਕਾਹਦਾ ਲਿਆ ਜੀ? ਬੋਲੋ ਸਾਨੂੰ ਕਾਹਦਾ? ਕਾਹਦਾ? ਇਸ ਕਰਕੇ ਕਹੀਦਾ ਸਿੱਖ ਲਓ। ਕੀ ਕਹੀਦਾ ਭਲਾ? ਸਿੱਖ ਲਓ। ਕੈਪਟਨ ਸੈਮਲ ਕਹਿੰਦੇ ਸੀ ਨਾ ਵੀ ਪਾਸਟਰ ਮਨੀਤ ਸਾਹਿਬ ਕਹਿੰਦੇ ਆਏ ਸੀ ਮੇਰੇ ਕੋਲ ਸਿੱਖਣ ਵਾਸਤੇ ਉਧਮਪੁਰ ਦੇ ਵਿੱਚ। ਉਹ 18 ਦਿਨ ਕਹਿੰਦੇ ਮੇਰੇ ਕੋਲ ਰਹੇ ਨਾ ਜਦੋਂ, ਅਤੇ 18ਵੇਂ ਦਿਨ ਕਹਿੰਦੇ ਵੀ ਪਿੱਛੇ ਕਲੀਸਿਆ ਦੀ ਚਿੰਤਾ ਮੈਨੂੰ ਸਤਾਉਂਦੀ ਹੈ। ਕੌਣ? ਕਲੀਸਿਆ ਦੀ ਚਿੰਤਾ ਮੈਨੂੰ ਸਤਾਉਂਦੀ ਹੈ। ਤਾਂ ਕਹਿੰਦੇ ਵੀ ਕਲੀਸਿਆ ਦੀ ਚਿੰਤਾ ਨਾ ਕਰ, ਆਪਣੀ ਚਿੰਤਾ ਕਰ, ਸਿੱਖ ਕੇ ਜਾ ਫਿਰ ਸਿਖਾਈ।
ਪਰ ਗੱਲ ਮੰਨੀ, ਗੱਲ ਮੰਨੀ। ਅੱਜ ਵੀ ਇਹ ਹਾਲ ਹੀ ਹੈ, ਸਿੱਖਣ ਦੇ ਲਈ ਕੋਈ ਤਿਆਰ ਤਿਆਰ ਨਹੀਂ। ਪਰ ਉਹ ਫਿਰ ਵੀ 18 ਦਿਨਾਂ 'ਚ ਬੜਾ ਕੁਛ ਲੈ ਆਏ ਸੀ ਉਹਨਾਂ ਤੋਂ, ਪਰ ਅੱਜ ਤਾਂ ਪਤਾ ਹੀ ਕੁਛ ਨਹੀਂ। ਪਰ ਭੂਤ ਕੀ ਸਵਾਰ ਹੋਇਆ ਪਿਆ ਵੀ ਨਹੀਂ ਸੇਵਾ ਕਰਨੀ ਹੈ, ਸੇਵਾ ਕਰਨੀ ਹੈ, ਸੇਵਾ। ਮੈਂ ਤਾਂ ਕਹਿੰਦਾ ਜਿਹਨੇ ਚਰਚ 'ਚ ਝਾੜੂ ਵੀ ਮਾਰਨਾ ਉਹ ਵੀ ਪਵਿੱਤਰ ਆਤਮਾ ਦੀ ਭਰਪੂਰੀ ਦੇ ਨਾਲ ਭਰਪੂਰ ਹੋਣਾ ਚਾਹੀਦਾ। ਬਾਕੀ ਤਾਂ ਗੱਲਾਂ ਹੀ ਛੱਡ ਦਿਓ, ਉਹਦਾ ਜੀਵਨ ਪਵਿੱਤਰ ਹੋਣਾ ਜ਼ਰੂਰੀ ਹੈ। ਉਹ ਪਵਿੱਤਰਤਾ ਦਾ ਪਿੱਛਾ ਕਰਨ ਵਾਲਾ ਹੋਣਾ ਚਾਹੀਦਾ ਹੈ, ਫਿਰ ਉਹ ਉਸ ਸੇਵਾ ਯਾਨੀ ਕਲੀਸੀਆ ਦੇ ਵਿੱਚ ਜਿਹੜੀ ਵੀ ਸੇਵਾ ਲੈਣੀ ਨਾ, ਉਹ ਧਿਆਨ ਰੱਖੋ ਪਵਿੱਤਰਤਾ ਦਾ ਪਿੱਛਾ ਕਰਨ ਵਾਲਾ ਹੋਣਾ, ਉਹ ਪਰਮੇਸ਼ੁਰ ਦੇ ਪਿੱਛੇ ਪਿੱਛੇ ਚੱਲਣ ਵਾਲਾ ਹੋਣਾ, ਉਹਦੇ ਹੁਕਮਾਂ ਨੂੰ ਮੰਨਣ ਵਾਲਾ ਹੋਣਾ ਚਾਹੀਦਾ, ਫਿਰ ਉਹਨੂੰ ਇਹ ਜ਼ਿੰਮੇਵਾਰੀ ਲੈਣੀ ਚਾਹੀਦੀ, ਨਹੀਂ ਤਾਂ ਲੈਣੀ ਹੀ ਨਹੀਂ ਚਾਹੀਦੀ। ਅਤੇ ਉਹ ਕਹਿੰਦਾ ਮੈਂ ਨਾਲ ਵੀ ਚੜ੍ਹਾਇਆ ਗਿਆ, ਮੈਂ ਉਹਦੇ ਨਾਲ ਦਫਨਾਇਆ ਵੀ ਗਿਆ, ਅਤੇ ਜਿਵੇਂ ਉਹ ਜੀ ਉੱਠਿਆ ਤਿਵੇਂ ਮੈਂ ਵੀ ਉਹਦੇ ਨਾਲ ਜੀ ਉੱਠਿਆ। ਸੋ ਹੁਣ ਵਚਨ ਕਹਿੰਦਾ ਆ ਵੀ ਯਸੂ ਮਸੀਹ ਨੂੰ ਚੜ੍ਹਾਇਆ ਗਿਆ ਨੰਗਾ ਕਰਕੇ ਸਲੀਬ ਦੇ ਉੱਤੇ, ਉਹਦੇ ਜਿਸਮ ਤੋਂ ਕੱਪੜੇ ਉਤਾਰ ਲਏ ਗਏ। ਇਹ ਵੀ ਪਿੱਛੇ ਜੇ ਜਦੋਂ ਮੈਂ ਦੱਸਿਆ ਸੀ ਨਾ, ਅਤੇ ਜਿਹੜੇ ਵਿਚਾਰੇ ਉਹ ਉੱਦਾਂ ਹੁਣ ਜਿਹਨਾਂ ਨੂੰ ਬੜੀ ਅਣਖ ਆ ਮਸੀਹ ਦੇ ਲਈ ਪਰ ਗਿਆਨ ਨਹੀਂ, ਉਹ ਕਹਿੰਦੇ ਤੁਸੀਂ ਬਹੁਤ ਵੱਡਾ ਪਾਪ ਕੀਤਾ ਇਹ ਕਹਿ ਕੇ ਵੀ ਤੁਸੀਂ ਕਿਹਾ ਵੀ ਉਹਨਾਂ ਨੂੰ ਬਿਲਕੁਲ ਨੰਗਨ ਰੂਪ ਦੇ ਵਿੱਚ ਸਲੀਬ ਦੇ ਉੱਤੇ ਚੜ੍ਹਾਇਆ ਗਿਆ ਸੀ। ਵੀ ਕਹਿੰਦੇ ਸਿੱਧ ਕਰ ਦਿਓ, ਅਤੇ ਮੈਂ ਕਿਹਾ ਮੈਂ ਸਿੱਧ ਕਰ ਦੇਣਾ ਆ, ਪਰ ਤੁਸੀਂ ਮੰਨਣਾ, ਤੁਸੀਂ ਮੰਨਣਾ ਨਹੀਂ। ਲਿਖਿਆ 53 ਅਧਿਆਇ ਦੇ ਵਿੱਚ, ਔਰ ਉਸ ਤੋਂ ਬਾਅਦ ਜੇ ਤੁਸੀਂ ਰੋਮ ਦਾ ਇਤਿਹਾਸ ਪੜ੍ਹੋ ਜਿਹਨਾਂ ਨੇ ਸਜ਼ਾ ਦਿੱਤੀ ਸੀ, ਤਾਂ ਤੁਹਾਨੂੰ ਪਤਾ ਲੱਗੇਗਾ ਜਿਹਨੂੰ ਵੀ ਸਲੀਬ ਦੀ ਮੌਤ ਦਿੱਤੀ ਜਾਂਦੀ ਸੀ ਉਹਨੂੰ ਇਸੇ ਰੂਪ ਦੇ ਵਿੱਚ ਹੀ ਲਟਕਾਇਆ ਜਾਂਦਾ ਸੀ। ਉਦੋਂ ਵੀ ਬੜਿਆਂ ਨੂੰ ਇਹ ਗੱਲਾਂ ਚੁੱਭੀਆਂ ਸੀ, ਕਿਉਂਕਿ ਉਹ ਕਾਰਨ ਕੀ ਆ ਵੀ ਉਹਨਾਂ ਨੇ ਇਹਨਾਂ ਹੱਦਾਂ ਤੱਕ ਜਾਣਾ ਨਹੀਂ ਵੀ ਉਹਦੇ ਨਾਲ ਇਹ ਸਭ ਕੁਛ ਕਿਉਂ ਹੋਇਆ। ਕਹਿੰਦੇ ਇੱਦਾਂ ਤੁਸੀਂ ਮਸੀਹ ਦੀ ਬੇਇੱਜ਼ਤੀ ਕਰਦੇ ਹੋ, ਅਤੇ ਮੈਂ ਕਿਹਾ ਵੀ ਇਹ ਵੀ ਨਾ ਕਿਹਾ ਕਰੋ ਵੀ ਉਹਦੇ ਮੂੰਹ ਦੇ ਉੱਤੇ ਥੱਪੜ ਮਾਰੇ ਗਏ ਸੀ, ਫਿਰ ਇਹ ਵੀ ਨਾ ਕਿਹਾ ਕਰੋ ਉਹਦੇ ਕੋੜੇ ਮਾਰੇ ਗਏ ਸੀ, ਉਹਦੇ ਸਿਰ ਦੇ ਉੱਤੇ ਕੰਡਿਆਂ ਦਾ ਤਾਜ ਰੱਖਿਆ ਗਿਆ ਸੀ, ਫਿਰ ਇਹ ਵੀ ਨਾ ਕਿਹਾ ਕਰੋ ਵੀ ਥੱਲੇ ਖੜ੍ਹੇ ਹੋਏ ਉਹਨੂੰ ਮਜ਼ਾਕ ਕਰਦੇ ਇੱਕ ਵਾਰੀ ਉੱਤਰ ਕੇ ਆ ਜਾ ਅਤੇ ਅਸੀਂ ਤੈਨੂੰ ਰੱਬ ਮੰਨ ਲਵਾਂਗੇ, ਫਿਰ ਇਹ ਵੀ ਨਾ ਕਿਹਾ ਕਰੋ ਜੇ ਉਹਦੀ ਇੱਜ਼ਤ ਹੀ ਰੱਖਣੀ ਹੈ। ਅਤੇ ਉਹ ਬੇਇੱਜ਼ਤ ਹੋਇਆ ਕੋਈ ਵਜ੍ਹਾ ਆ ਜਿਹਨੂੰ ਸਮਝਣਾ ਆ, ਤਾਂ ਕਿ ਅਸੀਂ ਆਪਣੀ ਇੱਜ਼ਤ ਸ਼ਰਮ ਪਰੇ ਸੁੱਟ ਕੇ ਉਹਦੇ ਮਗਰ ਲੱਗ ਜਾਂਦੇ। ਅਸੀਂ ਜਿਹੜੇ ਆਪਣੇ ਆਪ ਨੂੰ ਬੜੇ ਇੱਜ਼ਤਾਂ ਸ਼ਰਮਾਂ ਵਾਲੇ ਸਮਝਦੇ ਨਾ, ਬੜੇ ਅਣਖੀ ਅਤੇ ਗੈਰਤਮੰਦ ਸਮਝਦੇ ਹਾਂ, ਅਸੀਂ ਸਮਝ ਸਕੀਏ ਤੀਸਰੇ ਆਕਾਸ਼ ਦੀ ਮਹਿਮਾ, ਦੂਤਾਂ ਦੀ ਆਰਾਧਨਾ ਨੂੰ ਛੱਡ ਕੇ ਆਪਣੇ ਆਪ ਨੂੰ ਜੀਰੋ ਕਰਕੇ ਕੋਈ ਸਾਡੇ ਲਈ ਇਸ ਧਰਤੀ ਦੇ ਉੱਤੇ ਆਇਆ ਅਤੇ ਏਡੀ ਜਲਾਲਤ ਸਹੀ ਹੈ ਸਾਡੇ ਲਈ, ਤਾਂ ਅਸੀਂ ਕੀ ਕਹਿੰਦੇ ਨਹੀਂ ਜੀ ਮੇਕਅਪ ਨਹੀਂ ਲੱਗ ਸਕਦਾ, ਨਾ ਜੀ ਵਾਲ ਤਾਂ ਇਹ ਕਾਲੇ ਹੋਣੇ ਹੀ ਹੋਣੇ ਆ ਜੀ, ਨਾ ਜੀ ਮੈਂ ਮੇਰੇ ਤਾਂ ਪਤੀ ਨੇ ਗਹਿਣੇ ਬਣਾ ਕੇ ਦਿੱਤੇ ਸੀ, ਇਹ ਜੇ ਮੈਂ ਨਾ ਪਾਏ ਤਾਂ ਫਿਰ ਤਾਂ ਮੇਰਾ ਸਰਨਾ ਹੀ, ਜੇ ਪਤੀ ਮੇਰਾ ਤਲਾਕ ਹੀ ਨਾ ਦੇ ਦੇਵੇ, ਤੂੰ ਵੈਸੇ ਹੀ ਵਿਧਵਾ ਆ, ਇਸ ਵਚਨ ਦੇ ਅਨੁਸਾਰ ਤੂੰ ਕੀ ਹੈ ਭਲਾ, ਤੂੰ ਵੈਸੇ ਹੀ ਵਿਧਵਾ ਹੀ ਆ ਜੇ ਤੂੰ ਉਹਦੇ ਹੁਕਮ ਨੂੰ ਮੰਨਦੀ, ਜੇ ਹੁਕਮ ਵੈਸੇ ਹੀ ਵਿਧਵਾ, ਤੂੰ ਇਹ ਨਾ ਸੱਚ ਸੋਚ ਵੀ ਤੇ ਜੇ ਤੂੰ ਸ਼ਿੰਗਾਰ ਲਾ ਲਿਆ, ਜੇ ਤੂੰ ਸਾਦਗੀ 'ਚ ਆ ਗਈ ਤਾਂ ਲੋਕ ਤੈਨੂੰ ਵਿਧਵਾ ਕਹਿਣਗੇ, ਜਿਹੜੀ ਪਰਮੇਸ਼ਵਰ ਦੇ ਲਈ ਵਿਧਵਾ ਹੋਵੇਗੀ ਉਹ ਸੁਹਾਗਣ ਰਹੂ, ਅਤੇ ਜਿਹੜੀ ਪਰਮੇਸ਼ਵਰ ਤੋਂ ਹਟ ਕੇ ਆਪਣੇ ਆਪ ਨੂੰ ਸੁਹਾਗਣ ਸਮਝੇ ਵਿਧਵਾ ਤੋਂ ਵੀ ਭੈੜੀ ਆ, ਉਹਦਾ ਕੋਈ ਜੀਵਨ ਹੈ ਹੀ ਨਹੀਂ। ਕਿਉਂ? ਕਿਉਂਕਿ ਉਹਦੀ ਤੁਲਨਾ ਕੀਤੀ ਗਈ ਆ, ਕਹਿੰਦਾ ਇਹੋ ਜਿਹਾ ਮਨੁੱਖ ਜਿਹੜਾ ਗਿਆਨ ਦੇ ਵਿੱਚ ਅੱਗੇ ਵੱਧ ਜਾਂਦਾ ਪਰ ਉਹਦੇ ਵਿੱਚ ਬਣਿਆ ਨਹੀਂ ਰਹਿੰਦਾ, ਉਸ ਕੁੱਤੇ ਵਰਗਾ ਆ ਜਿਹੜਾ ਆਪਣੀ ਉਲਟੀ ਕਰਕੇ ਚੱਟ ਜਾਂਦਾ।
ਕਹਿੰਦੇ ਔਖਾ ਬੋਲਦੇ ਆ, ਕੌੜਾ ਬੋਲਦੇ ਆ। ਇਹ ਗਾਂ ਵਧਿਆ ਹੋਇਆ ਐਸਾ ਮਨੁੱਖ ਦੇ ਤੁਲਨਾ ਕੀਤੀ ਗਈ ਆ। ਇਹ ਕਹਿੰਦਾ ਉਸ ਸੂਰ ਵਰਗਾ, ਉਸ ਨਲਾਈ ਹੋਈ ਸੂਰਨੀ ਵਰਗਾ ਆ, ਜਿਹਨੂੰ ਕਿਸੇ ਨੇ ਬੜੇ ਚਾਅ ਦੇ ਨਾਲ ਉਹਦੀ ਆਦਤ ਚੇਂਜ ਕਰਨ ਦੇ ਲਈ ਪੂਰੀ ਉਹਦੀ ਗੰਦਗੀ ਉਹਤੋਂ ਹਟਾ ਕੇ ਉਹਨੂੰ ਸਾਫ਼ ਸੁਥਰਾ ਰੱਖ ਕੇ ਉਹਨੂੰ ਕਰਕੇ ਇੱਕ ਚੰਗੀ ਜਗ੍ਹਾ ਦੇ ਉੱਤੇ ਰੱਖਿਆ, ਪਰ ਉਹ ਆਪਣੀ ਆਦਤ ਤੋਂ ਮਜਬੂਰ ਫਿਰ ਜਾ ਕੇ ਚਿੱਕੜ ਦੇ ਵਿੱਚ ਹੀ ਗਈ। ਸਵਾਲ ਕਰਨ ਤੋਂ ਪਹਿਲਾਂ ਵਚਨ ਦਾ ਗਿਆਨ ਹਾਸਲ ਕਰੋ। ਮੈਂ ਕੋਈ ਸ਼ਦਾਈ ਥੋੜ੍ਹੀ ਹਾਂ ਜਿਹੜਾ ਇਹ ਗੱਲਾਂ ਕਹਿੰਦਾ ਹੈ, ਇਹਨੂੰ ਪੜ੍ਹ ਪੜ੍ਹ ਕੇ ਜ਼ਿੰਦਗੀ ਗਾਲੀ ਹੈ ਅਤੇ ਫਿਰ ਦੱਸੀਦਾ ਵੀ ਆਹ ਇੱਦਾਂ ਅਤੇ ਕਿਉਂ ਆ। ਅੱਜ ਜਦੋਂ ਮਰ ਜਾਂਦੀ ਹੈ ਨਾ ਕੋਈ ਔਰਤ, ਘਰ 'ਚ ਜੇ ਹੋਣ ਨਾ ਦੋ ਤਿੰਨ ਨੌਵਾਂ, ਉਹਨਾਂ ਨੂੰ ਉਹਦੇ ਮਰੇ ਦੀ ਓਨੀ ਗਮੀ ਗੁਮੀ ਨਹੀਂ ਹੁੰਦੀ ਜਿਹੜੀ ਮਰ ਗਈ ਹੈ। ਉਹ ਫਿਕਰ ਹੁੰਦੀ ਵੀ ਜਿਹੜਾ ਉਹਦੇ ਪਾਇਆ ਉਹ ਲਾਈਏ ਕਿੱਦਾਂ। ਚਰਚਾ ਘਰ ਦੇ 'ਚ ਛਿੜ ਜਾਂਦੀ ਵੀ ਇਹ ਮਰ ਗਈ ਹੈ, ਉਹ ਵਾਲੀਆਂ ਪਾਈਆਂ ਹੀ, ਉਹ ਕੋਕਾ ਪਾਇਆ ਅਤੇ ਉਹ ਕੜੇ ਪਾਏ ਅਤੇ ਉਹ ਚੈਨੀ ਪਾਈ ਆ, ਕਿਤੇ ਜਠਾਣੀ ਨਾ ਲਾ ਲਵੇ, ਆ ਕਿਤੇ ਦਰਾਣੀ ਨਾ ਲਾ ਲਵੇ। ਕਾਹਦੇ ਲਈ? ਉਹ ਤੁਹਾਡੇ ਘਰ ਦੀ ਮਾਲਕਣ ਸੀ, ਰਹਿਣ ਦਿਓ, ਉਹਦੇ 'ਤੇ ਪਿਆ ਹੀ ਨਾਲ ਹੀ ਦੱਬਿਆ, ਉਹ ਕੱਲ੍ਹ ਹੀ ਲਾਉਂਦੇ ਹੋ। ਮੁਰਦੇ ਨੂੰ ਇਹਦੀ ਜ਼ਰੂਰਤ ਹੈ? ਕੀ ਹੈ ਭਲਾ? ਮੁਰਦੇ ਨੂੰ ਇਹਦੀ ਲੋੜ, ਮੁਰਦੇ ਨੂੰ ਇਹਦੀ ਲੋੜ ਨਹੀਂ ਹੈ। ਅਤੇ ਗ੍ਰੰਥੀਆਂ ਵਿੱਚ ਲਿਖਿਆ ਤੁਸੀਂ ਲਹੂ ਦੇ ਨਾਲ ਮੁੱਲ ਖਰੀਦੇ ਗਏ ਹੋ, ਇਸ ਲਈ ਆਪਣੇ ਸਰੀਰ ਦੁਆਰਾ ਵੀ ਉਹਦੀ ਉਸਤਤ ਕਰੋ। ਕੀ ਕਰੋ? ਸਰੀਰ ਦੇ ਦੁਆਰਾ ਵੀ ਉਹਦੀ ਉਸਤਤ ਕਰੋ। ਔਰ ਫਿਰ ਲਿਖਿਆ ਇਸ ਸੰਸਾਰ ਦੇ ਹਮ ਸ਼ਕਲ ਨਾ ਬਣੋ, ਬਲਕਿ ਆਪਣੀ ਬੁੱਧ ਦੇ ਨਵੇਂ ਹੋ ਜਾਣ ਕਰਕੇ। ਕਾਹਦੇ ਬੋਲੋ? ਹਾਂ, ਕਾਹਦੇ ਜੀ? ਇਹਦਾ ਮਤਲਬ ਜੇ ਅਜੇ ਵੀ ਧਿਆਨ ਉੱਥੇ ਟਿਕਿਆ ਹੋਇਆ ਤੇ ਬੁੱਧ ਨਵੀਂ ਹੋਈ, ਤੇ ਜੇ ਤੇਰੀ ਬੁੱਧ ਨਵੀਂ ਨਹੀਂ ਹੋਈ ਤੇ ਫਿਰ ਤੇਰਾ ਨਵਾਂ ਜਨਮ ਵੀ ਨਹੀਂ ਹੋਇਆ। ਤੇ ਜੇ ਨਵਾਂ ਜਨਮ ਹੋਇਆ ਹੁੰਦਾ ਉਹਦੀ ਨਿਸ਼ਾਨੀ ਹੈ ਤੇਰੀ ਬੁੱਧ ਨੇ ਨਵਾਂ ਹੋ ਜਾਣਾ ਸੀ। ਜਿਹਨੇ ਸਾਡੀ ਖਾਤਰ ਆਪਣੀ ਚਮੜੀ ਲਥਾਈ, ਸਾਡੇ ਕੋਲ ਥੋੜ੍ਹਾ ਜਿਹਾ ਸੁਰਖੀ ਪਾਊਡਰ ਦਾ ਵੀ ਤਿਆਗ ਨਹੀਂ ਹੁੰਦਾ, ਕੈਸੀ ਸ਼ਰਮ ਦੀ ਗੱਲ ਹੈ। ਜਿਹਨੇ ਆਪਣੀ ਸਾਰੀ ਮਹਿਮਾ ਤਿਆਗ ਦਿੱਤੀ, ਸਾਡੇ ਕੋਲ ਛੋਟੇ ਮੋਟੇ ਤਿਆਗ ਨਹੀਂ ਹੁੰਦੇ। ਤੇ ਅਸੀਂ ਕਹਿੰਦੇ ਨਹੀਂ ਜੀ, ਅਸੀਂ ਤਾਂ ਚੁਣੀ ਹੋਈ ਪ੍ਰਜਾ, ਪਰਮੇਸ਼ਵਰ ਦੀ ਖਾਸ ਕੌਮ, ਸ਼ਾਹੀ ਮੰਡਲੀ। ਤੇ ਸ਼ਾਹੀ ਮੰਡਲੀ ਦੇ ਦਸਤੂਰ ਆ ਜਿਹੜੀਆਂ ਚੀਜ਼ਾਂ ਨਾ ਤੁਸੀਂ ਲਗਾਓ ਕਰਦੇ ਹੋ ਨਾ, ਉਹ ਵਚਨ 'ਚ ਲਿਖਿਆ ਉੱਥੇ ਤੇ ਸੜਕਾਂ ਸੋਨੇ ਦੀਆਂ। ਆ ਜਿਹਨਾਂ ਨੂੰ ਤੁਸੀਂ ਬੜਾ ਬਹੁ ਮੁੱਲੇ ਸਮਝਦੇ, ਤੁਹਾਡੇ ਪੈਰਾਂ ਦੇ ਹੇਠ ਰੋਲਣਾ ਉਹਨੇ। ਪਰ ਇਹ ਕਿਹਨਾਂ ਦੇ ਪੈਰਾਂ ਦੇ ਹੇਠ ਆਊਗੇ? ਜਿਹੜੇ ਇਸ ਧਰਤੀ 'ਤੇ ਰਹਿੰਦੇ ਇਹਨਾਂ ਚੀਜ਼ਾਂ ਦਾ ਤਿਆਗ ਕਰਨਗੇ, ਉਹਨਾਂ ਦੇ ਪੈਰਾਂ ਦੀ ਧੂੜ ਬੜੂਗੀ ਇਹ ਚੀਜ਼ਾਂ। ਇਸ 'ਤੇ ਲਿਖਿਆ ਜਿਹੜਾ ਗਿਆਨ ਦੇ ਵਿੱਚ ਕੀ ਹੁੰਦਾ ਭਲਾ? ਅੱਗੇ ਵੱਧ ਜਾਂਦਾ, ਉਹਨੂੰ ਸਮਝਣ ਦੀ ਲੋੜ ਹੈ। ਅਤੇ ਸਮਝਣਾ ਕਿੱਦਾਂ? ਇੱਕ ਵਚਨ ਪੜ੍ਹਦੇ ਹਾਂ ਹੋਰ, ਕੋਚ ਦੀ ਕਿਤਾਬ ਉਹਦਾ 15 ਅਧਿਆਇ।
ਉਹਦੀ 16 ਆਇਤ ਪੜ੍ਹੋ, ਬਲਕਿ ਸੋਰੀ 24 ਆਇਤ, 24 ਤੋਂ 26 ਤੱਕ। ਤਬ ਵੇ ਜੇ ਕਹਿ ਕਰ ਮੂਸਾ ਦੇ ਵਿਰੁੱਧ ਬਕ ਬਕ ਕਰਨੇ ਲਗੇ, ਹਮ ਕਿਆ ਪੀਏ। ਕੀ ਕਹਿੰਦੇ ਜੀ ਹੁਣ? ਬਕ ਬਕ ਕਾਹਲੀ ਕਰਦੇ ਪਏ? ਹੁਣ ਅਸੀਂ ਕਮਲਿਓ ਜਿਹੜਾ ਏਡੇ ਵੱਡੇ ਮੌਜੂਜੇ ਨਾਲ ਤੁਹਾਨੂੰ ਲੈ ਕੇ ਆਇਆ, ਜਿਹਨੇ ਸਮੁੰਦਰ ਦੇ ਵਿੱਚੋਂ ਦੀ ਤੁਹਾਨੂੰ ਕੱਢ ਲਿਆਂਦਾ, ਉਹ ਤੁਹਾਨੂੰ ਹੁਣ ਪਾਣੀ ਤੋਂ ਬਿਨਾਂ ਮਰਨ ਦਊਗਾ, ਪਰ ਕੀ ਕਰਦੇ ਪਏ ਆ? ਇਹ ਮੂਸਾ ਦੇ ਖਿਲਾਫ ਕੀ ਕਹਿਣ ਲੱਗੇ? ਸਿਰਫ ਮੂਸਾ ਦੇ ਖਿਲਾਫ ਹੀ ਨਹੀਂ, ਬਲਕਿ ਪਰਮੇਸ਼ੁਰ ਦੇ ਖਿਲਾਫ ਵੀ ਬਕ ਬਕ ਕਰਨ ਲੱਗੇ। ਹਾਂਜੀ, ਫਿਰ ਮੂਸਾ ਦਾ ਵਿਚਾਰੇ ਦਾ ਇਹ ਸੀਗਾ ਵੀ ਚਲੋ ਰੱਬ ਦੇ ਅੱਗੇ ਰੱਖਦੇ ਇਸ ਗੱਲ ਨੂੰ। ਹਾਂਜੀ, ਪਰਮੇਸ਼ੁਰ ਨੇ ਉਹਨੂੰ ਇੱਕ ਦਰਖਤ ਦਿਖਾਇਆ ਜਿਸੇ ਜਬ ਉਸਨੇ ਪਾਣੀ ਮੇਂ ਡਾਲਾ ਤਬ ਵਹਿ ਪਾਣੀ ਮਿੱਠਾ ਹੋ ਗਿਆ। ਉਦੋਂ ਫਿਰ ਪਾਣੀ ਕੀ ਹੋ ਗਿਆ? ਮਿੱਠਾ ਹੋ ਗਿਆ। ਹਾਂਜੀ, ਵਹੀ ਯਹੋਵਾ ਨੇ ਉਨਕੇ ਲੀਏ ਇੱਕ ਵਿਧੀ ਔਰ ਨਿਯਮ ਬਣਾਇਆ, ਔਰ ਵਹੀ ਉਸਨੇ ਜੇ ਕਹਿ ਕਰ ਉਨਕੀ ਪ੍ਰੀਖਿਆ ਕੀ। ਇਹ ਕਹਿ ਕੇ ਉਹਨਾਂ ਨੇ ਕੀ ਕੀਤੀ ਭਲਾ? ਪ੍ਰੀਖਿਆ ਕੀ? ਪ੍ਰੀਖਿਆ ਕੀਤੀ। ਅੱਜ ਸਮਾਂ ਨਹੀਂ ਗਿਆ ਕਿ ਅਸੀਂ ਇਸ ਦਰਖਤ ਦੇ ਕੱਟੇ ਤੇ ਪਾਣੀ ਦੇ ਵਿੱਚ ਸਿੱਟੇ ਜਾਣ ਨੂੰ ਸਿੱਖੀਏ। ਖੁਦਾ ਨੇ ਅਗਰ ਚਾਹਿਆ ਤਾਂ ਜ਼ਰੂਰ ਇਹਦੇ ਉੱਤੇ ਵੀ ਜੋ ਖੁਦਾ ਨੇ ਸਿਖਾਇਆ ਉਹ ਆਪਾਂ ਸਿੱਖਾਂਗੇ ਅਗਲੇ ਸਮੇਂ ਦੇ ਵਿੱਚ। ਲੇਕਿਨ ਇੱਥੇ ਸਾਡੇ ਲਈ ਕੀ ਹੈ ਭਲਾ? ਪਰਮੇਸ਼ੁਰ ਇਹਨਾਂ ਨੂੰ ਕੀ ਕਰ ਰਿਹਾ ਭਲਾ? ਇਹਨਾਂ ਦੀ ਪ੍ਰੀਖਿਆ। ਅਤੇ ਹੁਣ ਅਗਲਾ ਸ਼ਬਦ ਪੜ੍ਹੀਏ, ਕੀ ਪਰਮੇਸ਼ੁਰ ਚਾਹੁੰਦਾ ਕੀ ਹੈ? ਕਿ ਜਦੀ ਤੂੰ ਆਪਣੇ ਪਰਮੇਸ਼ੁਰ ਯਹੋਵਾ ਦਾ ਵਚਨ ਤਨ ਮਨ ਸੇ ਸੁਣੇ। ਕਿੱਦਾਂ ਸੁਣੇ ਭਲਾ? ਤਨ ਮਨ ਬੋਲ ਸਕਦੇ ਕਿੱਦਾਂ ਜੀ? ਤਨ ਮਨ ਕਾਹਦੇ ਨਾਲ? ਤਨ ਮਨ ਜੇ ਤੂੰ ਆਪਣੇ ਯਹੋਵਾ ਪਰਮੇਸ਼ੁਰ ਦਾ ਵਚਨ ਤਨ ਅਤੇ ਮਨ ਦੇ ਨਾਲ ਸੁਣੇ। ਹਾਂਜੀ, ਔਰ ਜੋ ਉਸਕੀ ਦ੍ਰਿਸ਼ਟੀ ਮੇਂ ਠੀਕ ਹੈ ਵਹੀ ਕਰੇ, ਔਰ ਉਸਕੀ ਆਗਿਆਓਂ ਕਰ। ਉਹਦੀ ਦ੍ਰਿਸ਼ਟੀ ਦੇ ਵਿੱਚ ਜੋ ਚੰਗਾ ਆ, ਜੇ ਤੂੰ ਕੀ ਕਰੇ ਭਲਾ? ਉਹੀ ਕਰੇ। ਅਸੀਂ ਤੇ ਉਹ ਕਰਨਾ ਜਿਹੜਾ ਸਾਡੀ ਦ੍ਰਿਸ਼ਟੀ ਚ ਚੰਗਾ। ਤੇ ਫਿਰ ਕਹਿੰਦਾ ਨਾ ਤੇਰਾ ਮੇਰੇ ਨਾਲ ਕੋਈ ਹਿੱਸਾ, ਨਾ ਕੋਈ। ਅਸੀਂ ਹੁਣ ਕਹਿ ਤਾ ਨਾ ਜੀ, ਇਸ ਹਿਸਾਬ ਦੇ ਨਾਲ ਤੇ ਪ੍ਰਭੂ ਭੋਜ ਕੋਈ ਲੈ ਨਹੀਂ ਸਕਦਾ। ਹਾਂਜੀ, ਭਾਈ ਰਾਜ ਕਹਿੰਦੇ ਜੀ ਇਸ ਹਿਸਾਬ ਨਾਲ ਤੁਸੀਂ ਆਪ ਹੀ ਲਓਗੇ। ਮੈਂ ਕਿਹਾ ਮੈਨੂੰ ਵੀ ਏਡਾ ਕਾਹਲਾ ਵਕਤ ਪਿਆ, ਮੰਮੀ ਰਹਿਣ ਦਊਗਾ। ਹਾਂਜੀ, ਆਹੋ ਵੀ ਮੈਂ ਇਕੱਲੇ ਨੇ ਜੋ ਲੈਣਾ, ਤੇ ਮੈਨੂੰ ਵੀ ਮੂਸਾ ਕਹਿੰਦਾ ਜੇ ਤੂੰ ਇਹਨਾਂ ਨੂੰ ਬਚਾਉਣਾ ਤੇ ਮੇਰਾ ਵੀ ਨਾਮ ਜੀਵਨ ਦੀ ਕਿਤਾਬ ਦੇ ਚ ਕੀ ਕਰ? ਮਿਟਾ ਦੇ। ਤੇ ਹੁਣ ਤੁਸੀਂ ਮੈਨੂੰ ਦੱਸੋ, ਉਹ ਕਹਿੰਦਾ ਤਨ ਮਨ ਦੇ ਨਾਲ, ਤੇ ਅਗਲੀ ਗੱਲ ਕਿਹੜੀ ਲਿਖੀ? ਉਹਦੀ ਦ੍ਰਿਸ਼ਟੀ ਦੇ ਵਿੱਚ ਜੋ ਠੀਕ ਹੈ, ਜਿਹਨੇ ਪ੍ਰਭੂ ਭੋਜ ਲੈਣਾ ਉਹਨੇ ਕੀ ਕਰਨਾ ਭਲਾ? ਉਹਦੀ ਦ੍ਰਿਸ਼ਟੀ ਦੇ ਵਿੱਚ ਨਵਾਂ ਜਨਮ ਪਾਏ ਹੋਏ ਬੰਦੇ ਦੀ ਨਿਸ਼ਾਨੀ ਕੀ ਹੈ ਭਲਾ? ਉਹਨੇ ਹਰ ਦਿਨ ਆਪਣੇ ਆਪ ਨੂੰ ਇਸ ਧਰਤੀ ਦੇ ਉੱਤੇ ਪਰਦੇਸੀ ਅਤੇ ਮੁਸਾਫਰ ਮੰਨਣਾ। ਉਹਨੇ ਹਰ ਵਕਤ ਇਹ ਧਿਆਨ ਰੱਖਣਾ, ਮੈਂ ਸੰਸਾਰ ਦੇ ਲਈ, ਮੈਂ ਪਾਪ ਦੇ ਲਈ, ਮੈਂ ਆਪਣੇ ਰਿਸ਼ਤੇ ਨਾਤਿਆਂ ਦੇ ਲਈ, ਅਤੇ ਮੈਂ ਆਪਣੇ ਆਪ ਦੇ ਲਈ ਮਰ ਗਿਆ। ਕੀ ਕੀਤਾ ਭਲਾ ਇਹਨੇ? ਕੀ ਸਮਝਣਾ ਭਲਾ ਮੈਂ ਆਪਣੇ ਆਪ ਲਈ ਕੀ ਹੋਇਆ? ਭਲਾ ਮਰ ਗਿਆ। ਮਰੇ ਬੰਦੇ ਦੀ ਕੋਈ ਤਮੰਨਾ ਹੁੰਦੀ? ਹਾਂਜੀ, ਮਰੇ ਬੰਦੇ ਨੇ ਕਦੀ ਕਿਹਾ ਵੀ ਨਾ ਜੀ ਤੁਸੀਂ ਚਾਰ ਜਣੇ ਮੋਢਿਆਂ ਦੇ ਚੱਕ ਕੇ ਲੈ ਜਾਣੇ, ਮੈਨੂੰ ਹੈਲੀਕਾਪਟਰ 'ਚ ਪਾ ਕੇ ਲੈ ਕੇ ਜਾਓ, ਐਡਾ ਅਮੀਰ ਆਦਮੀ ਸੀ ਮੈਂ। ਹਾਂਜੀ ਬੋਲੋ ਜੀ।
ਮੇਰੀ ਬੋਡੀ ਕਿਸੇ ਚੰਗੀ ਜ਼ਬਰਦਸਤ ਜਗ੍ਹਾ 'ਤੇ ਰੱਖ ਦਿਓ। ਹਾਂਜੀ, ਮੁਰਦੇ ਦੀ ਕੋਈ ਖਵਾਹਿਸ਼ ਹੁੰਦੀ? ਅਤੇ ਅਸੀਂ ਮਸੀਹ ਦੇ ਵਿੱਚ ਕੀ ਹਾਂ ਭਲਾ? ਅਤੇ ਜੇ ਮਸੀਹ ਦੇ 'ਚ ਮੁਰਦੇ ਹੁੰਦੇ ਹਾਂ, ਸਾਡੀ ਕੋਈ ਖਵਾਹਿਸ਼ ਹੈ, ਤਾਂ ਫਿਰ ਇਹਦੇ ਅਸੀਂ ਇਹਦਾ ਮਤਲਬ ਅਸੀਂ ਕੀ ਹਾਂ ਭਲਾ? ਅਸੀਂ ਜਿਉਂਦੇ ਹੀ, ਅਸੀਂ ਮਰੇ ਮਰੇ ਨਹੀਂ ਹਾਂ। ਅਤੇ ਜਿਹੜਾ ਮਰਿਆ ਨਹੀਂ ਉਹਦਾ ਬਪਤਿਸਮਾ ਨਹੀਂ ਹੋਇਆ, ਜਿਹੜਾ ਮਰਿਆ ਨਹੀਂ ਉਹਦਾ ਬਪਤਿਸਮਾ। ਅਤੇ ਜੇ ਉਹਦਾ ਬਪਤਿਸਮਾ ਨਹੀਂ ਹੋਇਆ ਤਾਂ ਬਪਤਿਸਮਾ ਉਹਨੇ ਤਾਂ ਲੈਣਾ ਸੀ ਜੇ ਨਵਾਂ ਜਨਮ ਪਾਇਆ ਹੁੰਦਾ। ਇਹਦਾ ਮਤਲਬ ਉਹਦਾ ਨਵਾਂ ਜਨਮ ਵੀ ਹੋਇਆ, ਫਿਰ ਉਹਦਾ ਬਪਤਿਸਮਾ ਵੀ ਹੋਇਆ। ਅਤੇ ਜਦੋਂ ਇਹ ਸਾਰੀਆਂ ਚੀਜ਼ਾਂ ਉਹਦੀਆਂ ਹੋਈਆਂ ਹੀ ਨਹੀਂ, ਤਾਂ ਫਿਰ ਉਹਦਾ ਯਿਸੂ ਮਸੀਹ ਦੇ ਨਾਲ ਲੈਣਾ ਦੇਣਾ ਕੀ ਹੈ? ਜਿਹੜਾ ਜਨਮ ਹੀ ਪਰਮੇਸ਼ੁਰ ਦੇ ਘਰ ਦੇ ਵਿੱਚ ਨਹੀਂ ਹੋਇਆ, ਉਹਦਾ ਪਰਮੇਸ਼ੁਰ ਦੇ ਨਾਲ ਲੈਣਾ ਦੇਣਾ ਕੀ ਹੈ? ਉਹ ਤਾਂ ਫਿਰ ਅੱਬਾ ਅੱਬਾ ਕਹੀ ਜਾਵੇ, ਵੱਖਰੀ ਗੱਲ। ਹੁਣ ਅਸੀਂ ਕਿਸੇ ਦੇ ਭਾਪੇ ਜਾ ਕੇ ਅੱਬਾ ਅੱਬਾ ਕਹੀਏ ਨਾ, ਸਾਡਾ ਅੱਬਾ ਥੋੜ੍ਹੀ ਬਣ ਜਾਣਾ? ਉਹ ਤਾਂ ਜਿਹਦਾ ਅੱਬਾ ਹੈਗਾ ਉਹਦੇ ਰਹਿਣਾ। ਅਤੇ ਅੱਬਾ ਕਹਿਣ ਦਾ ਇਖਤਿਆਰ ਤਾਂ ਉਹਨਾਂ ਕੋਲ ਹੋਇਆ ਜਿਹਨਾਂ ਦੇ ਅੰਦਰ ਪਾਕ ਰੂਹ ਕਲਾਮ ਦਾ ਬੀਜ ਲੈ ਕੇ ਵਿਰਾਜਮਾਨ ਹੈ, ਉਹਨਾਂ ਦੇ ਅੰਦਰੋਂ ਜਿਹੜਾ ਅੱਬਾ ਹੈ ਪਿਤਾ ਨਿਕਲਦਾ ਨਾ, ਉਹ ਰਿਸ਼ਤਾ ਹੈ। ਉਹ ਰਿਸ਼ਤਾ ਉਹ ਹੀ ਪ੍ਰਾਪਤ ਕਰ ਸਕਦਾ ਆ ਜਿਹੜਾ ਆਪਣੇ ਆਪ ਨੂੰ ਇਸ ਧਰਤੀ ਦੇ ਉੱਤੇ ਪਰਦੇਸੀ ਅਤੇ ਮੁਸਾਫਰ ਸਮਝਦਾ ਹੈ, ਜਿਹੜਾ ਹਰ ਹਾਲਤ ਵਿੱਚ ਆਪਣੇ ਆਪ ਨੂੰ ਹਮੇਸ਼ਾ ਮੁਰਦਾ ਸਮਝਦਾ ਹੈ, ਜਿਹਨੂੰ ਇਹ ਅਹਿਸਾਸ ਹੈ ਜਿੱਦਣ ਮੈਂ ਯਿਸੂ ਮਸੀਹ ਨੂੰ ਕਬੂਲ ਕੀਤਾ ਸੀ, ਮੈਂ ਆਪਣੇ ਆਪ ਨੂੰ ਸਰੀਰ ਦੀਆਂ ਕਿਹਦੀਆਂ ਭਲਾ ਬੋਲੋ ਸਾਨੂੰ, ਕਿਹਦੀਆਂ? ਸਰੀਰ ਦੀਆਂ ਕੀ ਭਲਾ? ਸਰੀਰ ਦੀਆਂ ਸਾਰੀਆਂ ਅਭਿਲਾਸ਼ਾਵਾਂ ਕਿੰਨੀਆਂ? 25%, 10%, 5%, 2%, 70%, 80%, 90%, ਹੈ ਕਿੰਨੀਆਂ? ਸਰੀਰ ਦੀਆਂ ਸਾਰੀਆਂ ਅਭਿਲਾਸ਼ਾਵਾਂ ਅਤੇ ਕਾਮਨਾਵਾਂ ਸਹਿਤ ਸਲੀਬ ਦੇ ਉੱਤੇ। ਇਹਦਾ ਮਤਲਬ ਜੇ ਅਜੇ ਤੱਕ ਮੇਰੇ ਸਰੀਰ ਦੇ ਅੰਦਰ ਐਸੀ ਅਭਿਲਾਸ਼ਾ ਹੈ, ਸ਼ੀਸ਼ੇ ਦੇ ਮੂਹਰੇ ਖੜ੍ਹੇ ਹੋ ਕੇ ਅਗਰ ਅਜੇ ਵੀ ਮੇਰੀ ਅਭਿਲਾਸ਼ਾ ਸਰੀਰ ਦੀ ਹੈ ਕਿ ਜਦੋਂ ਮੈਂ ਨਹਾ ਧੋ ਕੇ ਸ਼ੀਸ਼ੇ ਦੇ ਮੂਹਰੇ ਜਾ ਕੇ ਖੜ੍ਹਾ, ਨਹਾਉਣਾ ਧੋਣਾ ਜਿਹੜਾ ਉਹ ਸਾਫ਼ ਸੁਥਰਾ ਹੋਣ ਨੂੰ ਦਿਖਾਉਂਦਾ ਹੈ। ਇੱਕ ਸਾਦਗੀ ਦੇ ਸਾਫ਼ ਸੁਥਰੇ ਕੱਪੜੇ ਪਾਉਣੇ ਜਿਹੜੇ ਆ ਉਹ ਸਾਡੇ ਸਰੀਰ ਦੇ ਤਨ ਨੂੰ ਢਕਣ ਨੂੰ ਦਿਖਾਉਂਦਾ ਹੈ। ਲੇਕਿਨ ਜਦੋਂ ਗੱਲ ਆ ਜਾਂਦੀ ਓਵਰ ਫੈਸ਼ਨ ਦੀ, ਐਸੀ ਚੀਜ਼ ਨੂੰ ਪਹਿਨਣਾ ਜਿਹਦੇ ਨਾਲ ਕਿਸੇ ਨੂੰ ਅਟਰੈਕਟ ਕਰਨਾ, ਜਦੋਂ ਤੁਹਾਡੇ ਮਨ ਦੇ ਅੰਦਰ ਇਹ ਹੋਵੇ ਕਿ ਜੋ ਮੈਂ ਪਹਿਨਿਆ ਸਾਹਮਣੇ ਵਾਲਾ ਬੰਦਾ ਉਹਦੀ ਤਾਰੀਫ ਕਰੇ, ਜੋ ਮੈਂ ਲਿਆ ਸਾਹਮਣੇ ਵਾਲਾ ਬੰਦਾ ਉਹਦੀ ਤਾਰੀਫ ਕਰੇ, ਇਹਦਾ ਮਤਲਬ ਸਰੀਰ ਦੀ ਅਭਿਲਾਸ਼ਾ ਅਤੇ ਕਾਮਨਾ ਦੇ ਤੁਸੀਂ ਗੁਲਾਮ ਹੋ। ਅਤੇ ਜੇ ਸਰੀਰ ਦੀ ਅਭਿਲਾਸ਼ਾ ਅਤੇ ਕਾਮਨਾ ਦੇ ਤੁਸੀਂ ਗੁਲਾਮ ਹੋ, ਤਾਂ ਮਸੀਹ ਦੇ ਨਾਲ ਤੁਹਾਡਾ ਕੀ ਲੈਣਾ ਦੇਣਾ? ਅਤੇ ਫਿਰ ਇਹੋ ਜਿਹੇ ਮਨੁੱਖ ਨੂੰ ਮੇਰੇ ਵਰਗਾ ਬੰਦਾ ਕਿਉਂ ਨਾ ਕਹੇ ਭਾਈ ਨਾ ਆਈ ਆਈ ਫਾਇਦਾ ਨਹੀਂ, ਤੂੰ ਪਾਪ ਚੜਾਉਣਾ ਪਿਆ ਸਿਰ ਦੇ ਉੱਤੇ ਆਪਣੇ, ਤੈਨੂੰ ਪ੍ਰਭੂ ਨੇ ਬਖਸ਼ਣਾ ਨਹੀਂ, ਇਸ ਕਰਕੇ ਕਹੀਦਾ ਨਾ ਆਏ। ਦੁਸ਼ਮਣੀ ਥੋੜ੍ਹੀ ਆ ਉਹਦੇ ਨਾਲ, ਜਿਹਨੂੰ ਕਹਿ ਰਹੇ ਨਾ ਨਿਕਲ ਜਾਓ ਚਰਚ ਦਾ ਦਰਵਾਜ਼ਾ ਖੁੱਲ੍ਹਾ ਹੀ ਉਹ ਨਾ ਆਇਓ, ਉਹਦਾ ਮਤਲਬ ਇਹ ਨਹੀਂ ਵੀ ਉਹਦੇ ਨਾਲ ਨਫ਼ਰਤ ਆ, ਉਹਦਾ ਭਲਾ ਮੰਗਦੇ ਆ। ਕਹਿੰਦਾ ਨਾ ਭੱਜ ਜਾ, ਆਕਾਸ਼ ਤੋਂ ਅੱਗ ਆਉਣ ਵਾਲੀ ਆ, ਕਿਤੇ ਪਾਪੀਆਂ ਦੇ ਨਾਲ ਤੇਰਾ ਵੀ ਨਾ ਕੰਮ ਖਿੱਚਿਆ ਜਾਵੇ, ਭੱਜ ਜਾ। ਹੁਣ ਉਹਨੂੰ ਭਜਾਉਣਾ ਉੱਥੋਂ ਪਰਮੇਸ਼ੁਰ ਦਾ ਮਤਲਬ ਇਹ ਨਹੀਂ ਵੀ ਉਹ ਕੋ ਸਦੂਮ ਮੂਹਰਾ ਦੇਸ਼ ਕੋਣਾ ਹੈ, ਉਹਨੂੰ ਉੱਥੋਂ ਭਜਾਉਣ ਦਾ ਮਤਲਬ ਇਹ ਨਹੀਂ ਵੀ ਉਹਨੇ ਜਿੰਨੀ ਪ੍ਰੋਪਰਟੀ ਚੰਗੀ ਚੰਗੀ ਦੇਖੀ ਸੀ ਜਰਦਨ ਦੇ ਪਾਰ ਦੀ ਲੱਗਦੀ ਅਤੇ ਉਹ ਉਹਦੀ ਹੁਣ ਹੈਗੀ ਸੀਗੀ, ਅਤੇ ਪਰਮੇਸ਼ੁਰ ਕੋ ਉਹ ਚੰਗੀ ਚੰਗੀ ਜਗ੍ਹਾ ਖੋਣਾ ਚਾਹੁੰਦਾ।
ਪਰਮੇਸ਼ਵਰ ਦਾ ਮਕਸਦ ਉਹਦੇ ਕੋਲੋਂ ਕੁਛ ਖੋਣਾ ਨਹੀਂ। ਉਹ ਕਹਿੰਦਾ ਇੱਥੇ ਤੇ ਹੁਣ ਬਰਬਾਦੀ ਆਉਣ ਵਾਲੀ ਆ, ਆਖੇ ਲੱਗ ਤੇ ਛੇਤੀ ਛੇਤੀ, ਕਿਉਂਕਿ ਜਦੋਂ ਤੱਕ ਤੂੰ ਆ ਉਦੋਂ ਤੱਕ ਅਸੀਂ ਕੁਛ ਕਰ ਸਕਦੇ। ਤੇ ਇਹਦੇ ਵਿੱਚ ਕਿਹੜੀ ਖੂਬੀ ਸੀ ਜਿਹਦਾ ਕਰਕੇ ਉਹ ਰੁਕੇ ਹੋਏ ਭਲਾ? ਇਹਦੇ ਪਿੱਛੇ ਇੱਕ ਬੈਠਾ ਜਿਹਨੂੰ ਛੱਡ ਕੇ ਆਇਆ ਸੀ, ਕੀ ਸੀ ਭਲਾ? ਬਚਿਆ ਕਿਹਦੀ ਖਾਤਰ ਭਲਾ? ਇਹਦੇ ਪਿੱਛੇ ਇੱਕ ਬੈਠਾ ਜਿਹਦੀ ਖਾਤਰ ਇਹ ਸਭ ਕੁਛ ਉਹ ਸੀ ਨਾ। ਉਹਨੇ ਕਿਹਾ ਨਾ ਵੀ ਚੁਣ ਲਾ ਆਪਣੇ ਵਿੱਚ ਝਗੜਾ ਨਾ ਹੋਵੇ, ਤੇ ਇਹਨੂੰ ਤੇ ਕਹਿਣਾ ਚਾਹੀਦਾ ਸੀ ਤੂੰ ਮੇਰੇ ਬਾਪ ਦੀ ਜਗ੍ਹਾ ਤੇ ਆ ਭਾਈ, ਤੂੰ ਭਾਵੇਂ ਮੈਨੂੰ ਖਾਲੀ ਹੱਥੀ ਤੋਰ ਦੇ, ਤੂੰ ਦੱਸ ਤੂੰ ਮੈਨੂੰ ਨਾਲ ਰੱਖਣਾ, ਤਾਂ ਵੀ ਮੈਂ ਤੇਰੇ ਹੁਕਮ ਦੇ ਵਿੱਚ। ਜੇ ਤੂੰ ਮੈਨੂੰ ਆਪਣੇ ਤੋਂ ਜੁਦਾ ਕਰਨਾ ਤਾਂ ਵੀ ਮੈਂ ਤੇਰੇ ਹੁਕਮ ਦੇ ਵਿੱਚ, ਜੇ ਤੂੰ ਆਪਣੀ ਮਰਜ਼ੀ ਦੇ ਨਾਲ ਮੈਨੂੰ ਕੁਛ ਦੇਣਾ ਉਹ ਵੀ ਸਿਰ ਮੱਥੇ, ਜੇ ਨਹੀਂ ਤਾਂ ਕੋਈ ਗੱਲ ਨਹੀਂ। ਕਾਸ਼ ਕਿਤੇ ਇਹ ਕਹਿ ਕੇ ਆਇਆ ਹੁੰਦਾ ਤੇ ਫਿਰ ਆ ਕੇ ਸਦੋਮ ਮੂਹਰਾ 'ਚ ਵੱਸਦਾ ਤੇ ਸ਼ਾਇਦ ਅੱਗ ਆਉਂਦੀ। ਇਹ ਸਿਰਫ ਸਦੋਮ ਮੂਹਰਾ ਦੇ ਪਾਪ ਦੇ ਲਈ ਨਹੀਂ, ਇਹ ਅੱਗ ਦਾ ਆਉਣਾ ਸਿਰਫ ਸਦੋਮ ਮੂਹਰਾ ਦੇ ਪਾਪ ਦੇ ਲਈ ਨਹੀਂ, ਬਲਕਿ ਇਹਦਾ ਪਾਪੀਆਂ ਦੇ ਵਿੱਚ ਟਿਕਾਣਾ ਕਰਨਾ ਹੈ, ਕਿਉਂਕਿ ਇਹਦੀ ਅਭਿਲਾਸ਼ਾ ਜਾਗ ਪਈ ਕਿ ਆਹ ਸਭ ਕੁਛ ਕੀ ਹੈ ਭਲਾ? ਚੰਗਾ ਚੰਗਾ ਆ, ਇਹਨੇ ਆਪਣੇ ਵੱਲੋਂ ਬਹੁਤ ਚੰਗਾ ਚੁਣਿਆ ਤੇ ਇਹਨੇ ਸੋਚਿਆ ਵੀ ਮੈਂ ਹੁਣ ਆਪਣੇ ਚਾਚੇ ਦੇ ਨਾਲ ਅਮੀਰ ਹੋ ਜਾਊਂਗਾ। ਉੱਧਰ ਇਹਨੇ ਚੁਣ ਕੇ ਤੇ ਪਰੇ ਨੂੰ ਤੁਰਿਆ, ਨਾਲ ਹੀ ਚਾਚੇ ਨੂੰ ਪਰਮੇਸ਼ਵਰ ਕਹਿੰਦਾ ਅੱਖਾਂ ਚੁੱਕ। ਇਹ ਕੀ ਸੋਚਦਾ ਮੈਂ ਭਲਾ ਚਾਚੇ ਨਾਲ ਅਮੀਰ ਹੋ ਗਿਆ? ਤੇ ਪਰਮੇਸ਼ਵਰ ਕਹਿੰਦਾ ਭਲਾ ਅਬਰਾਹਮ ਨੂੰ ਕਹਿੰਦਾ ਅੱਖਾਂ ਚੁੱਕ, ਜਿੱਥੋਂ ਤੱਕ ਤੇਰੀ ਨਜ਼ਰ ਜਾਂਦੀ ਹੈ ਇਹ ਸਭ ਕੁਛ ਹੁਣ ਤੇਰਾ। ਸਭ ਕੁਛ ਕੀ ਹੈ ਭਲਾ? ਤੇਰਾ ਹੈ। ਕਈ ਵਾਰੀ ਪਰਮੇਸ਼ਵਰ ਸਾਨੂੰ ਬਰਕਤ ਇਸ ਕਰਕੇ ਨਹੀਂ ਦਿੰਦਾ, ਸਾਡੇ ਨਾਲ ਕੋਈ ਲਾਂਤ ਹੁੰਦਾ ਤੇ ਪਰਮੇਸ਼ਵਰ ਨੂੰ ਪਤਾ ਹੁੰਦਾ, ਇਸ ਕਰਕੇ ਪਰਮੇਸ਼ਵਰ ਉਸ ਲਾਂਤੀ ਨੂੰ ਪਹਿਲਾਂ ਸਾਡੇ ਤੋਂ ਜੁਦਾ ਹੋਣ ਦਿੰਦਾ ਤਾਂ ਕਿ ਉਹ ਬਰਕਤਾਂ ਦੀ ਬਾਰਿਸ਼ ਸਾਡੇ ਉੱਤੇ ਕਰੇ ਜਿਹੜੀਆਂ ਉਹਨੇ ਸਾਡੇ ਵਾਸਤੇ ਕੀ ਹੈ ਭਲਾ। ਸੋ ਅਸੀਂ ਕਿੰਨੀਆਂ ਉਦਾਹਰਨਾਂ ਦੇਵਾਂਗੇ ਤੁਹਾਨੂੰ ਬਾਈਬਲ ਦੇ ਵਿੱਚੋਂ। ਪਰਮੇਸ਼ਵਰ ਦੇ ਕੰਮ ਕਰਨ ਦਾ ਅੰਦਾਜ਼ ਹੀ ਅਲੱਗ ਹੈ, ਉਹਦਾ ਸਿਸਟਮ ਕੀ ਹੈ ਭਲਾ? ਉਹਦੇ ਕੰਮ ਕਰਨ ਦਾ ਸਿਸਟਮ ਹੀ ਅਲੱਗ ਹੈ। ਇਸ ਲਈ ਜਿਹੜਾ ਸਮਝਦਾ ਇਸ ਧਰਤੀ ਦੇ ਉੱਤੇ ਕਿ ਮੈਂ ਪਰਦੇਸੀ ਅਤੇ ਮੁਸਾਫਰ ਹਾਂ, ਪਰਦੇਸੀ ਅਤੇ ਮੁਸਾਫਰ ਆਪਣੇ ਨਾਲ ਓਨਾ ਕੁ ਸਮਾਨ ਹੀ ਰੱਖਦਾ ਆ ਜਿੰਨੇ ਕਿਹਦੇ ਨਾਲ ਉਹ ਸਫ਼ਰ ਵੀ ਸੋਹਣਾ ਕਰ ਸਕੇ, ਆਰਾਮ ਦੇ ਨਾਲ ਵੀ ਕਰ ਸਕੇ ਅਤੇ ਚੈਨ ਦੇ ਨਾਲ ਰਹਿ ਵੀ ਸਕੇ। ਕੋਈ ਕੋਠਾ ਘਰ ਦਾ ਚੱਕ ਕੇ ਨਹੀਂ ਲਿਆਉਂਦਾ ਵੀ ਚਲੋ ਹੁਣ ਇੰਡੀਆ ਤੋਂ, ਇੰਡੀਆ ਤਾਂ ਘਰ ਇੰਡੀਆ ਵਿੱਚ ਹੀ ਹੈ ਨਾ, ਹਾਂਜੀ, ਅਤੇ ਲਿਆਉਂਦਾ ਸੀ ਨਾਲ ਹੀ, ਔਰ ਕਮਲੇ ਇੰਨੇ ਉੱਥੇ ਰਹਿੰਦਾ ਕੋਈ ਨਾ, ਉੱਥੇ ਪੈਸੇ ਲਾਈ ਜਾਂਦੇ ਹਰ ਸਾਲ, ਚਲੋ ਪੇਂਟ ਕਰਾ ਲਓ, ਟੂਟੀਆਂ ਠੀਕ ਕਰਾ ਲਓ, ਉੱਥੇ ਐਵੇਂ 5-7 ਲੱਖ ਰੁਪਏ ਉੱਦਾਂ ਹੀ ਲਾਈ ਜਾਂਦੇ ਰਹਿੰਦੇ, ਰਹਿਣਾ ਹੈ ਹੀ ਨਹੀਂ ਉੱਥੇ। ਪਹਿਲਾਂ ਅੱਧੀ ਉਮਰ ਉੱਥੇ ਬਣਾਉਣ ਨੂੰ ਲਾਤੀ, ਜਦੋਂ ਉੱਥੇ ਰਹਿਣ ਜੋਗੇ ਹੋਏ ਉਦੋਂ ਛੱਡ ਕੇ ਇੱਧਰ ਆ ਗਏ, ਹੁਣ ਇੱਧਰ ਕਿਰਾਏ 'ਤੇ ਰਹਿਣ ਡੇ, ਆਪਣੀ ਮਲਕੀਅਤ ਛੱਡ ਕੇ ਇੱਥੇ ਆ ਕੇ ਕਿਰਾਏ 'ਤੇ ਰਹਿਣ ਡੇ। ਸਰੀਰ ਟਿਕਣ ਨਹੀਂ ਦਿੰਦਾ, ਕੀ ਨਹੀਂ ਕਰਦਾ ਭਰਾ? ਸਰੀਰ ਇਨਸਾਨ ਨੂੰ ਟਿਕਣ ਨਹੀਂ ਦਿੰਦਾ, ਅਤੇ ਇਸ ਕਰਕੇ ਪਰਦੇਸੀ ਅਤੇ ਮੁਸਾਫਰ ਨੂੰ ਇਹ ਧਿਆਨ ਰੱਖਣਾ ਹੈ। ਉਹ ਹੈ ਨਾ ਦੁਸ਼ਮਣ, ਕੀ ਹੈ ਭਲਾ? ਉਹ ਜਿਹੜੀ ਵਿੱਚ ਹੈਗੀ ਨਾ ਫਿੱਕੀ ਜਿਹੀ ਲੈਨ, ਇਹ ਕੀ ਹੈ ਭਲਾ? ਇਹ ਹੈ ਦੁਸ਼ਮਣ। ਅਤੇ ਪਰਮੇਸ਼ਵਰ ਨੇ ਨਵਾਂ ਜਨਮ ਕਾਹਦੇ ਲਈ ਦਵਾਇਆ ਭਲਾ? ਹਾਂਜੀ, ਇਹ ਜਿਹੜੀ ਦੁਸ਼ਮਣ ਹੈ ਨਾ, ਇਹ ਪਹਿਲਾਂ ਤਾਂ ਹੈ ਨਹੀਂ ਸੀ, ਹਾਂਜੀ ਪਹਿਲਾਂ ਹੈ ਨਹੀਂ, ਪਹਿਲਾਂ ਹੈ ਨਹੀਂ, ਪਹਿਲਾਂ ਲਾਈਕਨੈਸ ਇਮੇਜ ਹੈ, ਲੇਕਿਨ ਜਦੋਂ ਪਾਪ ਆਇਆ ਫਿਰ ਕੀ ਆ ਗਈ ਭਲਾ? ਨਾਲ ਸਰੀਰ ਦੀ ਇੱਛਾ, ਬੜੀ ਬੜੀ ਸਿੱਖਿਆ।
ਪਰਮੇਸ਼ਵਰ ਨੇ ਜਦੋਂ ਨੇ ਤੌਬਾ ਕੀਤੀ ਹੈ ਤਾਂ ਉਹਦਾ ਸੈਂਟਰ ਦੇ ਵਿੱਚ ਪਿਆ ਨਾ ਪਾਪ ਉਹਨੂੰ ਕੱਢਿਆ ਤੇ ਪਵਿੱਤਰ ਆਤਮਾ ਕਲਾਮ ਦਾ ਬੀਜ ਲੈ ਕੇ ਇਹਦੇ ਜੀਵਨ ਦੇ ਵਿੱਚ ਵਿਰਾਜਮਾਨ ਹੋਇਆ। ਲੇਕਿਨ ਇੱਥੇ ਜਿਹੜੀ ਸਿੱਖਣ ਵਾਲੀ ਗੱਲ ਜਿਹੜੀ ਅੱਜ ਅਸੀਂ ਸਿੱਖਣੀ ਹੈ, ਜਿਹੜਾ ਇਸ ਕਰਕੇ ਕਹਿੰਦਾ ਪ੍ਰਭੂ ਭੋਜ ਦੀ ਮੀਟਿੰਗ ਕੱਲ੍ਹ ਕਿਉਂ ਨਹੀਂ ਕਰ ਰਹੇ, ਇਹ ਹੁਣ ਪਾਸਟਰ ਫਿਨੀ ਹੁਣ ਜਾਣ ਤੋਂ ਬਾਅਦ ਕਰਾਂਗੇ, ਕਿਉਂਕਿ ਪੋਣਾ ਕੋਈ ਨਹੀਂ ਹੁਣ ਅਸੀਂ ਪ੍ਰਭੂ ਭੋਜ ਦੀ ਮੀਟਿੰਗ ਲੈਣੀ, ਕਿਉਂਕਿ ਹਰ ਵਾਰੀ ਉਹ ਕਰਾ ਕੇ ਇਹ ਕਹਿੰਦੇ ਸੀ ਹੁਣ ਤੁਸੀਂ ਚਲਾਉਣੀ ਹੈ, ਹੁਣ ਤੁਸੀਂ ਚਲਾਉਣੀ ਹੈ। ਮੈਂ ਚਾਹੁੰਦਾ ਸੀ ਚਲਾਈਏ, ਪਰ ਹੁਣ ਜਦੋਂ ਲੋਕਾਂ ਦੇ ਸਵਾਲ ਆ ਗਏ ਤਾਂ ਫਿਰ ਮੇਰਾ ਪਹਿਲਾ ਫਰਜ਼ ਇਹ ਬਣਦਾ ਉਹਨਾਂ ਸਾਰੇ ਸਵਾਲਾਂ ਨੂੰ ਕੀ ਕਰਾਂ, ਕਲੀਅਰ ਕਰਾਂ, ਤਾਂ ਕਿ ਹਰੇਕ ਗੱਲ ਤੋਂ ਪਰਦਾ ਚੁੱਕਿਆ ਜਾਵੇ, ਤਾਂ ਕਿ ਜਿਹੜਾ ਲਵੇ ਉਹ ਵੀ ਪੂਰੇ ਗਰਵ ਦੇ ਨਾਲ ਅਤੇ ਪੂਰੇ ਮਾਣ ਦੇ ਨਾਲ ਲਵੇ, ਤੁਹਾਨੂੰ ਪਤਾ ਹੋਵੇ ਕਿ ਮੈਂ ਕੀ ਕਰਨ ਜਾ ਰਿਹਾ ਹਾਂ। ਸੋ ਇੱਥੇ ਅਸੀਂ ਦੇਖਦੇ ਹਾਂ ਵੀ ਪਰਮੇਸ਼ਵਰ ਨੇ ਜਦੋਂ ਇਹਨੂੰ ਨਵਾਂ ਜਨਮ ਪਾਉਣ ਦਾ ਮੌਕਾ ਦਿੱਤਾ, ਪਾਕਰੂ ਕਲਾਮ ਦਾ ਬੀਜ ਲੈ ਕੇ ਇਹਦੇ ਜੀਵਨ ਦੇ ਵਿੱਚ ਜਦੋਂ ਆਉਂਦਾ ਅਤੇ ਉੱਥੇ ਖਾਸ ਗੱਲ ਕੀ ਆ, ਪਾਪ ਹਟਾਇਆ ਪਰ ਸਰੀਰ ਦੀ ਇੱਛਾ ਨੂੰ ਨਹੀਂ। ਅਤੇ ਜਿਹੜਾ ਪਰਮੇਸ਼ਵਰ ਇਹਦੇ ਪਾਪ ਨੂੰ ਹਟਾ ਸਕਦਾ, ਹਾਂਜੀ, ਜਿਹੜਾ ਇਹਦੇ ਅੰਦਰੋਂ ਪਾਪ ਕੱਢ ਸਕਦਾ, ਉਹਦੇ ਲਈ ਇਸ ਸਰੀਰ ਦੀ ਇੱਛਾ ਨੂੰ ਕੱਢਣਾ ਕਿੰਨਾ ਕੁ ਔਖਾ ਸੀ, ਹਾਂਜੀ। ਅਤੇ ਜੇ ਸਰੀਰ ਦੀ ਇੱਛਾ ਨੂੰ ਕੱਢ ਦੇਵੇ ਤਾਂ ਫਿਰ ਸਾਡਾ ਇੱਥੇ ਧਰਤੀ ਉੱਤੇ ਕੰਮ ਕੋਈ ਨਹੀਂ। ਬੋਲੋ ਭਾਈ ਜੀ, ਕਢਾਉਣੀ ਸਰੀਰ ਦੀ ਇੱਛਾ ਬਾਹਰ, ਹਾਂ ਤਾਂ ਫਿਰ ਛੱਡਣਾ ਪੈਣਾ ਸਾਰਾ ਕੁਝ, ਇੱਥੇ ਇੱਥੇ ਹੁਣੇ ਤੁਹਾਡੀ ਸਾਰਾ ਸਾਹ ਨਿਕਲ ਜਾਣੇ, ਹਾਂਜੀ। ਅਗਰ ਉਹ ਨਿਕਲ ਜਾਵੇ ਨਾ ਜਿਹੜੀ ਉਹ ਲਾਈਟ ਜਿਹੀ ਲਾਈਨ ਹੈ, ਅਗਰ ਇਹ ਅੰਦਰ ਨਿਕਲ ਜਾਵੇ ਤਾਂ ਫਿਰ ਧਰਤੀ ਉੱਤੇ ਪਰਮੇਸ਼ਵਰ ਇੱਕ ਸੈਕਿੰਡ ਵੀ ਬੰਦੇ ਨੂੰ ਰਹਿਣ ਦਿੰਦਾ, ਰਹਿਣ ਨਹੀਂ ਦਿੰਦਾ। ਇਹੀ ਤਾਂ ਮਸਲਾ ਇਹਦਾ ਤਾਂ ਸਾਰਾ। ਹੁਣ ਇੱਥੇ ਦੇਖੋ ਨਾ, ਇਹਦੇ ਵਿੱਚ ਫਰਕ ਕੀ ਆ, ਇਹ ਜਦੋਂ ਪਰਮੇਸ਼ਵਰ ਨੇ ਨਾਸਾਂ ਵਿੱਚ ਜੀਵਨ ਦਾ ਸਾਹ ਫੂਕਿਆ ਅਤੇ ਲਿਖਿਆ ਵੀ ਇਹ ਜਿਉਂਦੀ ਜਾਨ ਹੋਇਆ, ਅਤੇ ਜਿਉਂਦੀ ਜਾਨ ਜਦੋਂ ਹੋਇਆ ਤਾਂ ਪਰਮੇਸ਼ਵਰ ਦੀ ਲਾਈਕਨੈਸ ਇਮੇਜ ਉਹਦਾ ਸਵਰੂਪ ਅਤੇ ਸਮਾਨਤਾ ਨੇ ਇਹਦੇ ਅੰਦਰ ਆਪਣੀ ਜਗ੍ਹਾ ਬਣਾਈ। ਜਦੋਂ ਸਵਰੂਪ ਅਤੇ ਸਮਾਨਤਾ ਨੇ ਬਣਾਈ ਤਾਂ ਹੁਣ ਤਾਂ ਪਾਇਆ ਨੇ ਨਵਾਂ ਜਨਮ, ਅਤੇ ਨਵੇਂ ਜਨਮ ਦੇ ਵਿੱਚ ਸਵਰੂਪ ਅਤੇ ਸਮਾਨਤਾ ਮਿਲ ਜਾਣਾ ਚਾਹੀਦਾ ਸੀ, ਪਰ ਨਵੇਂ ਜਨਮ ਵਿੱਚ ਸਵਰੂਪ ਅਤੇ ਸਮਾਨਤਾ ਨਹੀਂ ਮਿਲਿਆ। ਕੀ ਮਿਲਿਆ? ਕਲਾਮ ਦਾ ਬੀਜ ਅਤੇ ਪਵਿੱਤਰ, ਕਲਾਮ ਦਾ ਬੀਜ ਅਤੇ ਪਵਿੱਤਰ ਆਤਮਾ ਮਿਲਿਆ। ਹੁਣ ਜਦੋਂ ਕਲਾਮ ਦਾ ਬੀਜ ਅਤੇ ਪਵਿੱਤਰ ਆਤਮਾ ਮਿਲਿਆ, ਇਹੀ ਤਾਂ ਸਿੱਖਿਆ ਦਾ ਮਿਆਰ ਆ ਨਾ, ਕਿ ਪਰਮੇਸ਼ਵਰ ਨੇ ਕਿਉਂ ਸਾਨੂੰ ਫਿਰ ਦੁਬਾਰਾ ਲਾਇਕਨੈਸ ਇਮੇਜ ਨਹੀਂ ਦਿੱਤੀ, ਅਤੇ ਕੀ ਔਖਾ ਸੀ? ਔਖਾ ਨਹੀਂ ਸੀ, ਪਰ ਪਰਮੇਸ਼ਵਰ ਨੇ ਸਾਨੂੰ ਲਾਇਕਨੈਸ ਇਮੇਜ ਨਹੀਂ ਦਿੱਤੀ, ਪਰਮੇਸ਼ਵਰ ਨੇ ਸਾਨੂੰ ਪਵਿੱਤਰ ਆਤਮਾ ਅਤੇ ਕਲਾਮ ਦਾ ਬੀਜ ਦਿੱਤਾ। ਪਵਿੱਤਰ ਆਤਮਾ ਅਤੇ ਕਲਾਮ ਦੇ ਬੀਜ ਦੇਣ ਦੇ ਪਿੱਛੇ ਦੇ ਪਰਮੇਸ਼ਵਰ ਦੀ ਭਾਵਨਾ ਅਤੇ ਉਹਦਾ ਭੇਤ ਕੀ ਸੀਗਾ? ਭੇਤ ਇਹ ਹੀ ਆ, ਸ਼ੈਤਾਨ ਦੇ ਉਸ ਦੋਸ਼ ਨੂੰ ਖਤਮ ਕਰਨਾ ਜਿਹੜਾ ਉਹ ਅਕਸਰ ਪਰਮੇਸ਼ਵਰ ਦੇ ਉੱਤੇ ਲਾਉਂਦਾ। ਔਰ ਉਹ ਕੀ ਦੋਸ਼ ਆ? ਤੂੰ ਕਹਿੰਦਾ ਤੇ ਆ ਵੀ ਤੂੰ ਇਹਨੂੰ ਆਪਣੇ ਸਵਰੂਪ ਅਤੇ ਸਮਾਨਤਾ ਦੇ ਵਿੱਚ ਬਣਾਇਆ, ਪਰ ਇਹ ਗੱਲ ਗਲਤ ਆ, ਮੈਂ ਇਹਨੂੰ ਮੰਨਣ ਦੇ ਵਾਸਤੇ ਤਿਆਰ ਨਹੀਂ ਆ, ਕਿਉਂਕਿ ਤੂੰ ਕਰਤਾ ਅਤੇ ਇਹ ਕਿਰਤ, ਮੈਂ ਬਣਾਵਾਂ ਗਲਾਸ, ਇਹ ਗਲਾਸ ਮੇਰੇ ਸਮਾਨ ਕਿੱਦਾਂ ਹੋ ਸਕਦਾ? ਮੈਂ ਤਾਂ ਇਹਦਾ ਕਰਤਾ ਹੈ, ਭਾਵੇਂ ਮੈਂ ਇਹਨੂੰ ਆਪਣੇ ਵਰਗਾ ਹੀ ਰੂਪ ਦੇ ਦੇਵਾਂ, ਪਰ ਫਿਰ ਵੀ ਕੀ ਹੈ ਭਲਾ? ਮੈਂ ਇਹਦਾ ਕੀ ਹੈ ਭਲਾ? ਮੈਂ ਇਹਦਾ ਕਰਤਾ ਹੈ, ਅਤੇ ਜਦੋਂ ਤੱਕ ਮੈਂ ਇਹਦਾ ਕਰਤਾ ਹੈ ਉਦੋਂ ਤੱਕ ਇਹ ਮੇਰੀ ਸਮਾਨਤਾ ਦੇ ਵਿੱਚ ਹੋ ਹੀ ਨਹੀਂ ਸਕਦਾ। ਇਸ ਲਈ ਬਾਕੀ ਇਹਦੇ ਵਿੱਚ ਸ਼ੈਤਾਨ ਨੇ ਝੂਠ ਨਹੀਂ ਬੋਲਿਆ, ਸੱਚ ਕਿਹਾ ਆ, ਪਰਮੇਸ਼ਵਰ ਨੇ ਤੁਹਾਨੂੰ ਗਲਤ ਕਿਹਾ ਆ ਕਿ ਤੁਸੀਂ ਉਹਦੀ ਵਰਗੇ ਹੋ, ਤੁਸੀਂ ਉਹਦੇ ਵਰਗੇ ਆ, ਜਦੋਂ ਤੁਸੀਂ ਖਾ ਲਿਆ ਨਾ ਫਿਰ ਵਰਗੇ ਹੋਣਾ ਜੀ। ਪਰ ਇੱਥੇ ਉਹਦਾ ਧੋਖਾ ਸੀ,
ਇਹ ਖਾਣ ਤੋਂ ਬਾਅਦ ਹੋਣਾ ਨਹੀਂ ਸੀ, ਉਹ ਜਿਹੜਾ ਹੈਗਾ ਸੀ ਉਹ ਵੀ ਖਾਧਾ ਨਾ, ਇੱਥੇ ਖਾ ਲਿਆ ਜਦੋਂ ਖਾਧਾ, ਉਹ ਜਿਹੜਾ ਹੈਗਾ ਸੀ ਉਹ ਵੀ ਜਾਂਦਾ ਲੱਗਾ। ਲੇਕਿਨ ਪਰਮੇਸ਼ਵਰ ਨੇ ਇਹ ਸਭ ਕੁਛ ਕਰਾਇਆ ਨਹੀਂ, ਪਰਮੇਸ਼ਵਰ ਨੇ ਇਹ ਸਭ ਕੁਛ ਹੋਣ ਦਿੱਤਾ। ਹੁਣ ਗੱਲ ਹੀ ਦਿੱਤਾ ਭਲਾ, ਇਸ ਮਨੁੱਖ ਨੇ ਪਵਿੱਤਰ ਆਤਮਾ ਅਤੇ ਕਲਾਮ ਦੇ ਬੀਜ ਨੂੰ ਪਾ ਕੇ ਹੁਣ ਖੁਦ ਉਸ ਸਵਰੂਪ ਅਤੇ ਸਮਾਨਤਾ ਨੂੰ ਹਾਸਲ ਕਰਨਾ ਹੈ। ਕੀ ਕਰਨਾ ਭਲਾ ਇਹਨੇ ਹੁਣ ਉਸ ਸਵਰੂਪ ਅਤੇ ਸਮਾਨਤਾ ਨੂੰ ਕੀ ਕਰਨਾ ਹੈ, ਇਹਨੇ ਹੁਣ ਖੁਦ ਪਰਮੇਸ਼ਵਰ ਵਰਗਾ ਬਣਨਾ ਹੈ। ਇਸ ਲਈ ਲਿਖਿਆ ਵਚਨ ਦੇ ਵਿੱਚ ਅਸੀਂ ਅੰਸ਼ ਅੰਸ਼ ਕਰਕੇ ਉਹਦੀ ਸੂਰਤ ਦੇ ਉੱਤੇ ਉਸਰਦੇ ਜਾਂਦੇ ਹਾਂ, ਅੰਸ਼ ਅੰਸ਼ ਕਰਕੇ ਉਹਦੀ ਸੂਰਤ ਦੇ ਉੱਤੇ ਉਸਰਦੇ ਜਾਂਦੇ ਹਾਂ। ਇਸ ਲਈ ਉਹਨੇ ਬਣਾਇਆ, ਇਸ ਲਈ ਯੂਹੰਨਾ ਲਿਖਦਾ ਆ, ਹੇ ਬੱਚਿਓ ਜੇ ਪ੍ਰਗਟ ਨਹੀਂ ਹੋਇਆ ਅਸੀਂ ਕੀ ਕੁਝ ਹੋਵਾਂਗੇ, ਪਰ ਜਾਂ ਮਸੀਹ ਯਸੂ ਆਵੇਗਾ ਉਦੋਂ ਜਿੱਦਾਂ ਦਾ ਉਹ ਆ ਉਦਾਂ ਦੇ ਅਸੀਂ ਹੋਵਾਂਗੇ। ਇਸ ਲਈ ਪਰਮੇਸ਼ੁਰ ਦਾ ਇਹ ਯੋਜਨਾ ਆ, ਇਸ ਲਈ ਉਸ ਸਰੀਰ ਦੀ ਇੱਛਾ ਨੂੰ ਕੱਢਿਆ ਨੇ, ਉਹਨੂੰ ਇਸੇ ਤਰ੍ਹਾਂ ਇਹਦੇ ਅੰਦਰ ਰਹਿਣ ਦਿੱਤਾ ਤਾਂ ਕਿ ਇਹ ਯੋਧਾ ਬਣ ਕੇ ਉਸ ਸਵਰੂਪ ਅਤੇ ਉਸ ਸਮਾਨਤਾ ਨੂੰ ਹਾਸਲ ਕਰੇ, ਤਾਂ ਕਿ ਇਹ ਮੇਰੇ ਨਾਲ ਬਰਾਬਰ ਮੇਰੇ ਤਖ਼ਤ ਹੁਣ ਇਹਨੇ ਬਾਗੇ ਅਦਨ 'ਚ ਨਹੀਂ ਰੱਖਣਾ, ਹੁਣ ਜਿੱਥੇ ਮੇਰਾ ਤਖ਼ਤ ਆ ਇਹਨੇ ਉੱਥੇ ਹੀ ਬਹਿਣਾ। ਅਤੇ ਹੁਣ ਜਿਹੜਾ ਤਖ਼ਤ 'ਤੇ ਬਹਿਣਾ ਉਹ ਕੀ ਕਹਿੰਦੇ, ਪਾਸਟਰ ਜੀ ਛੱਡੋ ਵਾਲ ਕਾਲੇ ਚਿੱਟਿਆਂ ਨਾਲ ਕੀ ਫਰਕ ਪੈਂਦਾ, ਫੈਸ਼ਨ ਫੂਸ਼ਨ ਤੋਂ ਕੀ ਲੈਣਾ ਦੇਣਾ, ਪਰਮੇਸ਼ੁਰ ਅੰਦਰੋਂ ਦੇਖਦਾ ਆ ਬਾਹਰੋਂ ਥੋੜ੍ਹਾ ਨਾ ਦੇਖਦਾ ਆ। ਬਿਲਕੁਲ ਸਹੀ ਆ, ਪਰਮੇਸ਼ੁਰ ਕਿੱਥੋਂ ਦੇਖਦਾ ਭਲਾ, ਅੰਦਰੋਂ ਹੀ ਦੇਖਦਾ। ਅਤੇ ਮੈਂ ਬੜੀ ਦੱਸਦਾ ਨਾ, ਜਿਹੜਾ ਪਰਮੇਸ਼ੁਰ ਅੰਦਰੋਂ ਦੇਖਦਾ ਨਾ ਉਹਦਾ ਹੀ ਇੰਤਜ਼ਾਮ ਦੱਸਦਾ ਆ, ਜਦੋਂ ਫਲ ਅੰਦਰੋਂ ਪੱਕ ਜਾਵੇ ਬਾਹਰੋਂ ਰੰਗ ਬਦਲ ਜਾਂਦਾ, ਜਦੋਂ ਫਲ ਅੰਦਰੋਂ ਪੱਕ ਜਾਵੇ ਬਾਹਰੋਂ ਨਰਮ ਹੋ ਜਾਂਦਾ ਹੈ। ਅਤੇ ਫਲ ਦੀ ਤਾਂ ਨਿਸ਼ਾਨੀ ਹੈ, ਅਤੇ ਜਦੋਂ ਪੂਰਾ ਪੱਕ ਜਾਵੇ ਨਾ ਤਾਂ ਫਿਰ ਉਹ ਆਪਣੇ ਆਪ ਹੀ ਉਹ ਤੋਂ ਡਿੱਗ ਵੀ ਪੈਂਦਾ। ਮੈਂ ਤਾਂ ਕਰਕੇ ਕਿਹਾ ਵੀ ਜੇ ਤਾਂ ਹੁਣੇ ਉਹ ਸਰੀਰ ਤੁਹਾਨੂੰ ਕਢਾਉਣਾ ਤਾਂ ਫਿਰ ਸਿੱਧਾ ਉੱਪਰ ਹੀ ਆ। ਇਸ ਲਈ ਸੰਤ ਪਲੂਸ ਲਿਖਦਾ, ਮੈਂ ਚਾਹੁੰਦਾ ਇਸ ਸਰੀਰ ਤੋਂ ਮੈਂ ਕੀ ਕਰਾਂ ਭਲਾ, ਛੁਟਕਾਰਾ, ਮੇਰੀ ਤਮੰਨਾ ਕਿ ਮੈਂ ਇਸ ਸਰੀਰ ਤੋਂ ਛੁਟਕਾਰਾ ਪਾ ਚਾਹੁੰਦਾ, ਮੈਂ ਜਾਣਾ ਹੀ ਚਾਹੁੰਦਾ ਤਾਂ ਕਿ ਮੈਂ ਆਪਣੇ ਪ੍ਰਭੂ ਦੇ ਚਰਨਾਂ ਦੇ ਵਿੱਚ ਜਾ ਕੇ ਰਹਿ ਸਕਾਂ। ਪਰ ਜੇ ਕਲੀਸੀਆ ਦੇ ਲਈ ਮੇਰਾ ਜਿਉਂਦਾ ਰਹਿਣਾ ਜ਼ਰੂਰੀ ਹੈ ਤਾਂ ਫਿਰ ਮੈਨੂੰ ਨਹੀਂ ਪਤਾ ਮੈਂ ਕਿਹੜੀ ਚੀਜ਼ ਨੂੰ ਚੁਣਾਂ। ਸੋ ਇੱਥੇ ਵੀ ਮੂਸਾ ਵਰਗੀ ਪੀੜਾ ਅਸੀਂ ਸੰਤ ਪਾਲੂਸ ਦੇ ਵਿੱਚ ਦੇਖਦੇ ਹਾਂ ਕਿ ਉਹ ਆਪ ਵੀ ਉਹਨੂੰ ਪਤਾ ਆ, ਕਹਿੰਦਾ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਕਾਮਲ ਹੋ ਗਿਆ ਹਾਂ, ਮੈਂ ਤੁਹਾਡੇ ਵਾਂਗੂ ਦੌੜ ਦੇ 'ਚ ਲੱਗਾ ਹੋਇਆ। ਲੇਕਿਨ ਇੱਕ ਸਮਾਂ ਆ ਕੇ ਉਹ ਐਲਾਨ ਕਰ ਦਿੰਦਾ, ਮੈਂ ਆਪਣੀ ਦੌੜ ਮੁਕਾ ਲਈ। ਕੀ ਕੀਤਾ? ਮੈਂ ਆਪਣੀ ਦੌੜ ਮੁਕਾ ਲਈ ਹੈ। ਪਰ ਪਹਿਲੀ ਗੱਲ ਕੀ ਹੈ, ਕਹਿੰਦਾ ਮੈਂ ਦੌੜ ਦੇ ਵਿੱਚ, ਬੋਲੋ ਸਾਨੂੰ ਕੀ ਹੈ ਭਲਾ, ਮੈਂ ਦੌੜ ਦੇ ਵਿੱਚ। ਆਹ ਗੱਲ ਹੈ ਜਿਹੜੀ ਅਸੀਂ ਪ੍ਰਭੂ ਭੋਜ ਤੋਂ ਪਹਿਲਾਂ ਸਿੱਖਣੀ ਹੈ, ਅਸੀਂ ਕਾਮਲ ਹੋਏ ਨਹੀਂ ਹੈ, ਅਸੀਂ ਦੌੜ ਦੇ ਵਿੱਚ ਦੌੜ ਰਹੇ ਹਾਂ। ਕੀ ਹੈ ਭਲਾ, ਅਸੀਂ ਦੌੜ ਦੇ ਵਿੱਚ ਕਾਮਲ ਨਹੀਂ ਹੋਏ, ਕੋਈ ਕਾਮਲ ਨਹੀਂ, ਇੱਕ ਵੀ ਨਹੀਂ ਕਾਮਲ ਨਹੀਂ ਹੋਏ। ਜਿੱਦਾਂ ਕਾਮਲ ਹੋਏ ਲੈ ਜਾਣਾ ਉਹਨੇ, ਫਿਰ ਧਰਤੀ ਉੱਤੇ ਕੰਮ ਖਤਮ ਆ। ਧਰਤੀ ਉੱਤੇ ਕਾਮਲ ਹੋਣ ਲਈ ਤਾਂ ਉਹਨੇ ਸਾਨੂੰ ਜਨਮ ਦਿੱਤਾ ਹੈ, ਕਾਮਲ ਨਹੀਂ ਹੋਏ ਦੌੜ ਦੇ ਵਿੱਚ, ਤੇ ਦੌੜ ਦੇ ਵਿੱਚ ਨੀਅਤ ਆ। ਦੌੜ ਦੇ ਵਿੱਚ ਕੀ ਹੈ ਭਲਾ,
ਕਹਿੰਦਾ ਜਿਹੜਾ ਵੀ ਦੌੜਦਾ ਨਾ ਉਹ ਇਸ ਤਰੀਕੇ ਨਾਲ ਦੌੜੇ ਕਿ ਇਨਾਮ ਉਹਨੇ ਲੈਣਾ। ਦੌੜਨਾ ਕਿੱਦਾਂ ਭਲਾ ਕਿ ਇਨਾਮ, ਹੁਣ ਪਰਮੇਸ਼ਵਰ ਨੀਅਤ ਨੂੰ ਜਾਣਦਾ ਇਹ ਉਸ ਇਨਾਮ ਨੂੰ ਪਾਉਣਾ ਚਾਹੁੰਦਾ ਆ, ਤੇ ਜਿਹੜਾ ਉਸ ਇਨਾਮ ਨੂੰ ਪਾਉਣਾ ਚਾਹੁੰਦਾ ਪਰਮੇਸ਼ਵਰ ਉਹਦੇ ਨਾਲ ਨਾਲ ਚੱਲਦਾ ਹੈ। ਸੋ ਜਿਹੜੇ ਕਹਿੰਦੇ ਨਾ ਵੀ ਫਿਰ ਤੇ ਪ੍ਰਭੂ ਭੋਜ ਲੈ ਕੋਈ ਨਹੀਂ ਸਕਦਾ, ਪ੍ਰਭੂ ਤੁਹਾਡੀ ਨੀਅਤ ਨੂੰ ਦੇਖਦਾ ਆ ਕਿ ਤੁਸੀਂ ਕਾਮਲ ਹੋਣ ਦੀ ਦੌੜ ਦੇ ਵਿੱਚ ਦੌੜ ਰਹੇ ਹੋ ਜਾਂ ਦੌੜ ਦੀ ਤਿਆਰੀ ਕਰ ਰਹੇ ਹੋ ਜਾਂ ਉਸ ਲਾਈਨ ਤੇ ਆ ਕੇ ਖੜੇ ਹੋ ਗਏ ਕਿ ਹੁਣ ਮੈਂ ਦੌੜਨਾ ਆ। ਪ੍ਰਭੂ ਬੜੀ ਬਰੀਕੀ ਦੇ ਨਾਲ ਦੇਖਦਾ ਆ ਤੇ ਪ੍ਰਭੂ ਉਹਦੇ ਨਾਲ ਹੀ ਆ ਜਿਹੜਾ ਇਸ ਰੇਸ ਦੇ ਵਿੱਚ ਇਸ ਨੀਅਤ ਦੇ ਨਾਲ ਆ ਕੇ ਖੜਾ ਹੋਇਆ। ਕੁਛ ਵੀ ਕਰਨਾ ਪਵੇ, ਕੁਛ ਵੀ ਤਿਆਗ ਕਰਨਾ ਪਵੇ, ਕੁਛ ਵੀ ਛੱਡਣਾ ਪਵੇ, ਮੈਂ ਜਿੱਦਾਂ ਦਾ ਮੇਰਾ ਬਣਾਉਣ ਵਾਲਾ ਉਦਾਂ ਦਾ ਹੋਣਾ। ਤੇ ਜਿਹੜਾ ਇਸ ਨੀਅਤ ਨੂੰ ਲੈ ਕੇ ਚੱਲਦਾ ਆ ਪ੍ਰਭੂ ਉਹਦੇ ਨਾਲ ਹੈ। ਪ੍ਰਭੂ ਕੀ ਹੈ ਭਲਾ? ਉਹਦੇ ਨਾਲ। ਕਈ ਵਾਰੀ ਜਦੋਂ ਜਾਂਦੇ ਸੀ ਚਰਚੇ ਤੇ ਜਨਾਨੀਆਂ 'ਚ ਟਿੱਕ ਪੜੇ ਪਾ ਕੇ ਜਾਣਾ ਔਰਤਾਂ ਭੈਣਾਂ ਨੇ, ਤੇ ਸਾਰੇ ਕਹੋ ਤੁਸੀਂ ਕੀ ਵਿਧਵਾ ਜਿਹੀਆਂ ਬਣ ਕੇ ਆਏ? ਤੇ ਮੈਂ ਪੁੱਛਦਾ ਰਹਿਣਾ ਸੁਹਾਗਣਾ ਨੇ, ਪੁੱਛੋ ਤੁਸੀਂ ਕਿਹੜਾ ਖੋਣਾ ਖੋਲਿਆ? ਜੇ ਇਹ ਵਿਧਵਾਈਆਂ ਬਣ ਕੇ ਆਈਆਂ ਤੇ ਤੁਸੀਂ ਕਿਹੜਾ ਖੋਣਾ? ਇਹ ਜਿਹੜੇ ਵਿਧਵਾਈਆਂ ਬਣ ਕੇ ਆਈਆਂ ਨਾ, ਇਹਨਾਂ ਦਾ ਕੋਈ ਮਜ਼ਾਕ ਨਹੀਂ ਕਰ ਸਕਦਾ। ਇਹਨਾਂ ਤੁਰੀਆਂ ਜਾਂਦੀਆਂ ਕੋਈ ਟਾਂਚਬਾਜ਼ੀ, ਕੋਈ ਟਿੱਚਰਬਾਜ਼ੀ ਨਹੀਂ ਕਰ ਸਕਦਾ। ਕਦੀ ਸੁਣਿਆ ਕਿ ਸੜਕ 'ਤੇ ਨਾਨੇ ਜਾਂਦੀ ਹੋਵੇ ਕੈਥੋਲਿਕ ਦੀ ਅਤੇ ਕੋਈ ਉਹਦੇ ਨਾਲ ਮਜ਼ਾਕ ਕਰੇ? ਕਦੀ ਕੋਈ ਸੁਣਿਆ ਕਿ ਸਿੱਖ ਬੀਬੀ ਪੂਰੇ ਬਾਣੇ ਦੇ ਵਿੱਚ ਸਜੀ ਹੋਵੇ ਅਤੇ ਉਹਦੇ ਨਾਲ ਕੋਈ ਮਜ਼ਾਕ ਕਰੇ? ਅਤੇ ਮਜ਼ਾਕ ਇਹਨਾਂ ਦਾ ਹੁੰਦੇ ਭਲਾ? ਬੋਲੋ, ਸ਼ਰਮ ਦੇ ਗੱਲ ਨਹੀਂ ਹੈ? ਅਤੇ ਤਾਂ ਹੀ ਉਹ ਕਹਿੰਦੇ ਨਾ ਮੇਰਾ ਗੁੱਸਾ ਤਾਂ ਲੱਗਦਾ, ਪਰ ਸਵਾਲ ਆ ਮੇਰਾ, ਮਜ਼ਾਕ ਇਹਨਾਂ ਦਾ ਹੁੰਦੇ ਭਲਾ? ਬਣ ਠੰਡ ਕੇ ਕਿਹਦੇ ਲਈ ਜਾ ਰਹੇ? ਇੱਕ ਨਾਨਾ ਪਾਟਕਰ ਦੀ ਫਿਲਮ ਸੀ ਬੜੀ ਪੁਰਾਣੀ, ਉਹਦੇ ਜਨਾਨੀ ਦਾ ਆ ਕੇ ਕਟਾਪਾ ਚੰਗਾ ਚਾੜਦਾ, ਤੂੰ ਕਹਿੰਦੀ ਮੈਨੂੰ ਕੁੱਟਦਾ ਗੱਲ ਨਹੀਂ ਹੈ, ਕਹਿੰਦਾ ਤੂੰ ਸ਼ਿੰਗਾਰ ਕੀਤਾ ਕਦ ਲਈ? ਉਹ ਕਹਿੰਦੀ ਮੈਂ ਸੁਹਾਗਣ ਆ, ਕਹਿੰਦਾ ਮੈਂ ਤੇਰਾ ਪਤੀ, ਮੈਂ ਨਹੀਂ ਚਾਹੁੰਦਾ ਤੂੰ ਸ਼ਿੰਗਾਰ ਕਰੇ, ਤੂੰ ਕਿਹਦੇ ਲਈ ਕਰਦੀ ਪਈ? ਬਾਅਦ 'ਚ ਫਿਰ ਉਹ ਜਨਮਦਿਨ ਮਨਾਉਣਾ ਹੁੰਦਾ ਅਤੇ ਉਹ ਕੁਛ ਬੁਲਾ ਲੈਂਦੀ ਸਹੇਲੀਆਂ ਸਹੂਲੀਆਂ ਨੂੰ, ਉਹਨਾਂ ਦੇ ਘਰ ਵਾਲਿਆਂ ਨੂੰ, ਸਾਰੇ ਕਹਿੰਦਾ ਗੈਟ ਆਊਟ, ਬਾਹਰ ਨਿਕਲੋ। ਉਹ ਕਹਿੰਦੀ ਵੀ ਆਹ ਕੀ ਚੱਕਰ? ਕਹਿੰਦਾ ਜਨਮਦਿਨ ਮੇਰਾ, ਕਹਿੰਦਾ ਆਹੋ, ਤੂੰ ਮੇਰੀ ਘਰ ਵਾਲੀ, ਕਹਿੰਦਾ ਆਹੋ, ਕਹਿੰਦਾ ਆਪਾਂ ਦੋਨਾਂ ਨੇ ਮਨਾਉਣਾ। ਮਤਲਬ ਪਤੀ ਦੀ ਇੱਛਾ ਆ ਵੀ ਏਦਾਂ ਨਹੀਂ ਤੇ ਏਦਾਂ ਆ, ਤੇ ਫਿਰ ਗੱਲ ਖਤਮ। ਉਸੇ ਤਰ੍ਹਾਂ ਸਾਡੇ ਦੁਲਹੇ ਦੀ ਇੱਛਾ ਹਲੇ ਲੋਈ ਹੈ, ਤੇ ਜਦੋਂ ਸਾਡੇ ਦੁਲਹੇ ਦੀ ਇੱਛਾ ਇਹ ਹੈ ਤੇ ਫਿਰ ਸਾਨੂੰ ਜ਼ਰੂਰੀ ਹੈ ਜੇ ਅਸੀਂ ਉਹਦੇ ਨਾਲ ਰਿਸ਼ਤਾ ਕਾਇਮ ਕਰਨਾ ਤੇ ਫਿਰ ਜਿੱਦਾਂ ਉਹ ਚਾਹੁੰਦਾ ਹੈ ਉੱਦਾਂ ਅਸੀਂ ਹੋਈਏ। ਅਸੀਂ ਸੰਸਾਰ ਨੂੰ ਖੁਸ਼ ਨਾ ਕਰੀਏ, ਸੰਸਾਰ ਨੂੰ ਬੁਲਾ ਕੇ ਪਾਰਟੀਆਂ ਨਾ ਕਰੀਏ, ਅਸੀਂ ਆਪਣੇ ਪ੍ਰਭੂ ਦੇ ਉਸ ਮਨ ਨੂੰ ਭਾਉਣ ਵਾਲੇ ਬਣੀਏ ਜਿੱਦਾਂ ਦਿਆਂ ਨੂੰ ਉਹ ਚਾਹੁੰਦਾ ਹੈ। ਆਪਣੀਆਂ ਅੱਖਾਂ ਨੂੰ ਬੰਦ ਕਰਦੇ ਹਾਂ, ਸਿਰਾਂ ਝੁਕਾਉਂਦੇ ਹਾਂ, ਭਾਈ ਦਾਨਿਸ਼ ਨਾਲ ਮੇਰੇ ਕੋਲ ਪ੍ਰਾਰਥਨਾ ਕਰਦੇ ਹਾਂ। ਮਿਹਰਬਾਨ ਸਵਰਗੀ ਖੁਦਾਵਨ, ਤੁਹਾਡਾ ਧੰਨਵਾਦ ਕਰਦੇ ਹਾਂ ਅੱਜ ਦੀ ਸ਼ਾਮ ਦੇ ਲਈ ਖੁਦਾਵਨ, ਬਹੁਤ ਹੀ ਅੱਛੇ ਮੈਸੇਜ ਦੇ ਲਈ ਖੁਦਾਵਨ, ਬਹੁਤ ਅੱਛੇ ਕਲਾਮ ਦੇ ਲਈ ਖੁਦਾਵਨ, ਜਿੱਥੇ ਖਾਦਮ ਦੇ ਮੂੰਹ ਦੇ ਦੁਆਰਾ ਖੁਦਾਵਨ ਇਹ ਗੱਲਾਂ ਨੂੰ ਖੁਦਾਵਨ ਤੇਰੇ ਕਲਾਮ ਦੀਆਂ ਗੱਲਾਂ ਨੂੰ ਅਸੀਂ ਸੁਣਿਆ ਖੁਦਾਵਨ,
ਔਰ ਖੁਦਾ ਮੈਂ ਦੁਆ ਕਰਦਾ ਹਾਂ ਪਿਤਾ ਪਰਮੇਸ਼ਵਰ ਜਿੰਨੇ ਭਾਈ ਭੈਣਾਂ ਨੇ ਇਸ ਵਚਨ ਨੂੰ ਇਸ ਕਲਾਮ ਨੂੰ ਸੁਣਿਆ ਔਰ ਜਿਹਨਾਂ ਨੇ ਆਨਲਾਈਨ ਦੇਖਿਆ ਹੈ ਔਰ ਜਿਹਨਾਂ ਨੇ ਬਾਅਦ ਸੁਣਨਾ ਹੈ ਪਿਤਾ ਪਰਮੇਸ਼ਵਰ ਤੇਰੀ ਇੱਛਾ ਦੇ ਵਿੱਚ ਰਹਿ ਕੇ ਖੁਦਾਵਨ ਜਿਸ ਤਰ੍ਹਾਂ ਤੇਰੇ ਕਲਾਮ ਦੇ ਵਿੱਚ ਲਿਖਿਆ ਹੈ ਉਸੇ ਤਰ੍ਹਾਂ ਅਸੀਂ ਚੱਲ ਕੇ ਖੁਦਾਵਨ ਤੇਰੇ ਕਲਾਮ ਨੂੰ ਪੂਰਾ ਕਰੀਏ ਖੁਦਾਵਨ ਅਗਰ ਸਾਡੀਆਂ ਜ਼ਿੰਦਗੀਆਂ ਦੇ ਅੰਦਰ ਕੋਈ ਕਮੀ ਹੈ ਪਿਤਾ ਪਰਮੇਸ਼ਵਰ ਉਸ ਨੂੰ ਦੂਰ ਕਰ ਖੁਦਾਵਨ ਅਸੀਂ ਤੇਰੇ ਕਲਾਮ ਦੇ ਵਿੱਚ ਰਹਿ ਕੇ ਚੱਲਣਾ ਚਾਹੁੰਦੇ ਹਾਂ ਤੇਰੇ ਵਚਨ ਨੂੰ ਪੂਰਾ ਕਰਨਾ ਚਾਹੁੰਦੇ ਹਾਂ ਖੁਦਾਵਨ ਹਰੇ ਸੱਚੇ ਔਰ ਬਲੈਸਡ ਮੈਸੇਜ ਦੇ ਲਈ ਖੁਦਾਵਨ ਧੰਨਵਾਦ ਕਰਦੇ ਹਾਂ ਖੁਦਾਵਨ ਤੇਰੇ ਨਾਮ ਦੇ ਵਿੱਚ ਤੇਰੇ ਗਿਆਨ ਦੇ ਵਿੱਚ ਤੇਰੇ ਵਚਨਾਂ ਦੇ ਵਿੱਚ ਅੱਗੇ ਚੱਲਣ ਦੀ ਸ਼ਕਤੀ ਯਸੂ ਦੇ ਨਾਮ ਸਵਾਗਤ ਆਮੀਨ ਹੁਣ ਸਾਡੇ ਖੁਦਾਵੰ ਯਿਸੂ ਮਸੀਹ ਦਾ ਫਜ਼ਲ ਖੁਦਾ ਬਾਪ ਦੀ ਮੁਹੱਬਤ ਪਾਕ ਰੂਹ ਦੀ ਸੰਗਤ ਹੁਣ ਤੋਂ ਲੈ ਕੇ ਹਮੇਸ਼ਾ ਤੱਕ ਉਹਦੇ ਤਮਾਮ ਲੋਕਾਂ ਦੇ ਨਾਲ ਬਣੀ ਰਹੇ ਆਮੀਨ।